ਲਾਈਟ ਟੈਂਕ ਦੀ ਇਹ ਨਹੀਂ ਹੁੰਦੀ ਬੰਦਾ ਨਾ ਹੋ ਜਾਂਦਾ ਉਹ ਲਾਈਟ ਫਿਕਸ ਕਰਕੇ ਅਕਾਲ ਤਖਤ ਵੱਲ ਪਿੱਛੇ ਫੌਜ ਗਈ ਤੇ ਫਿਰ ਸਿੰਘਾਂ ਨੇ ਜਕਾਰੇ ਛੱਡ ਤੇ ਸੰਤਾਂ ਨੇ ਅਰਦਾਸ ਕਰਕੇ ਕਿਹਾ ਸਿੰਘੂ ਹੁਣ ਵੇਲਾ ਹੈ ਬਸ ਵੇਲਾ ਖੁੰਝ ਨਾ ਜਾਵੇ 5 ਤੇ 6 ਦੀ ਰਾਤ ਨੂੰ ਸੰਤ ਸ਼ਹੀਦ ਹੋਏ ਤੇ ਇਹਨਾਂ ਨੇ 7 ਵਜੇ ਡਿਕਲੇਅਰ ਕਰਤਾ ਬੀਬੀਸੀ ਲੰਡਨ ਦੀ ਖਬਰ ਆ ਗਈ ਪੈਰ ਧੋਈ ਦਿਆ ਜਿੱਥੇ ਤਿੱਗਾ ਥੜਾ ਮੈਂ ਜਦੋਂ ਜੀ ਬਾਹਰ ਹੀ ਖੜਾ ਸੀ ਮੇਰੇ ਨੌਜਵਾਨ ਕਹਿੰਦੇ ਸਾਹਿਬ ਭਾਈ ਸਾਹਿਬ ਤਾਂ ਸ਼ਹੀਦ ਹੋਏ ਪਏ ਕਿਉਂਕਿ 3 ਡੇਡ ਬਾਡੀਆਂ ਸੰਤਾਂ ਦੀ ਭਾਈ ਅਮਰੀਕ ਸਿੰਘ ਦੀ ਜਨਰਲ ਸ਼ਮੀਕ ਸਿੰਘ ਦੀ ਇਹ ਉਸ ਪਲੇਟਫਾਰਮ ਤੇ ਰੱਖੀਆਂ ਹੋਈਆਂ ਸੀ ਮੇਰੇ ਜਾਣ ਤੋਂ ਪਹਿਲਾਂ ਜਿਹੜਾ ਭਾਈ ਅਮਰੀਕ ਸਿੰਘ ਹੈ ਉਹਦਾ ਤਾਂ ਰੰਗ ਗੂਰਾ ਤੇ ਉਹ ਤਾਂ ਦੂਰੋਂ ਪਛਾਣਿਆ ਜਾਂਦਾ ਹੈ ਤੇ ਜਨਰਲ ਸ਼ਮੀਕ ਸਿੰਘ ਦਾ ਵੀ ਮੈਨੂੰ ਪਹਿਲਾਂ ਭੁਲੇਖਾ ਜਾ ਪਿਆ ਫਿਰ ਮੈਂ ਸੰਤਾਂ ਵੱਲ ਦੀ ਹੋ ਕੇ ਤੇ ਸੰਤਾਂ ਦੇ ਗੋਡੇ ਉੱਤੇ ਹੱਥ ਲਾ ਕੇ ਫਤਿਹ ਬੁਲਾਈ ਇਹ ਜਿਹੜੀ ਪੁਆਇੰਟ ਮੈਨੂੰ ਦੱਸਣਾ ਕਾਫੀ ਔਖਾ ਹੋ ਜਾਂਦਾ ਅੰਦਰ ਸਾਰੇ ਕੰਪਲੈਕਸ ਵਿੱਚ ਅੱਗ ਲੱਗੀ ਸੀ ਲਾਇਬ੍ਰੇਰੀ ਗੁਰੂ ਨਾਨਕ ਨਿਵਾਸ ਸਮੁੰਦਰੀ ਹਾਲ ਅਕਾਲ ਤਖ਼ਤ ਪੂਰਾ ਜਲ ਰਿਹਾ ਸੀ ਤਾਂ ਮੈਂ ਜਦੋਂ ਫਿਰ ਉੱਥੋਂ ਉੱਤਰ ਕੇ ਥੱਲੇ ਗਿਆ ਪੂਰਾ ਢੇਰ ਹਥਿਆਰ ਥੂਰ ਨਿਕਲ ਸੁੱਕਣ ਸਾਰਾ ਤੇ ਸਰੋਵਰ ਦੇ ਵਿੱਚ ਜਿਹੜੀਆਂ ਲਾਸ਼ਾਂ ਤੇ ਜਿਹੜੀ ਕਮਰੇ ਸੀ ਉਹ HE 36 ਨੰਬਰ ਗ੍ਰਨੇਡ ਮਾਰ ਕੇ ਸਾਰੇ ਕਮਰੇ ਡੈਡ ਬਾਡੀਆਂ ਨਾਲ ਭਰੇ ਸੀ ਜਦੋਂ ਅਕਾਲ ਤਖ਼ਤ ਦੇਖਿਆ ਅਕਾਲ ਤਖ਼ਤ ਦਾ ਉਤਲਾ ਹਿੱਸਾ ਬਿਲਕੁਲ ਲਟਕ ਰਿਹਾ ਸੀ ਤੇ ਛਾਣਨੀ ਬਾਰੀਆਂ ਸਾਰਾ ਕੁਛ ਹੋਇਆ ਪਿਆ ਸੀ ਹੁਣ ਮੈਂ ਉਹ ਗੱਲਾਂ ਵੀ ਦੱਸਦਾ ਤੈਨੂੰ ਜਿਹੜੀਆਂ ਕਿਸੇ ਰਸਾਲੇ ਕਿਸੇ ਕੋਲ ਆਈਆਂ ਹੀ ਨਹੀਂ ਜਿਹੜਾ ਐਕਸ਼ਨ ਹੋਇਆ ਇਹ ਐਕਸ਼ਨ ਦੀ ਗੱਲ ਅਟੈਕ ਤੋਂ ਕਾਫੀ ਦੇਰ ਪਹਿਲਾਂ ਸੰਤਾਂ ਨੇ ਦੱਸਤੀ ਸਨ ਬਾਬਾ ਉੱਤਮ ਸਿੰਘ ਖਡੂਰ ਸਾਹਿਬ ਵਾਲੇ ਉਹ ਜਥਾ ਖਡੂਰ ਸਾਹਿਬ ਗਿਆ ਸੀ ਤੇ ਸਾਨੂੰ ਕੋਈ ਘਰ ਦਾ ਕੰਮ ਸੀ ਅਸੀਂ ਸੰਤਾਂ ਕੋਲੇ ਗਏ ਗ੍ਰਹਿ ਲੈਣ ਵਾਸਤੇ ਜਦੋਂ 9 ਵਜੇ ਰਾਤ ਦੇ ਤੇ ਅਸੀਂ ਹਥਿਆਰ ਚੱਕ ਲਏ ਬਾਡੀਗਾਰਡ ਛੱਡ ਤੇ ਤੇ ਅਸੀਂ ਬਾਹਰ ਉਤਰ ਪਏ ਤੇ ਸੰਤ ਜਾਂਦੇ ਜਾਂਦੇ ਕਹਿੰਦੇ ਜਾਂ ਮੈਨੂੰ ਬਾਈ ਕਹਿੰਦੇ ਸੀ ਜਾਂ ਫੌਜੀ ਬਾਈ ਆ ਜਿਹੜਾ ਚਮੜਾ ਹੈ ਇਹਦਾ ਇਮਤਿਹਾਨ ਹੋਣ ਵਾਲਾ ਤੇ ਗੁਰੂ ਕਿਰਪਾ ਕਰੇ ਇਹ ਪੂਰਾ ਹੀ ਉਤਰੇ ਫਿਰ ਮੈਨੂੰ ਕਹਿੰਦਾ ਸਾਰੇ ਭਰਾ ਸੀ ਜੀ ਕਿ 2.5 ਲੱਖ ਦਾ ਮੈਨੂੰ ਘੇਰਾ ਪੈਣਾ ਮੈਂ ਕਿਹਾ ਜੀ ਇੰਨੀ ਤਾਂ ਫੌਜ ਹੀ ਨਹੀਂ ਖੜ ਸਕਦੀ ਇੱਥੇ ਇੰਨਾ ਤੁਹਾਨੂੰ ਘੇਰਾ ਵੱਡਾ ਕਾਹਦੇ ਲਈ ਪਊਗਾ ਜੀ ਮੈਨੂੰ ਆਦੇ ਫੌਜੀ ਬਾਈ ਤੂੰ ਦੇਖ ਲਈ ਜੇ ਸਾਧਨਾ ਹੱਥ ਮਿਲ ਗਏ ਨਾ ਤੇਰੇ ਜਲੰਧਰ ਸ਼ਹਿਰ ਤੋਂ ਦੀ ਖੂਨ ਨਾ ਚੁੰਦੇ ਜਾਣਗੇ ਸਤਿ ਸ਼੍ਰੀ ਅਕਾਲ ਜੀ ਮੈਂ ਰਤਨਦੀਪ ਸਿੰਘ ਧਾਲੀਵਾਲ ਇੱਕ ਹੋਰ ਖਾਸ ਮੁਲਾਕਾਤ ਲੈ ਕੇ ਤੁਹਾਡੇ ਸਨਮੁੱਖ ਹੋਏ ਹਾਂ ਸਾਡੀ ਕੌਮ ਦੇ ਮਹਾਨ ਜਰਨੈਲ ਤੇ ਮਹਾਨ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਜੀਵਨ 'ਤੇ ਝਾਤ ਮਾਰਾਂਗੇ ਅੱਜ ਉਹਨਾਂ ਦੀ ਜ਼ਿੰਦਗੀ ਆ ਜਿਹੜੀ ਬਚਪਨ ਤੋਂ ਲੈ ਕੇ ਧਰਮ ਯੁੱਧ ਮੋਰਚੇ ਤੱਕ ਜਾਂ ਜਦੋਂ ਉਹ ਸ਼ਹੀਦ ਹੁੰਦੇ ਨੇ ਉਹ ਸਾਰੀ ਕਹਾਣੀ ਤੁਹਾਨੂੰ ਦੱਸਾਂਗੇ ਅਤੇ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਗੀਆਂ ਅੱਜ ਦੇ ਸਮੇਂ ਨੂੰ ਲੈ ਕੇ ਸਾਡੀ ਕੌਮ ਦੇ ਨਾਲ ਸੰਬੰਧਿਤ ਜੋ ਗੱਲਾਂ ਬਾਤਾਂ ਗੀਆਂ ਉਹ ਸਾਂਝੀਆਂ ਕਰਾਂਗੇ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਸਾਡੇ ਨਾਲ ਹਾਜ਼ਰ ਰਹਿਣਗੇ ਸੰਤਾਂ ਦੇ ਭਰਾ ਕੈਪਟਨ ਹਰਚਰਨ ਸਿੰਘ ਜੀ ਬਾਪੂ ਜੀ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਜੀ ਪਹਿਲਾ ਸਵਾਲ ਤਾਂ ਮੇਰਾ ਇਹੀ ਹੋਊਗਾ ਸੰਤਾਂ ਦੇ ਬਚਪਨ ਨੂੰ ਲੈ ਕੇ ਤੁਸੀਂ ਕੋਈ ਗੱਲਬਾਤ ਸਾਂਝੀ ਕਰਨੀ ਚਾਹੋਗੇ ਸਰੋਤਿਆਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨੂੰ ਤੇ ਇੱਥੋਂ ਦੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਸੰਤਾਂ ਦੇ ਜੀਵਨ ਬਾਰੇ ਕਿਤਾਬਾਂ ਵੀ ਲਿਖੀਆਂ ਗਈਆਂ ਬਹੁਤ ਲਿਟਰੇਚਰ ਪੜ੍ਹਿਆ ਲਿਖਿਆ ਇੰਟਰਵਿਊ ਵੀ ਦਿੱਤੇ ਸੋ ਮੈਂ ਤਾਂ ਥੋੜ੍ਹੇ ਸਮੇਂ ਦੇ ਵਿੱਚ ਖਾਸ ਅਤੇ ਮੋਟੇ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਹੈ ਜੀ ਉਹਨਾਂ ਦਾ ਜਨਮ 2 ਜੂਨ 1947 ਪਿੰਡ ਰੋਡੇ ਵਿੱਚ ਬਾਬਾ ਜਗਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ
ਮਾਤਾ ਨਿਹਾਲ ਕੌਰ ਦੀ ਕੁੱਖੋਂ ਪਿੰਡ ਰੋਡੇ ਵਿੱਚ ਹੋਇਆ। ਉਹ ਬਚਪਨ ਤੋਂ ਹੀ ਉਹ ਉਹਨਾਂ ਦੇ ਵਿਚਾਰ ਧਾਰਮਿਕ ਅਤੇ ਸਿੱਖੀ ਵੱਲ ਜ਼ਿਆਦਾ ਸੀ ਜੀ। ਉਹਨਾਂ ਨੂੰ ਸਕੂਲ ਵਿੱਚ ਵੀ ਜੂਨ 'ਚ ਹੀ ਪੜ੍ਹਨ ਆਇਆ ਅਤੇ ਉਹਨਾਂ ਨੇ ਪੰਜਵੀਂ ਜਮਾਤ ਪਾਸ ਕਰਕੇ ਮੇਰੇ ਪਿਤਾ ਜੀ ਨੇ ਕਿਹਾ ਹੁਣ ਤੁਹਾਡੇ ਤੁਸੀਂ ਤਕੜੇ ਹੋ ਗਏ ਬਾਣੀ ਵੀ ਪੜ੍ਹਿਆ ਕਰੋ। ਤਾਂ ਇੱਕ ਮੇਰਾ ਭਰਾ ਉਹਨਾਂ ਇਕੱਠੇ ਪੜ੍ਹਦੇ ਸੀ ਹਰਜੀਤ ਸਿੰਘ ਸਰਪੰਚ, ਇਹ ਦੋਨਾਂ ਨੂੰ ਕਿਹਾ ਕਿ ਤੁਸੀਂ ਬਾਣੀ ਪੜ੍ਹੋ। ਇਹ ਬਾਣੀ ਪੜ੍ਹਨ ਵੀ ਲੱਗ ਪਏ ਪਰ ਜਰਨੈਲ ਸਿੰਘ ਕਹਿੰਦਾ ਬਾਣੀ ਜਦੋਂ ਪੜ੍ਹੀ ਕੁਝ ਦਿਨ ਕਹਿੰਦਾ ਬਾਪੂ ਜੀ ਮੈਂ ਤਾਂ ਬਾਣੀ ਪੜ੍ਹਨੀ ਹੈ ਜੀ, ਮੇਰੀ ਰੁਚੀ ਬਾਣੀ ਅੱਲ ਲੱਗਦੀ ਹੈ। ਅਤੇ ਸਕੂਲ ਛੱਡਤਾ, ਉੱਥੇ ਬਹੁਤ ਜ਼ੋਰ ਟੀਚਰਾਂ ਨੇ ਵੀ ਲਾਇਆ ਵੀ ਭਾਈ ਮੁੰਡਾ ਹੁਸ਼ਿਆਰ ਹੈ ਪਰ ਉਹ ਨਹੀਂ ਪੜ੍ਹੇ ਜੀ। ਪੰਜ ਜਮਾਤਾਂ ਪਾਸ ਕਰਕੇ ਉਹ ਘਰ ਆ ਗਏ, ਪੰਜ ਬਾਣੀਆਂ ਸਿਮਰਨ ਭਜਨ ਸ਼ੁਰੂ ਕਰਤਾ। ਜਦੋਂ ਥੋੜ੍ਹੇ ਜਿਹੇ ਤਕੜੇ ਹੋ ਗਏ ਕੰਮ ਵੀ ਕੀਤਾ, ਮੱਝਾਂ ਵੀ ਚਾਰੀਆਂ, ਬਹੁਤ ਜ਼ਿਆਦਾ ਕੰਮ ਵੀ ਕਰਦੇ ਰਹੇ। ਫਿਰ ਉਹ ਜਦੋਂ ਤਕੜੇ ਹੋ ਗਏ ਉਹਨਾਂ ਨੇ ਪਾਠ ਬਹੁਤ ਵਧਾ ਤਾ ਜੀ, ਪਾਠ ਇੰਨਾ ਵਧਾ ਤਾ ਕਿ ਮੈਂ ਜੇ ਗਿਣਤੀ ਮਿਣਤੀ ਕਰਾਂ ਤਾਂ ਆਖਾਂਗੇ ਹੋ ਕਿਵੇਂ ਸਕਦਾ। ਉਹਨਾਂ ਦੇ ਰੋਮ ਰੋਮ ਵਿੱਚ ਪਾਠ ਹੁੰਦਾ ਸੀ, ਰੋਮ ਰੋਮ ਵਿੱਚ। ਔਰ ਉਹਨਾਂ ਨੇ ਜਦੋਂ ਦੇਖਿਆ ਬਈ ਹੁਣ ਕਿੱਥੋਂ ਕਿਤੇ ਘਰ ਪਹੁੰਚੇ ਹੈ ਤਾਂ ਮੇਰੀ ਮਾਤਾ ਨੂੰ ਕਹਿਣ ਲੱਗੇ ਤੂੰ ਰੋੜ ਲਿਆਈ, ਰੋੜ ਜੀ ਤੇ ਛੋਟੇ ਪੱਕਾ ਕੰਡੇ ਜਿਹੜੇ ਨਰਮ ਹੁੰਦੇ ਉਹ ਲੈ ਕੇ ਆਈ। ਤਾਂ ਉਹ ਜਿਹੜੀ ਮੇਰੀ ਭਰਜਾਈ ਹੈ ਉਹ ਉਹਨੂੰ ਕਿਹਾ ਸੀ ਉਹਨੇ, ਉਹ ਕਹਿੰਦੀ ਜੈਲਦਾਰਾ ਕੀ ਕਰਨੇ ਆ ਕੰਡੇ ਜੀ ਰੋੜ, ਉਹ ਕਹਿੰਦਾ ਤੂੰ ਲੈ ਕੇ। ਤਾਂ ਉਹ ਰੋੜ ਤਾਂ ਲਿਆਈ, ਕੰਡੇ ਨਹੀਂ ਲਿਆਈ, ਸੰਤਾਪ ਲਿਆਏ ਜੀ ਸਾਡੇ। ਉਹਨਾਂ ਨੇ ਇੱਕ ਇੱਕ ਕੋਠੜੀ ਵਿੱਚ ਜਿਹੜੀ ਰਸੋਈ ਸੀ ਉਹਦੇ ਵਿੱਚ ਉਹਨਾਂ ਨੇ ਬੂਰਾ ਵਿਛਾ ਲਿਆ, ਥੱਲੇ ਕੰਡੇ ਅਤੇ ਰੋੜ ਰੱਖ ਲਏ, ਉੱਤੇ ਖੇਸ ਰੱਖ ਲਿਆ ਅਤੇ ਜਦੋਂ ਨੀਂਦ ਆਵੇ ਉਹਦੇ 'ਤੇ ਬਹਿ ਜਾਂਦੇ ਸੀ। ਅਤੇ ਉਹ 22-22 ਘੰਟੇ ਪਾਠ ਕਰਦੇ ਰਹੇ, ਰੋਟੀ ਤਿਆਰ ਕਰਨੀ ਅੰਦਰ ਐਂ ਫੜਾ ਦਿੰਦੇ ਸੀ। ਉਹ ਕਹਿੰਦੇ ਸੀ ਕੋਈ ਆਵੇ ਮੈਂ ਗੱਲ ਨਹੀਂ ਕਰਨੀ, ਮੈਂ ਪਖੰਡ ਕਰਦਾ, ਤੁਸੀਂ ਕਿਸੇ ਨੂੰ ਕੁਛ ਨਾ ਕਹੋ ਅਤੇ ਰੋਟੀ ਦੇ ਦਿਆ ਕਰੋ। ਮੁੜ ਕੇ ਬਾਹਰ ਜਾ ਕੇ ਇਸ਼ਨਾਨ ਪਾਣੀ ਲੈਟਰੀਨ ਉਹ 2 ਘੰਟੇ ਜੋ ਕਰਨਾ ਕਰਕੇ ਆ ਜਾਂਦੇ ਸੀ। ਅਤੇ ਇਹ 40-41 ਦਿਨ ਬਹੁਤ ਥਾਵਾਂ 'ਤੇ ਕੀਤਾ, ਹਜ਼ੂਰ ਸਾਹਿਬ ਵੀ ਕੀਤਾ, ਪਿੰਡ ਵੀ ਕੀਤਾ, ਇੱਥੇ ਵੀ ਕੀਤਾ, ਪਟਨੇ ਕਾਫੀ ਜ਼ਿਆਦਾ। ਫਿਰ ਜਦੋਂ ਥੋੜ੍ਹੇ ਜਿਹੇ ਤਕੜੇ ਹੋਏ, ਗੱਭਰੂ ਵਾਂਗੂ ਹੋ ਗਏ, ਤਾਂ ਜਿਹੜੇ ਗਿਆਨੀ ਗੁਰਬਚਨ ਸਿੰਘ ਸੀ ਉਹ ਮੇਰੇ ਪਿਤਾ ਨਾਲ ਬਹੁਤ ਜ਼ਿਆਦਾ ਪ੍ਰੇਮ ਅਤੇ ਨੇੜਤਾ ਸੀ। ਉਹ ਪ੍ਰਸ਼ਾਦਾ ਛਕਣ ਵਾਸਤੇ ਸਾਡੇ ਘਰ ਵਿੱਚ ਅਸੀਂ ਰੋਟੀ ਕੀਤੀ, ਉਹਨਾਂ ਦੇ ਨਾਲ ਸੰਗਤ ਕਾਫੀ ਹੁੰਦੀ ਸੀ। ਉਹ ਰੋਟੀ ਖਾਣ ਤੋਂ ਮਗਰੋਂ ਖੁਸ਼ ਹੋ ਕੇ ਕਹਿੰਦੇ ਜਹੇਦਾਰਾ ਇੱਕ ਲੜਕਾ ਤੂੰ ਮੈਨੂੰ ਦੇ ਦੇ, ਮੈਂ ਵਿੱਦਿਆ ਪੜ੍ਹਾ ਦਿਆਂ, ਕਿੰਨੇ ਲੜਕੇ ਆ। ਬਜ਼ੁਰਗ ਕਹਿੰਦੇ 7 ਪੁੱਤਰ ਹੈ ਜੀ ਜੀ। ਅਤੇ ਉਹ ਹੁਣ ਅੱਡੋ ਇੱਥੇ ਆ ਕੇ ਅਸੀਂ ਅੱਡੋ ਅੱਡ ਹੋ ਗਏ ਸਾਰੇ ਜੀ, ਇੱਥੇ ਇਕੱਠੇ ਹੀ ਆਏ ਸੀ ਜੀ ਅਤੇ ਪਿੰਡ ਸਾਰੇ ਇਕੱਠੇ ਸੀ ਜੀ। ਅਤੇ ਉਹ ਕਹਿਣ ਲੱਗੇ ਵੀ ਹੁਣ ਜ਼ਿੰਮੇਵਾਰੀ ਆਪਦੀ ਆ। ਅਤੇ ਹੱਸ ਕੇ ਬਾਬਾ ਕਹਿੰਦਾ ਆਹ ਛੋਟਾ ਮੁੰਡਾ, ਜ਼ਿੰਮੇਵਾਰੀ ਤਾਂ ਮਾਂ ਪਿਓ ਦੀ ਹੁੰਦੀ ਹੈ। ਉਹ ਜਰਨੈਲ ਸਿੰਘ ਉੱਥੇ ਖੇਡ ਰਿਹਾ ਸੀ ਜਾਂ ਕੁਛ ਕੰਮ ਕਰ ਰਿਹਾ ਸੀ ਅਤੇ ਬਾਬਾ ਗੁਰਬਚਨ ਸਿੰਘ ਜੀ ਮਹਾਂਪੁਰਸ਼ ਕਹਿੰਦੇ ਚਲ ਇਹਨੂੰ ਦੇ ਦੇ। ਅਤੇ ਜਦੋਂ ਪੁੱਛਿਆ ਘਰਦਿਆਂ ਤੋਂ ਕਹਿੰਦੇ ਜੀ ਠੀਕ ਹੈ। ਗਿਆਨੀ ਗੁਰਬਚਨ ਸਿੰਘ ਨਾਢਾ ਸਾਹਿਬ ਸੀਗੇ ਚੰਡੀਗੜ੍ਹ ਦੇ ਕੋਲੇ ਜੀ, ਪੂਰਾ ਜਥਾ ਜੀ, ਇੱਕ ਇੱਕ ਨਾਢਾ ਸਾਹਿਬ ਹੈ, ਇੱਕ ਨਾਭਾ ਜੀ, ਨਾਭਾ ਸਾਹਿਬ ਸੀ ਸੰਤ ਜੀ, ਇੱਕ ਨਾਢਾ ਸਾਹਿਬ ਗੁਰਦੁਆਰਾ ਵੱਡਾ ਜੀ ਤੇ ਨਾਭਾ ਸਾਹਿਬ ਗੁਰਦੁਆਰੇ ਸੰਤ ਸੀਗੇ। ਤੇ ਜਰਨੈਲ ਸਿੰਘ ਹੋਣੀ ਉੱਥੇ ਚਲੇ ਗਏ, ਉੱਥੇ ਜਾ ਕੇ ਭਜਨ ਬੰਦਗੀ ਇੰਨੀ ਸ਼ੁਰੂ ਕਰ ਦਿੱਤੀ ਕਿ ਸੰਤ ਹੱਸ ਕੇ ਤੈਨੂੰ ਕਹਿੰਦੇ ਬਾਬਾ ਗੁਰਬਚਨ ਸਿੰਘ ਉਹ ਸਿੰਘਾ ਤੈਨੂੰ ਕੀ ਚਾਹੀਦਾ ਜੀ, ਤੂੰ ਸਮਾਧੀ ਲਾ ਕੇ ਪਾਠ ਤੋਂ ਹੱਸ ਕੇ ਕਹਿੰਦੇ ਜੀ ਸੇਵਾ ਸੇਵਾ ਸਿਮਰਨ
ਅੱਜ ਹੁਣ ਉਦੋਂ ਤਾਂ ਗੱਲਾਂ ਐਵੇਂ ਲੱਗਦੀਆਂ ਸੀ ਪਰ ਸਾਨੂੰ ਹੁਣ ਪਤਾ ਲੱਗਦਾ ਕਹਿੰਦੇ ਸੇਵਾ ਤਾਂ ਤੈਨੂੰ ਬਹੁਤ ਮਿਲਣੀ ਹੈ ਜੀ ਸੇਵਾ ਤਾਂ ਬਹੁਤ ਕਰਨੀ ਹੈ ਉਦੋਂ ਮੁੜ ਕੇ ਇਹ ਘਰੇ ਆ ਗਏ ਘਰੇ ਆਉਂਦੇ ਸੀ ਜਾਂਦੇ ਸੀ ਤੇ ਫਿਰ ਮੇਰੀ ਭੈਣ ਦੀ ਸ਼ਾਦੀ ਸੀ ਜੀ ਪਹਿਲਾਂ ਮੇਰੇ ਪਿਤਾ ਜੀ ਕਹਿੰਦੇ ਮਹਾਂਪੁਰਸ਼ੋ ਲੜਕੀ ਦੀ ਸ਼ਾਦੀ ਹੈ ਸ਼ਾਦੀ ਕਰਨ ਤੋਂ ਮਗਰੋਂ ਅਸੀਂ ਇਹਨੂੰ ਭੇਜ ਦਿਆਂਗੇ ਜੀ ਤਾਂ ਫਿਰ ਇੱਕ ਸਾਲ ਬਾਅਦ ਹਾੜ ਵਿੱਚ ਇਹਨਾਂ ਦਿਨਾਂ 'ਚ ਸ਼ਾਦੀ ਹੋਈ ਇੱਕ ਸਾਲ ਬਾਅਦ ਸ਼ਾਇਦ ਜੀ ਮੈਂ ਗਲਤ ਨਾ ਹੋਵਾਂ 65 'ਚ ਹੋ ਗਈ ਭੈਣ ਦੀ ਸ਼ਾਦੀ ਅਤੇ 66 'ਚ ਹੋਈ ਸੰਤ ਜਰਨੈਲ ਸਿੰਘ ਦੀ ਸ਼ਾਦੀ ਜੀ ਅਤੇ ਉਹ ਸ਼ਾਦੀ ਜਦੋਂ ਅਸੀਂ ਵਿਆਹੁਣ ਗਏ ਉਦੋਂ ਸਾਡੇ ਕੋਲ ਟਰੈਕਟਰ ਸੀ 56 57 58 'ਚ ਲਿਆਂਦਾ ਸੀ ਅਸੀਂ ਇੱਕ ਟਰਾਲੀ ਇੱਕ ਟੈਕਸੀ ਲੈ ਲਈ ਮਾਲਿਸ ਤੋਂ ਡਰਾਈਵਰ ਸੀ ਬਾਗੇ ਪੁਰਾਣੇ ਦਾ ਅਸੀਂ ਬਰਾਤ ਗਏ ਜੀ ਉੱਥੇ ਜਾ ਕੇ ਬਿਲਾਸਪੁਰੋਂ ਜਦੋਂ ਅਸੀਂ ਗਏ ਅਤੇ ਆਨੰਦ ਕਾਰਜ ਲੈਣ ਲੱਗੇ ਤਾਂ ਭਾਈ ਨੇ ਮਹਾਰਾਜ ਦਾ ਤਖ਼ਤ ਪੋਸ਼ ਕੰਧ ਦੇ ਨਾਲ ਲਾ ਲਿਆ ਜੀ ਅਤੇ ਅਸੀਂ ਸਾਰੇ ਬਹਿ ਗਏ ਅਤੇ ਜਰਨੈਲ ਸਿੰਘ ਕਿਉਂਕਿ ਜੇ ਸੰਤ ਬਣੇ ਨਹੀਂ ਮੈਂ ਤਾਂ ਜਰਨੈਲ ਸਿੰਘ ਕਹਿੰਦਾ ਜੀ ਅਤੇ ਜਰਨੈਲ ਸਿੰਘ ਕਦੇ ਆਏ ਦੇਖੇ ਕਦੇ ਆਏ ਦੇਖੇ ਅਸੀਂ ਬੈਠੇ ਰਹੇ ਜੀ ਅਤੇ ਜਦੋਂ ਹੁਕਮਨਾਮਾ ਲੈਣ ਲੱਗਾ ਉਹ ਅਤੇ ਜਰਨੈਲ ਸਿੰਘ ਉੱਠ ਕੇ ਖੜਾ ਹੋ ਗਿਆ ਆਨੰਦ ਕਾਰਜਾਂ ਤੋਂ ਜੀ ਖੱਬੇ ਪ੍ਰੀਤਮ ਕੌਰ ਜਿਹੜੀ ਉਹਨਾਂ ਦੇ ਘਰ ਵਾਲੀ ਸੀ ਸੱਜੇ ਉਹ ਬੈਠੇ ਉੱਠ ਖੜੇ ਅਸੀਂ ਸਾਰੇ ਲੋਕ ਹੈਰਾਨ ਹੋ ਗਏ ਵੀ ਮੁੰਡੇ ਨੂੰ ਕੀ ਹੋ ਗਿਆ ਜੀ ਕਹਿੰਦੇ ਭਾਈ ਸਾਹਿਬ ਮਹਾਰਾਜ ਦਾ ਪ੍ਰਕਾਸ਼ ਤੂੰ ਕੰਧ ਨਾ ਲਾ ਲਿਆ ਮੈਂ ਪਰਕਰਮੇ ਕਿੱਥੋਂ ਦੀ ਕਰਾਂ ਜੀ ਪਹਿਲਾਂ ਲੋਕ ਪਰਕਰਮੇ ਨਹੀਂ ਸੀ ਕਰਦੇ ਬੈਠੇ ਹੀ ਕਰਦੇ ਸੀ ਜੀ ਤਾਂ ਫਿਰ ਉਹਨੇ ਆਪ ਸੰਤਾਂ ਦੇ ਨਾਲ ਮਹਾਰਾਜ ਦਾ ਤਖ਼ਤ ਪੋਸ਼ ਅੱਗੇ ਕਰਕੇ ਸਤਿਕਾਰ ਨਾਲ ਫਿਰ ਲਾਵਾਂ ਲਈਆਂ ਜੀ ਲਾਵਾਂ ਲੈ ਕੇ ਜਦੋਂ ਵਾਪਸ ਆਏ ਪੰਜ ਪਿਆਰੇ ਇੱਥੇ ਤਿਆਰ ਕੀਤੇ ਪਹਿਲਾਂ ਸਿੰਘਣੀ ਨੂੰ ਅੰਮ੍ਰਿਤ ਛਕਾਇਆ ਜੀ ਤੇ ਕਿਹਾ ਬਚਨ ਵੀ ਤੇਰਾ ਮੇਰਾ ਰਿਸ਼ਤਾ ਅੰਮ੍ਰਿਤ ਦਾ ਹੈ ਜੀ ਇਹਨੂੰ ਕਾਇਮ ਰੱਖਣਾ ਹੈ ਉਹ ਕਹਿੰਦੀ ਸਤ ਬਚਨ ਤੇ ਫਿਰ ਲੜਕੀ ਜਦੋਂ ਵਿਆਹੀ ਕੇ ਆਉਂਦੀ ਹੈ ਨਵੀਂ ਉਹਨੂੰ ਆਪਣੀ ਹੱਦ ਤੋਂ ਬਾਹਰ ਜਾਂ ਉਹਦੇ ਪੇਕੇ ਇੱਕ ਦਿਨ ਜਾਂਦੀ ਹੈ ਜੀ ਪਰ ਉਹ ਨਹੀਂ ਗਈ ਜਦੋਂ ਅੰਮ੍ਰਿਤ ਛਕ ਲਿਆ ਤੇ ਉਹ ਬਕਾਇਦਾ ਤੌਰ ਤੇ ਤਿਆਰ ਪ੍ਰਤਿਆਰ ਹੋ ਗਈ ਫਿਰ ਉਹਦੇ ਨਾਲ ਗ੍ਰਸਥ ਜੀਵਨ ਵਿੱਚ ਪ੍ਰਵੇਸ਼ ਕੀਤਾ ਜੀ ਇਹ ਤੇ ਫਿਰ ਜਦੋਂ ਉਹ ਥੋੜੇ ਤਕੜੇ ਹੋ ਗਏ ਕੰਮ ਕਰਨ ਲੱਗ ਪਏ ਕੰਮ ਬਹੁਤ ਜ਼ਿਆਦਾ ਕਰਦੇ ਸੀ ਜੀ ਦੂਜੀ ਗੱਲ ਇਹ ਹੈ ਕਿ ਸੰਤ ਬਣਨ ਤੋਂ ਪਹਿਲਾਂ ਹੀ ਜੀ ਸਾਡੇ ਪਿੰਡ ਵਿੱਚ ਸਾਡੇ ਪਰਿਵਾਰ ਵਿੱਚ ਇਲਾਕੇ ਵਿੱਚ ਇਹ ਸੀ ਕਿ ਸੰਤ ਜਰਨੈਲ ਸਿੰਘ ਪੂਰਾ ਹੈ ਜੀ ਇਹ ਜੋ ਗੱਲ ਕਰਦਾ ਹੈ ਉਹ ਗੱਲ ਪੂਰੀ ਹੁੰਦੀ ਹੈ ਲੋਕ ਸਤਿਕਾਰ ਕਰਦੇ ਸੀ ਜੀ ਜਿੱਥੇ ਕਿੱਥੇ ਖੰਡ ਪਾਠ ਜਾਂ ਲੰਗਿਆਣੇ ਜਾਂ ਕਿਤੇ ਹੋਰ ਉੱਥੇ ਦੁੱਧ ਇਕੱਠਾ ਕਰਕੇ ਸਿਰ ਤੇ ਲੈ ਕੇ ਜਾਂਦੇ ਸੀ ਜੀ ਸੇਵਾ ਕਰਦੇ ਸੀ ਜਥੇ ਦੀ ਸੇਵਾ ਕਰਦੇ ਸੀ ਤੇ ਉਦੋਂ ਮੁੜ ਕੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਨਾਲ ਜਾਂਦੇ ਵਾਪਸ ਆ ਜਾਂਦੇ ਮਹਿਤੇ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਮਹਿਤੀ ਬਣਿਆ ਉਹ ਛੱਪੜ ਸੀ ਬਹੁਤ ਵੱਡਾ ਉਹਨੂੰ ਭਰਿਆ ਨਾਲ ਬਾਬਾ ਕਰਤਾਰ ਸਿੰਘ ਜੀ ਮਹਾਂਪੁਰਸ਼ ਜੋ ਦਮਦਮੀ ਟਕਸਾਲ ਦੇ ਮੁਖੀ ਸੀ ਜੀ ਤੇ ਜਰਨੈਲ ਸਿੰਘ ਹੋਣੀ ਤੇ ਸਾਡੇ ਪਿੰਡਾਂ ਤੋਂ ਤੇ ਸਾਰੇ ਪੰਜਾਬ ਚੋਂ ਟਰਾਲੀਆਂ ਆਈਆਂ ਤੇ ਗਿਆਨੀ ਗੁਰਬਚਨ ਸਿੰਘ ਜੀ ਪਹਿਲਾਂ ਸੀਰ ਛੱਡ ਗਏ ਸੀ ਫਿਰ ਬਾਬਾ ਕਰਤਾਰ ਸਿੰਘ ਉਹਨਾਂ ਦਾ ਲੁਧਿਆਣੇ ਨੇੜੇ ਐਕਸੀਡੈਂਟ ਹੋ ਗਿਆ ਜੀ ਉਹ ਐਕਸੀਡੈਂਟ ਦੇ ਵਿੱਚ ਉਹ ਕਾਫੀ ਜ਼ਿਆਦਾ ਡੇਂਜਰ ਐਕਸੀਡੈਂਟ ਹੋ ਗਿਆ ਜਦੋਂ ਜਰਨੈਲ ਸਿੰਘ ਨੂੰ ਘਰ ਪਤਾ ਲੱਗਾ ਤਾਂ ਜਰਨੈਲ ਸਿੰਘ ਰੋਟੀ ਖਾਂਦਾ ਸੀ ਤੇ ਰੋਟੀ ਰੱਖ ਕੇ ਇੱਕਦਮ ਇੱਕਦਮ ਜਿਵੇਂ ਕਰੰਟ ਚੜਿਆ ਹੁੰਦਾ ਜੀ ਆਏ ਜਾ ਕੇ ਸਾਡੇ ਕਾਲਜ ਦੇ ਸੜਕ ਤੇ ਰਾਤ ਨੂੰ ਤੇ ਉੱਥੇ ਹੁਣ ਬੱਸ ਕੋਈ ਰੁਕਦੀ ਨਹੀਂ ਇੱਕ ਟਰੱਕ ਆਇਆ ਉਹਦੇ ਤੇ ਚੜ ਕੇ ਉੱਥੇ ਗਿਆ ਜੀ ਉੱਥੇ ਜਾ ਕੇ ਪਾਠ ਸ਼ੁਰੂ ਕਰਤਾ ਜਿੰਨਾ ਚਿਰ ਉਹਨਾਂ ਨੇ ਸਾਹ ਲਏ ਕੋਲੇ ਰਹੇ ਜੀ ਫਿਰ ਸਰੀਰ ਛੱਡ ਗਏ ਬਾਬਾ ਕਰਤਾਰ ਸਿੰਘ ਜੀ ਫਿਰ ਚਰਚਾ ਸ਼ੁਰੂ ਹੋ ਗਈ
ਕਿ ਹੁਣ ਕਿਹਨੂੰ ਬਣਾਇਆ ਜਾਵੇ ਜੀ। ਸੰਤ ਸਾਧੂ ਬਾਬਾ ਤਾਰਾ ਸਿੰਘ ਸਿਧਿਆੜੀ ਵਾਲੇ, ਬਾਬਾ ਖੜਕ ਸਿੰਘ, ਬਾਬਾ ਉੱਤਮ ਸਿੰਘ, ਹੋਰ ਮਹਾਂਪੁਰਸ਼ ਵੱਡੇ ਵੱਡੇ ਜਿਹੜੇ ਸੀ ਮੁਖੀ ਜੀ, ਉਹਨਾਂ ਨੇ ਸੋਚਿਆ ਵੀ ਕੌਣ ਬਣਾਈਏ, ਕਿਹਨੂੰ ਬਣਾਈਏ ਜੀ। ਵਾਦ ਵਾਦ ਚਰਚਾ ਹੋ ਗਈ ਸ਼ੁਰੂ ਵੀ ਉਹਨੂੰ ਬਣਾਓ। ਭਾਈ ਅਮਰੀਕ ਸਿੰਘ ਵੀ ਸੀਗੇ, ਉਹ ਪੜ੍ਹੇ ਲਿਖੇ ਹੈ ਜੀ। ਸਾਰਿਆਂ ਦੀ ਗੱਲਬਾਤ ਚੱਲਦੀ ਰਹੀ ਜੀ, ਤੇ ਸੰਤਾਂ ਦੀ ਗੱਲ ਵੀ ਚੱਲੀ, ਪਰ ਸੰਤਾਂ ਨੇ ਜਵਾਬ ਦਿੱਤਾ, ਉਹ ਕਹਿੰਦੇ ਮੈਂ ਕਾਬਲ ਨਹੀਂ, ਮੈਂ ਬਹੁਤ ਆਪਦੇ ਆਪ ਨੂੰ ਨੀਚੇ ਲਫ਼ਜ਼ ਬੋਲੇ ਜੀ। ਤਾਂ ਆਖਰੀ ਫੈਸਲਾ ਕਰ ਲਿਆ ਕਿ ਬਾਬਾ ਠਾਕਰ ਸਿੰਘ ਜੀ ਜਿਹਨੂੰ ਬਣਾਊਗਾ ਉਹ ਸਵੀਕਾਰ ਕਰਾਂਗੇ ਜੀ। ਤਾਂ ਉਦੋਂ ਮੁੜ ਕੇ ਫੇਰ ਸਾਰਿਆਂ ਨੇ ਸਾਰਾ ਜਥਾ ਇਕੱਠਾ ਹੋ ਗਿਆ ਜੀ। ਬਾਬਾ ਠਾਕਰ ਸਿੰਘ ਜੀ ਨੇ ਇੱਕ ਕਾਗਜ਼ ਲਿਆ ਜੀ, ਉਹਦੇ ਤੇ ਉੱਪਰ ਲਿਖਿਆ ਕਿ ਦਾਸ ਜਿਹੜਾ ਫੈਸਲਾ ਕਰੂਗਾ ਤੁਹਾਨੂੰ ਮਨਜ਼ੂਰ ਹੈ ਜੀ। ਇਹ ਲਿਖ ਕੇ ਸਾਰਿਆਂ ਨੇ ਦਸਤਖਤ ਕਰਾਏ ਜੀ। ਦਸਤ ਕਰਾਉਣ ਤੋਂ ਮਗਰੋਂ ਅਰਦਾਸ ਕੀਤੀ ਤੇ ਬਾਬਾ ਠਾਕਰ ਸਿੰਘ ਥੋੜੀ ਕਾਹਲੀ ਜੀ ਬੋਲਦੇ ਸੀ, ਜਰਨੈਲ ਸਿੰਘ, ਜਰਨੈਲ ਸਿੰਘ, ਜਰਨੈਲ ਸਿੰਘ ਬਣੂੰਗਾ। ਹੁਣ ਸਾਰੇ ਹੈਰਾਨ ਹੋ ਗਏ। ਔਰ ਉਡਿਆਲਾ ਜਰਨੈਲ ਸਿੰਘ 82, ਸੱਚ ਹੋਰ ਗੱਲ ਦੱਸਾਂ ਜੀ, ਸੰਤ ਕਰਤਾਰ ਸਿੰਘ ਨੂੰ 82 ਕਹਿਣ ਲੱਗ ਪਈ ਜੀ, ਤੇ ਬਾਬਾ ਠਾਕਰ ਸਿੰਘ ਨੂੰ ਸਰੂਪੇ ਪਹਿਲਾਂ ਦੇਣ ਲੱਗ ਪਈ ਜੀ। ਤੇ ਜਥੇ ਦੇ ਸਿੰਘ ਬੜੇ ਹੈਰਾਨ ਸੀ ਵੀ ਸਾਨੂੰ ਇੰਨੇ ਸਾਲ ਹੋ ਗਏ ਆਇਆਂ ਨੂੰ ਜੀ, ਤੇ ਇਹ ਮੁੰਡਾ ਆਇਆ ਜੇ ਜ਼ਿਆਦਾ ਦੇਰ ਨਹੀਂ ਹੋਈ। ਸੋ ਜਦੋਂ ਇਹ ਫੈਸਲਾ ਕਰਤਾ ਬਾਬਾ ਠਾਕਰ ਸਿੰਘ ਨੇ, ਬਹੁਤ ਵੱਡਾ ਇਕੱਠ ਮਹਿਤੇ ਹੋਇਆ ਜੀ। ਸਾਰੀਆਂ ਰਾਜਨੀਤਿਕ ਪਾਰਟੀਆਂ, ਅਕਾਲੀ ਦਲ, ਬਾਦਲ, ਪ੍ਰਕਾਸ਼ ਸਿੰਘ ਬਾਦਲ, ਸਾਰੇ ਲੋਕ ਹੋਰ ਬਹੁਤ ਜ਼ਿਆਦਾ ਇਕੱਠ ਜੀ, ਕਿਉਂਕਿ ਮੈਂ ਉਦੋਂ ਅੰਮ੍ਰਿਤਸਰ ਤਨਾਤ ਸੀ ਜੀ। ਮੈਂ ਅੰਮ੍ਰਿਤਸਰ ਨੂੰ ਚੱਲ ਕੇ ਇੱਕ ਨੌਜਵਾਨ ਨਾਲ ਲੈ ਲਿਆ ਜੀ, ਤੇ ਮੈਂ ਉਦੋਂ ਨਾਇਬ ਸੂਬੇਦਾਰ ਸੀ ਜੀ, ਤੇ ਮੈਂ ਉੱਥੇ ਆ ਕੇ ਸੰਗਤ ਨੇ ਮੈਨੂੰ ਤਾਂ ਪਤਾ ਹੀ ਨਹੀਂ ਜੀ ਉਰਦੂ ਦਾ, ਕਿਉਂਕਿ ਮੈਂ ਉਰਦੂ ਪੜ੍ਹ ਲੈਂਦਾ ਜੀ। ਉਰਦੂ ਦਾ ਅਖਬਾਰ ਮੇਰੇ ਕੋਲ ਇੱਕ ਮੁੰਡਾ ਲੈ ਕੇ ਆਇਆ, ਉਹਦੇ ਤੇ ਲਿਖਿਆ ਜਰਨੈਲ ਸਿੰਘ ਰੋਡੇ ਵਾਲਿਆਂ ਨੂੰ ਅੱਜ ਪਗੜੀ ਦੀ ਰਸਮ ਹੋ ਰਹੀ ਹੈ ਜੀ। ਉਹ ਮੁੰਡੇ ਉਹ ਜਾਣਦੇ ਸੀ, ਸੰਤ ਆਉਂਦੇ ਰਹਿੰਦੇ ਸੀ ਮੇਰੇ ਕੋਲ ਜੀ। ਤਾਂ ਮੈਂ ਉੱਥੇ ਚਲਾ ਗਿਆ, ਉੱਥੇ ਇਕੱਠ ਬਹੁਤ ਸੀ, ਬਹੁਤ ਇਕੱਠ ਸੀ ਜੀ, ਤੇ ਮੈਂ ਥੋੜਾ ਜਿਹਾ ਪਿੱਛੇ ਬੈਠ ਗਿਆ ਜੀ, ਸਟੇਜ ਵੱਲ ਨਹੀਂ ਗਿਆ ਵੀ ਲੋਕ ਕੀ ਬੋਲਦੇ ਹੈ, ਕੀ ਵਾਦ ਵਾਦ ਚੱਲਦਾ ਹੈ ਜੀ। ਤਾਂ ਮੇਰੇ ਨਾਲ ਦਾ ਸਿੰਘ ਵੀ ਮੈਂ ਪਾ ਲਿਆ ਨਾਲ ਜੀ, ਤੇ ਜਦੋਂ ਪੱਗ ਦਿੱਤੀ ਤੇ ਮੈਂ ਸਰੂਪੇ ਦਿੱਤੇ, ਅੱਡੇ ਢੇਰ ਲੱਗ ਗਿਆ ਪੱਗਾਂ ਦਾ ਸਾਰਿਆਂ ਨੇ, ਤੇ ਐਂ ਖੜੇ ਭਾਈ ਅਮਰੀਕ ਸਿੰਘ ਅੱਗੇ, ਬਾਬਾ ਠਾਕਰ ਸਿੰਘ ਸਾਰੇ ਫੋਟੋ ਵਿੱਚ ਜੀ। ਤੇ ਉਦੋਂ ਮੁੜ ਕੇ ਜਦੋਂ ਮੈਨੂੰ ਕਹਿੰਦੇ, ਮੁੰਡਾ ਕਹਿੰਦਾ ਚੱਲ ਸਾਹਿਬ ਚੱਲ ਗਏ, ਟਾਈਮ ਹੋ ਗਿਆ, ਮੈਨੂੰ ਸ਼ੱਕ ਪੈ ਗਈ ਕਿ ਇਹ ਪਾਠ ਤਾਂ ਕਰਦਾ, ਇਹ ਸਪੀਚ ਲੈਕਚਰ ਤਾਂ ਕਦੇ ਕੀਤਾ ਨਹੀਂ ਜੀ, ਤੇ ਇਹ ਇੰਨੀ ਸੰਗਤ ਦੇ ਅੱਗੇ ਕੀ ਬੋਲੂਗਾ ਜੀ। ਪਰ ਮਹਾਰਾਜ ਦੀ ਕਿਰਪਾ, ਗੁਰੂ ਗੋਬਿੰਦ ਸਿੰਘ ਜੀ ਪ੍ਰਵੇਸ਼ ਹੋ ਗਏ ਜੀ। ਜਦੋਂ ਉਹਨਾਂ ਨੇ ਸਪੀਚ ਕਰਨੀ ਸ਼ੁਰੂ ਕਰਤੀ ਤੇ ਮੈਂ ਕਿਹਾ ਮਾਲਕਾ ਸਾਰੀਆਂ ਗੱਲਾਂ ਆ ਗਈਆਂ ਜਰਨੈਲ ਸਿੰਘ ਦੇ ਵਿੱਚ ਜੀ। ਔਰ ਫਿਰ ਅਸੀਂ ਉੱਥੋਂ ਚਲੇ ਗਏ, ਤੇ ਇਦੋਂ ਮਗਰੋਂ ਜਦੋਂ ਇਹਨਾਂ ਨੇ ਫਿਰ ਉੱਥੇ ਡਿਊਟੀ ਸਾਂਭੀ, ਸੇਵਾ ਸਾਂਭੀ, ਫਿਰ ਇਹਨਾਂ ਨੇ ਪੱਤਤ ਪੁਣੇ ਦੀ ਜਿਹੜੀ ਲਹਿਰ ਹੈ, ਜਿਹੜੀ ਨਸ਼ੇ ਦੀ ਹੈ, ਜਿਹੜੀ ਅੱਜ ਵੀ ਚੱਲ ਰਹੀ ਹੈ, ਉਹਨੂੰ ਖਤਮ ਕਰਨ ਵਾਸਤੇ, ਨੌਜਵਾਨਾਂ ਨੂੰ ਅੰਮ੍ਰਿਤ ਛਕਾਉਣ ਵਾਸਤੇ ਇੱਕ ਤਰਤੀਬ ਬਣਾਈ ਜੀ, ਬੀੜਾ ਚੱਕਿਆ ਕਾਲਜਾਂ ਦੇ ਵਿੱਚ, ਹਾਈ ਸਕੂਲਾਂ ਦੇ ਵਿੱਚ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸਥਾਪਿਤ ਕੀਤੀ ਜੀ। ਔਰ ਉਹਦੇ ਜਿਹੜੇ ਪ੍ਰਧਾਨ ਹੈ ਭਾਈ ਅਮਰੀਕ ਸਿੰਘ ਜੀ, ਜਿਹੜੇ ਸੰਤ ਮਹਾਂਪੁਰਸ਼ ਬਾਬਾ ਕਰਤਾਰ ਸਿੰਘ ਦੇ ਹੋਣਹਾਰ ਸਪੁੱਤਰ ਹੈ, ਉਹਨੂੰ ਬਣਾਇਆ ਜੀ। ਉਹਨਾਂ ਨੇ ਮਿਹਨਤ ਕਰਕੇ, ਅਣਥੱਕ ਮਿਹਨਤ ਕਰਕੇ ਸਕੂਲਾਂ ਦੇ ਵਿੱਚ ਸੈਮੀਨਾਰ ਕਰਾਏ ਤੇ ਸੰਤ ਵੀ ਜਾਂਦੇ ਰਹੇ ਜੀ। ਜਦੋਂ ਇੱਕਦਮ ਸਕੂਲਾਂ ਕਾਲਜਾਂ ਚ ਬਾਹਰ ਆ ਗਿਆ ਜੀ, ਬੁੱਧੀਜੀਵੀਆਂ ਚ ਬਾਹਰ ਆ ਗਿਆ,
ਤੇ ਸੰਤਾਂ ਨੇ ਪੰਜਾਬ ਦੇ ਵਿੱਚ ਫੇਰੀ ਸ਼ੁਰੂ ਕਰ ਦਿੱਤੀ ਜੀ। ਐਡੇ ਐਡੇ ਕੱਟ ਸ਼ੁਰੂ ਹੋ ਗਏ। ਇੱਕ ਦਿਨ ਮੈਂ ਨਾਲ ਗਿਆ ਸੈਂਪਲੀ ਸਾਹਿਬ ਗੁਰਦੁਆਰਾ ਸਰਹੰਦ ਦੇ ਕੋਲੇ ਜੀ। ਉੱਥੇ ਸੰਤ ਨਾਲ ਚਲੇ ਗਏ ਤੇ ਉੱਥੇ ਬਹੁਤ ਵੱਡਾ ਕੱਟ ਤੇ ਇੱਕ ਚੀਮਾ ਤੇ ਟੌੜਾ ਜੀ। ਰਾਤ ਨੂੰ ਸਾਡੇ ਕੋਲੇ ਆ ਕੇ ਬੈਠੇ ਸੰਤਾਂ ਕੋਲੇ ਤੇ ਫਤਿਹ ਬੁਲਾਈ। ਸੰਤ ਕਹਿੰਦੇ ਭਾਈ ਮੈਨੂੰ ਕਿਰਪਾਨਾਂ ਦੇ ਕਕਾਰ ਚਾਹੀਦੇ ਆ ਹੁਣੇ ਜੀ। ਤੇ ਉਹ ਕਹਿੰਦੇ ਜੀ ਕਿੰਨੇ? 150,000 ਦੀ ਗਿਣਤੀ ਸੰਤਾਂ ਨੇ ਕਹਿਤੀ ਜੀ। ਜਿਵੇਂ ਟੋੜੇ ਦਾ ਸੁਭਾਅ ਹੈ ਮਹਾਂਪੁਰਸ਼ ਉਹ ਇੰਨੇ ਤਾਂ ਹੁਣ ਕਿੱਥੋਂ ਮਿਲਣਗੇ ਜੀ। ਹੱਸ ਕੇ ਕਹਿੰਦੇ ਠੀਕ ਹੈ। ਤੇ ਸੰਤਾਂ ਨੇ ਅੰਮ੍ਰਿਤ ਛਕਾਉਣਾ ਸ਼ੁਰੂ ਕਰਤਾ ਜੀ। ਤੇ ਲੋਕ ਟਰਾਲੀਆਂ ਤੇ ਜਿਵੇਂ ਕਿਸੇ ਮੇਲੇ ਤੇ ਆਉਂਦੇ ਆ, ਤੀਰਥਾਂ ਤੇ ਆਉਂਦੇ ਆ, ਸੜਕਾਂ ਤੇ ਬਿਸਤਰੇ ਲੈ ਕੇ ਆ ਗਏ। ਮੈਂ ਅੱਖਾਂ ਨਾਲ ਦੇਖੇ ਜੀ ਤੇ ਅੰਮ੍ਰਿਤ ਛਕਿਆ 5,000 ਬੰਦੇ ਨੇ। ਤੇ ਉਦੋਂ ਮੁੜ ਕੇ ਜਿਹੜੀ ਟਰੱਕ ਯੂਨੀਅਨ ਆ ਸਰਹੰਦ ਦੀ, ਉਹ ਸੰਤਾਂ ਨੂੰ ਪ੍ਰਸ਼ਾਦਾ ਛਕਣ ਵਾਸਤੇ ਲੈ ਗਈ ਜੀ। ਦਾਸ ਵੀ ਨਾਲ ਗਿਆ ਜੀ। ਉਹਨਾਂ ਨੇ ਪ੍ਰਸ਼ਾਦਾ ਸੋਧ ਨਾਲ ਸਿੰਘ ਪਹਿਲਾਂ ਹੀ ਭੇਜਦੇ ਸੀ, ਸੰਤਾਂ ਨੇ ਬਣਾਇਆ ਤੇ ਛਕ ਲਿਆ। ਉਹਨਾਂ ਦਾ ਦਫ਼ਤਰ ਦੇ ਅੱਗੇ ਉਹਨਾਂ ਨੇ ਚਾਦਰਾਂ ਵਿਛਾ ਲਈਆਂ ਤੇ ਉੱਥੇ ਬਹਿ ਗਏ। ਤੇ ਸੰਤ ਕਹਿੰਦੇ ਵੀ ਅੱਜ ਕੋਈ ਫੈਸਲਾ ਕਰਕੇ ਜਾਣਾ ਜੀ। ਸ਼ਰਾਬ ਪ੍ਰਧਾਨ ਕੌਣ ਹੈ? ਉਹ ਕਹਿੰਦੇ ਜੀ ਫਲਾਣਾ ਚਾਦਰਾ ਬੰਦਾ ਹੋਵੇ। ਉਹ ਕਹਿੰਦੇ ਜੀ ਬਾਬਾ ਜੀ ਇਹਨੂੰ ਠੀਕ ਕਰ ਲਓ, ਅਸੀਂ ਸਾਰੇ ਅੰਮ੍ਰਿਤ ਛਕ ਲਾਂਗੇ ਜੀ। ਸੰਤ ਕਹਿੰਦੇ ਕਿਉਂ ਵੀ ਪ੍ਰਧਾਨ ਕਿੰਨੀ ਖੋਰ ਰਹਿੰਦੀ ਆ ਪੀਣ ਵਾਲੀ ਜੀ? ਕੋਈ ਸ਼ਰਾਬ ਘਟੀ ਜੀ? ਕੋਈ ਫੈਲ ਤੈਨੂੰ ਹੋਇਆ? ਉਰੇ ਆ ਜਾ ਮੇਰੇ ਕੋਲੇ। ਸੰਤ ਆਏ ਹੱਥ ਧਰ ਲੈਂਦੇ ਸੀ ਮੋਢੇ ਤੇ ਜੀ, ਪਤਾ ਨੀ ਕੀ ਉਦੋਂ ਕਰ ਦਿੰਦੇ ਸੀ। ਉਹ ਤਾਂ ਬਿਲਕੁਲ ਕਹਿੰਦਾ ਜੀ ਠੀਕ ਹੈ, ਜੋ ਹੁਕਮ ਹੈ ਜਕਾਰਾ ਛੱਡਦਾ ਜੀ। ਯੂਨੀਅਨ ਨੇ ਅੰਮ੍ਰਿਤ ਛਕਿਆ ਉੱਥੇ। ਫਿਰ ਜਗੀਰ ਸਿੰਘ ਮਸਤ ਸੀਗਾ ਕਮਿਸ਼ਨ ਜੀ, ਉਹਦਾ ਜਥਾ ਸੀ ਤੇ ਕਹਿੰਦੇ ਜਗੀਰ ਸਿਆ ਤੂੰ ਚੱਲ ਹੁਣ ਆਪਾਂ ਚੰਡੀਗੜ੍ਹ ਜਾਣਾ ਆ। ਉਹ ਕਹਿੰਦੇ ਜੀ ਚੰਡੀਗੜ੍ਹੋਂ ਰਸਤੇ 'ਚ ਕੱਟ ਕਿਵੇਂ ਹੋਣਗੇ? ਉਹ ਕਹਿੰਦੇ ਸ਼ੰਕਾ ਨਾ ਕਰੋ, ਸਪੀਕਰ ਬੰਨ ਲਓ ਤੇ ਜਾ ਕੇ ਕਹੋ ਵੀ ਸੰਤ ਮਹਾਂਪੁਰਸ਼ ਪਡਰਾਲੇ ਆ ਰਹੇ ਆ। ਬਲਕਿ ਆਪਦੇ ਆਪ ਨੂੰ ਸੰਤ ਤਾਂ ਉਹ ਕਹਿੰਦੇ ਨਹੀਂ ਸੀ ਜੀ। ਤੇ ਤੁਸੀਂ ਜਾਓ, ਸੰਗਤ ਕਹਿੰਦੀ ਤੁਸੀਂ ਅੰਮ੍ਰਿਤ ਛਕਾਈ ਚੱਲੋ, ਅਸੀਂ ਆਈ ਜਾਵਾਂਗੇ ਜੀ। ਫਿਰ ਉਹਨਾਂ ਨੇ 5 ਪਿਆਰੇ ਛੱਡ ਕੇ ਆਪ ਚਲੇ ਗਏ। ਤੁਸੀਂ ਹੈਰਾਨ ਹੋਵੋਗੇ, ਜਿੱਥੇ ਸੰਤ ਰੁਕਦੇ ਹਜ਼ਾਰਾਂ ਦੀ ਗਿਣਤੀ 'ਚ ਇਕੱਠ ਹੋਇਆ ਹੁੰਦਾ ਜੀ। ਲੋਕ ਆਮ ਵਾਰੇ ਨੌਜਵਾਨ ਦੂਜੇ ਤੀਜੇ। ਫਿਰ ਅਸੀਂ ਚੰਡੀਗੜ੍ਹ ਜਾ ਵੜੇ। ਚੰਡੀਗੜ੍ਹ ਪਹਿਲਾਂ ਸੁਨੇਹਾ ਕਰਤਾ ਸੀ, ਇੰਨਾ ਇਕੱਠ, ਲੋਕ ਉੱਠੀਆਂ ਤੇ ਖੜੇ ਤੇ ਇਕੱਠ ਬਹੁਤ ਜੀ। ਤੇ ਸੰਤ ਫਤਿਹ ਬੁਲਾ ਕੇ ਕਹਿੰਦੇ ਤੁਸੀਂ ਸਿਆਣੇ ਪੜ੍ਹੇ ਲਿਖੇ ਲੋਕ ਹੈ, ਮੈਂ ਤਾਂ ਅਨਪੜ੍ਹ ਹੈ, ਮੈਂ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ, ਤੁਸੀਂ ਫੈਸਲਾ ਕਰਿਓ ਕਿ ਅੱਤਵਾਦੀ ਹੈ ਜਾਂ ਸੱਤਵਾਦੀ ਜੀ। ਜਦੋਂ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਜੀ, ਨੋਟ ਕਰ ਲਓ, ਕਹਿੰਦੇ ਜੀ ਜੇ ਨਸ਼ਾ ਛਡਾਉਣ ਵਾਲਾ, ਅੰਮ੍ਰਿਤ ਛਕਾਉਣ ਵਾਲਾ, ਲੋਕਾਂ ਦੀਆਂ ਬਹੁ ਬੇਟੀਆਂ ਨੂੰ ਬਚਾਉਣ ਵਾਲਾ, ਵਸਾਉਣ ਵਾਲਾ, ਜ਼ੁਲਮ ਦਾ ਟਾਕਰਾ ਕਰਨ ਵਾਲਾ ਅੱਤਵਾਦੀ ਹੈ, ਤਾਂ ਫਿਰ ਮੈਂ ਪੱਕਾ ਅੱਤਵਾਦੀ ਜੀ। ਤੇ ਜੇ ਇਹ ਸੱਤਵਾਦੀ ਹੈ ਫਿਰ ਤੁਸੀਂ ਦੱਸੋ ਜੀ। ਇਹ ਗੱਲਾਂ ਸੁਣ ਕੇ ਬਹੁਤ ਵੀ ਪ੍ਰਭਾਵਿਤ ਹੋਈ ਤੇ ਉੱਥੋਂ ਅਸੀਂ ਬੜੀ ਮੁਸ਼ਕਲ ਨਾਲ ਇਕੱਠ 'ਚੋਂ ਸੰਤਾਂ ਨੂੰ ਲੈ ਕੇ ਗੱਡੀ 'ਚ ਪਾਇਆ ਤੇ ਉੱਥੋਂ ਆਏ। ਫਿਰ ਚੜ੍ਹਤ ਹੁੰਦੀ ਰਹੀ ਬਹੁਤ ਜ਼ਿਆਦਾ ਜੀ ਜੀ। ਤੇ ਉੱਥੋਂ ਮੁੜ ਕੇ ਸੰਤਾਂ ਨੇ ਉਹ ਨੌਜਵਾਨੀ ਤਿਆਰ ਕਰ ਲਈ, ਫੈਡਰੇਸ਼ਨ ਤਿਆਰ ਕਰ ਲਈ, ਵੱਡੇ ਇਕੱਠ ਹੋ ਗਏ। ਸੰਤ ਗੁਰੂ ਨਾਨਕ ਨਿਵਾਸ ਸੀਗੇ ਸਾਰੇ। ਉਹ ਗੁਰੂ ਨਾਨਕ ਨਿਵਾਸ 'ਚ ਕਿਉਂ ਆਏ? ਸੰਤ ਬੈਠੇ ਸੀ ਜੀ ਤੇ ਟੌੜਾ ਸਾਹਿਬ ਨੇ ਜਾ ਕੇ ਆਪਦੀ ਸਕੀਮ ਬਣਾਈ ਵੀ ਧਰਮ ਯੁੱਧ ਮੋਰਚਾ ਡਿਕਟੇਟਰ ਲੌਂਗੋਵਾਲ ਨੇ ਚਲਾਇਆ ਤੇ ਆਪਾਂ ਭਿੰਡਰਾਂ ਵਾਲੇ ਨੂੰ ਨਾਲ ਲਾ ਲਈਏ ਤੇ ਫਿਰ ਕੰਮ ਸਫਲ ਹੋ ਸਕਦਾ। ਉੱਥੋਂ ਫਿਰ ਟੌੜਾ ਸਾਹਿਬ ਗਈ, ਆ ਕੇ ਕਮਰੇ ਦਿੱਤੇ ਗੁਰੂ ਨਾਨਕ ਨਿਵਾਸ, ਜਦੋਂ ਕੋਈ ਪਹਿਲੇ ਕਮਰਾ ਵੀ ਨਹੀਂ ਸੀ ਮਿਲਦਾ ਜੀ। ਤੇ ਕਾਫੀ ਸਿੰਘ ਉੱਥੇ ਆ ਗਏ ਜੀ ਤੇ ਸ਼ੁਰੂ ਹੋ ਗਿਆ, ਸਪੀਚਾਂ ਕਰਨੀਆਂ ਸ਼ੁਰੂ ਹੋ ਗਈਆਂ।
ਮਰਜੀ ਵਡਿਆ ਦੀਆਂ ਲਿਸਟਾਂ ਬਣਾਉਣ ਲੱਗ ਪਏ ਹਰਚੰਦ ਸਿੰਘ ਲੰਗੋਵਾਲ ਵੀ ਤੇ ਸੰਤ ਵੀ ਤੇ ਮੈਂ ਆਪ ਅੱਖਾਂ ਨਾਲ ਦੇਖੇ ਕਿ ਲੰਗੋਵਾਲ ਤੇ ਸੰਤ ਮਹਾਂਪੁਰਸ਼ ਇੱਕ ਕੰਬਲ ਲੈ ਕੇ ਡੱਬੀਆਂ ਵਾਲਾ ਇੱਕ ਮੰਜੇ ਤੇ ਬੈਠੇ ਆ ਤੇ ਦੁੱਧ ਪੀ ਰਹੇ ਆ ਜੀ ਤੇ ਸਪੀਚਾਂ ਇਕੱਠੀਆਂ ਕਰਦੇ ਰਹੇ ਲੋਕ ਬੜੇ ਪ੍ਰਭਾਵਿਤ ਹੋ ਗਏ ਆਖਰ ਨੂੰ ਸੰਤਾਂ ਦੇ ਕਮਰੇ 'ਚ ਗੁਰੂ ਨਾਨਕ ਨਿਵਾਸ ਸਾਰੇ ਲੋਕ ਸਣੇ ਅਕਾਲੀ ਕਾਂਗਰਸ ਜੋ ਵੀ ਗੁਰੂ ਨਾਨਕ ਨਾਮ ਲੇਵਾ ਹੈ ਹਿੰਦੂ ਵੀ ਜੀ ਲਗਾਤਾਰ ਤਾਂਤਾ ਲੱਗ ਗਿਆ ਤੇ ਲੰਗੋਵਾਲ ਸਮੁੰਦਰੀ ਹਾਲ 'ਚ ਇੱਧਰ ਸੀਗਾ ਉਹਦੇ ਕੋਲ ਇੱਕ ਨਿੰਗ ਸਿੰਘ ਸੇਵਾਦਾਰ ਸੀ ਹੋਰ ਬੰਦਾ ਨਹੀਂ ਕੋਈ ਜਾਂਦਾ ਸੀ ਜੀ ਉਹਨਾਂ ਨੇ ਸੋਚਿਆ ਇਹ ਕੀ ਹੋ ਗਿਆ ਤੇ ਉੱਧਰ ਭਾਈ ਮਰੀਕ ਸਿੰਘ ਥਾਰਾ ਸਿੰਘ ਇਹ ਫੜੇ ਹੋਏ ਸੀ ਪੁਲਿਸ ਨੇ ਤੇ ਇਹਨਾਂ ਦੀ ਖਾਤਰ ਵੀ ਮੋਰਚਾ ਸੰਤਾਂ ਨੇ ਲਾ ਤਾ ਸੰਤ ਕਹਿੰਦੇ ਧਰਮ ਯੁੱਧ ਮੋਰਚਾ ਕਿਵੇਂ ਕੀ ਹੈ ਇਹ ਧਰਮ ਯੁੱਧ ਪਾਣੀ ਗੱਲਾਂ ਤਾਂ ਸਾਰਿਆਂ ਨੂੰ ਚਾਹੀਦਾ ਜੀ ਇਹਦੇ 'ਚ ਧਰਮ ਦੀ ਕਿਹੜੀ ਗੱਲ ਆ ਗਈ ਤੇ ਤੁਸੀਂ ਫਿਰ ਅੰਮ੍ਰਿਤਸਰ ਪਵਿੱਤਰ ਸ਼ਹਿਰ ਕਰਨਾ ਕਾਫੀ ਗੱਲਾਂ ਹੋਰ ਜੋੜ ਲਈਆਂ ਧਾਰਮਿਕ ਜੀ ਅਨੰਦਪੁਰ ਦਾ ਮਤਾ ਹਰ ਚੀਜ਼ਾਂ ਤਾਂ ਫਿਰ ਭਾਈ ਜਦੋਂ ਉਹਨਾਂ ਨੂੰ ਪਤਾ ਲੱਗਾ ਚੜ੍ਹਤ ਹੋ ਗਈ ਫਿਰ ਕਲੈਸ਼ ਹੋ ਗਿਆ ਜੀ ਕਲੈਸ਼ ਹੋ ਗਿਆ ਤਾਂ ਉੱਧਰ ਸੰਤ ਜਰਨੈਲ ਸਿੰਘ ਸ਼੍ਰੋਮਣੀ ਅਕਾਲੀ ਦਲੋਂ ਨਾਲੋਂ ਟੁੱਟਣਾ ਨਹੀਂ ਸੀ ਚਾਹੁੰਦੇ ਜੀ ਕਿਉਂਕਿ ਸਾਡਾ ਪਰਿਵਾਰ ਅਕਾਲੀ ਹੈ ਤੇ ਹੁਣ ਵੀ ਅਕਾਲੀ ਹੈ ਕਾਲੀ ਨਹੀਂ ਜੀ ਇਸ ਕਰਕੇ ਉਹਨਾਂ ਦੀ ਜਿਹੜੀ ਰੁਚੀ ਸੀ ਚੜ੍ਹਦੀ ਕਲਾ ਚ ਰਵੇ ਉਹ ਸਪੀਚ 'ਚ ਕਹਿੰਦੇ ਸੀ ਉਹ ਅਕਾਲੀਓ ਤੁਸੀਂ ਭੁਲੇਖੇ ਚ ਨਾ ਆਓ ਭਰਮ ਚ ਨਾ ਆਓ ਮੈਂ ਤਾਂ ਦਮਦਮੀ ਟਕਸਾਲ ਦਾ ਸੇਵਾਦਾਰ ਹੈ ਮੈਂ ਜੇ ਕੁਛ ਬਣਾ ਵਜ਼ੀਰ ਬਣਾ ਮੇਰਾ ਸਿਰ ਤੇ ਤੁਹਾਡ ਕੇ ਇਹੋ ਜਿਹੀਆਂ ਗੱਲਾਂ ਕਰ ਦਿੰਦੇ ਸੀ ਜੀ ਉਹਨਾਂ ਨੇ ਫਿਰ ਇਹ ਨਰਕ ਧਾਰੀਆਂ ਦਾ ਕਲੈਸ਼ ਹੋ ਗਿਆ ਜੀ ਉਹਦੇ 'ਚ ਕਲੈਸ਼ ਹੋ ਕੇ ਜ਼ਿਆਦਾ ਇਹ ਗੱਲਾਂ ਜਿਹਦੇ ਨਾਲ ਸੰਤ ਪਾਸੇ ਹੋਏ ਤੇ ਜਦੋਂ ਕਲੈਸ਼ ਹੋ ਗਿਆ ਸਾਡੇ 11 ਬੰਦੇ ਮਾਰਤੇ ਉੱਥੇ ਰੇਲਵੇ ਲਾਈਨ ਦੇ ਕੋਲੇ ਇੱਕ ਗੁਰਦੁਆਰਾ ਹੁਣ ਬਣਿਆ ਹੋਇਆ ਉੱਥੇ ਸਿੰਘ ਸ਼ਹੀਦ ਕਰਦੇ ਤੇ ਉਹ ਜਿਹੜਾ ਮਾਲਕ ਸੀ ਉਹਨਾਂ ਦਾ ਉਹ ਸਾਧ ਉਹ ਉੱਥੋਂ ਨਿਕਲ ਗਿਆ ਇੰਨੇ ਬੰਦੇ ਮਾਰ ਕੇ ਸੋ ਫਿਰ ਸ਼੍ਰੋਮਣੀ ਕਮੇਟੀ ਖੜੇ ਹੋਏ ਭਾਈ ਅਮਰੀਕ ਸਿੰਘ ਇਹਨਾਂ ਨੇ ਉਮਰਾਂ ਨਕਲ ਗਲਿਆਰਤਾ ਜੀ ਤੇ ਉੱਥੇ ਸਾਰੀ ਵਜ਼ੀਰੀ ਜਾ ਕੇ ਵੋਟਾਂ ਬਣਾ ਕੇ ਹੋਰ ਲੋਕਾਂ ਦੀਆਂ ਮੋਹਣਿਆਂ ਦੀਆਂ ਖੜੀਆਂ ਕਰਤੀਆਂ ਤੇ ਸੰਤ ਥੋੜੀਆਂ ਵੋਟਾਂ ਤੇ ਹਰਾ ਤੇ ਕੱਤੀਆਂ ਪਿੰਡਾਂ 'ਚ ਪਰੇ ਸੰਤ ਜਿੱਤ ਗਏ ਅਸੀਂ ਉੱਥੇ ਸੀ ਉਦੋਂ ਤੇ ਇਹ ਸਾਰਾ ਕੁਝ ਕਰਕੇ ਸੰਤਾਂ ਨਾਲ ਕਲੈਸ਼ ਫਿਰ ਇਹ ਗੁਪਤ ਗੱਲਾਂ ਕਿ ਜਦੋਂ ਜਿਹੜਾ ਦਿੱਲੀ ਹੈ ਉਹਦੇ ਕੋਲੇ ਘੋੜਾ ਬਣਾਇਆ ਹੋਇਆ ਉਹ ਦਸਤਾ ਪਾੜਦੇ ਆ ਕੋਈ ਦਸਤਾ ਮਿਲ ਜੇ ਤੇ ਦਸਤਾ ਸੂਬੇ ਦੀ ਸਰਕਾਰ ਹੁੰਦੀ ਹੈ ਕਿਉਂਕਿ ਐਵੇਂ ਸਰਕਾਰ ਨਹੀਂ ਕੁਛ ਕਰ ਸਕਦੀ ਤਾਂ ਇੱਧਰ ਦਸਤਾ ਮਿਲ ਗਿਆ ਇਹਨਾਂ ਨੇ ਇਹ ਕਿਹਾ ਕਿ ਇਹ ਹੁਣ ਸਾਡੇ ਵੱਸ ਦੀ ਗੱਲ ਨਹੀਂ ਜੀ ਇਸ਼ਾਰਾ ਕਰਤਾ ਉਹਨਾਂ ਨੇ ਫੌਜ ਚੜਾ ਦੀ ਫੌਜ ਚੜਾ ਕੇ ਕਹਿਣ ਲੱਗੇ ਤੂੰ ਤੇ ਸੰਤ ਪਹਿਲਾਂ ਗੁਰੂ ਨਾਨਕ ਨਿਵਾਸ ਤੇ ਸੀ ਫਿਰ ਲੰਗਰ ਤੇ ਚਲੇ ਗਏ ਤੇ ਆਖਰੀ ਦਿਨਾਂ 'ਚ ਅਕਾਲ ਤਖ਼ਤ ਦੀ ਛੱਤ ਤੇ ਸੀ ਇੱਕ ਦਿਨ ਜਿਹੜੇ ਆਖਰੀ ਦਿਨਾਂ 'ਚ ਹੀ ਦੋਨੇ ਭਰਾ ਅਕਾਲ ਤਖ਼ਤ ਦੀ ਛੱਤ ਦੇ ਉੱਤੇ ਥੱਲੇ ਬਿਸਤਰੇ ਵਿਛਾ ਕੇ ਪਏ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਪਹਿਲਾਂ ਸੰਤਾਂ ਦੇ ਕੋਲੇ ਕੋਈ ਹਥਿਆਰ ਲਸਾਂਸੀ ਹਥਿਆਰ ਸੀ ਲੋਕਾਂ ਕੋਲੇ ਲਿਆਉਂਦੇ ਸੀ ਤੇ ਘਰੇ ਲੈ ਜਾਂਦੇ ਸੀ ਜਿਹੜੇ ਲਸਾਂਸੀ ਹਥਿਆਰ ਸੰਤਾਂ ਨੂੰ ਮਿਲੇ ਸੀ ਉਹ ਸੀ ਜਦੋਂ ਸੰਤਾਂ ਨੂੰ ਪਤਾ ਲੱਗ ਗਿਆ ਵੀ ਹੁਣ ਇੱਥੇ ਹਮਲਾ ਤੇ ਅਟੈਕ ਹੋਊਗਾ ਜੀ ਇਹਦੇ ਤੇ ਕੋਈ ਜਵਾਬ ਦੇਣ ਵਾਸਤੇ ਸਾਡੇ ਕੋਲ ਕੁਛ ਨਹੀਂ ਉਹਨਾਂ ਨੇ ਕੀ ਪ੍ਰਬੰਧ ਕੀਤਾ ਕਿਵੇਂ ਕੀਤਾ ਕਿੱਥੋਂ ਦੀ ਆਇਆ ਇਹ ਕਿਸੇ ਨੂੰ ਕੀ ਪਤਾ ਹੈ ਜੀ ਤੇ ਜਦੋਂ ਸਰਕਾਰ ਕਹਿੰਦੀ ਹੈ ਉੱਥੋਂ ਆਹ ਹਥਿਆਰ ਮਿਲਿਆ ਉੱਥੋਂ ਰਾਕਟ ਮਿਲਿਆ ਉਹ ਸਰਕਾਰ ਵਾਲੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਛੱਡ ਦਿਓ ਸਰਕਾਰ ਜਦੋਂ ਤੁਹਾਡੇ ਰਾਜ ਵਿੱਚ ਐਡੇ ਐਡੇ ਹਥਿਆਰ ਗਿਣਤੀ ਵਿੱਚ ਅਲਮ ਜੀਆਂ ਆ ਗਈਆਂ ਤੁਸੀਂ ਕੀ ਕਰਦੇ ਹੈ ਸਿਕਿਉਰਿਟੀ ਤੁਹਾਡੀ ਕੀ ਕਰਦੀ ਹੈ ਸੋ ਉਦੋਂ ਬਾਅਦ 'ਚ ਉਹਨਾਂ ਨੇ ਕਿਹਾ
ਤੂੰ ਸਰੈਂਡਰ ਕਰ ਦੇ। ਉਹ ਕਹਿੰਦੇ ਮੈਂ ਕਿਸੇ ਨੂੰ ਕੁਝ ਨਹੀਂ ਕਹਿੰਦਾ, ਜੇ ਤੁਸੀਂ ਵਰਦੀ ਨਾ ਬੂਟਾ ਨਾ ਅੰਦਰ ਆਉਣੇ ਆ ਹਮਲਾ ਕਰਦੇ ਆ ਤਾਂ ਮੂੰਹ ਤੋੜ ਮੈਂ ਜਵਾਬ ਦੇਊਂਗਾ ਜੀ। ਉੱਥੇ ਬਹੁਤ ਵੱਡੀ ਲੜਾਈ ਹੋਈ, ਉਹ ਜ਼ਿਆਦੇ ਉੱਥੇ ਦਿਆਲ ਸੁੰਦਰ ਜੀ ਜਨਰਲ ਵੈਦਿਆ ਇਹ ਸਾਰੇ ਲੜਾਈ ਬਹੁਤ ਜ਼ਿਆਦਾ ਹੋ ਗਈ। ਅਤੇ ਜਦੋਂ ਸੰਤਾਂ ਨੇ ਮੂੜਵਾਂ ਜਵਾਬ ਦੇਤਾ ਅਤੇ ਬੁਰਾ ਹਾਲ ਕਰਤਾ ਉੱਥੇ ਸਾਰਿਆਂ ਨੂੰ ਕੈਜੁਅਲਟੀ ਕਰਤੀ ਬਹੁਤ ਵੱਡੀ। ਅਤੇ ਫਿਰ ਮੀਟਿੰਗ ਹੋਈ, ਮੀਟਿੰਗ ਕੁਛ ਜਨਰਲ ਕਹਿਣ ਲੱਗੇ ਵੀ ਆਪਾਂ ਨੂੰ ਲੜਾਈ ਨਹੀਂ ਕਰਨੀ ਚਾਹੀਦੀ ਜੀ, ਕੱਲ੍ਹ ਨੂੰ ਪਾਕਿਸਤਾਨ ਚਾਈਨਾ ਨਾਲ ਲੜਾਈ ਹੋਈ ਆਪਣੇ ਲੋਕਾਂ ਨੇ ਮਦਦ ਨਹੀਂ ਕਰਨੀ, ਇਸ ਕਰਕੇ ਆਪਾਂ ਇਹਨੂੰ ਇਹਨੂੰ ਬੰਦ ਕਰੀਏ। ਅਤੇ ਜਿਹੜੇ ਫਿਰਕਾ ਪ੍ਰਸਤ ਸੀ ਉਹ ਕਹਿੰਦੇ ਨਹੀਂ, ਹੁਣ ਪਿੱਛੇ ਨਹੀਂ ਹਟਿਆ ਜਾ ਸਕਦਾ। ਫਿਰ ਇੰਦਰਾ ਗਾਂਧੀ ਨੂੰ ਉਹਨਾਂ ਨੇ ਕੀਤਾ ਟੈਲੀਫੋਨ ਕਿ ਇਹ ਹੁਣ ਸਾਡੇ ਨਾਲ ਇਹਨਾਂ ਹਥਿਆਰਾਂ ਨਾਲ ਕੁਛ ਨਹੀਂ ਬਣਦਾ ਜੀ। ਫਿਰ ਮਨਜ਼ੂਰੀ ਲਈ ਟੈਂਕਾਂ ਦੀ RCL ਗਨ ਜਿਹੜੀ ਟੈਂਕ ਦੀ ਚੇਨ ਨੂੰ ਤੋੜ ਦਿੰਦੀ ਹੈ, RCL ਜੀਭ ਤੇ ਲੋਡ ਹੁੰਦੀ ਹੈ, ਇੱਥੇ ਫਾਇਰ ਕਰਕੇ ਦੂਜੇ ਥਾਂ ਜਾ ਵੜਦੀ ਹੈ ਜੀ। ਤੇ ਇਹ ਜਦੋਂ ਟੈਂਕ ਆ ਗਏ ਤੇ ਆ ਕੇ ਪਿੱਛੋਂ ਲਾਈਟ ਟੈਂਕ ਦੀ ਇੰਨੀ ਹੁੰਦੀ ਬੰਦਾ ਨਾ ਹੋ ਜਾਂਦਾ ਜੀ। ਉਹ ਲਾਈਟ ਫਿਕਸ ਕਰਕੇ ਅਕਾਲ ਤਖ਼ਤ ਵੱਲ ਪਿੱਛੇ ਫੌਜ ਗਈ। ਤੇ ਫਿਰ ਸਿੰਘਾਂ ਨੇ ਜਕਾਰੇ ਛੱਡ ਤੇ ਸੰਤਾਂ ਨੇ ਅਰਦਾਸ ਕਰਕੇ ਕਿਹਾ ਸਿੰਘੋ ਹੁਣ ਵੇਲਾ ਹੈ, ਬਸ ਵੇਲਾ ਖੁੰਝ ਨਾ ਜਾਵੇ। ਬਸ ਫਿਰ ਜਕਾਰੇ ਛੱਡ ਕੇ ਉਹ ਸਾਰੇ ਉਹ ਜਿਹੜੀ ਹੈ LMG ਬੀਟ ਦੀ ਇਹਨਾਂ ਨੇ ਜਿਹੜੀਆਂ ਪੌੜੀਆਂ ਪੁਰਾਣੇ ਕਾਲ ਤੱਕ ਥੱਲੇ ਉਤਰਦੀਆਂ ਜੀ, ਉੱਥੇ ਸਿੰਘ ਬਹੁਤ ਜ਼ਿਆਦਾ ਨੌਜਵਾਨ 30 ਸਾਲ ਤੋਂ ਥੱਲੇ ਬੂ ਸ਼ਰਟਾਂ ਪੈਂਟਾਂ ਪਜਾਮੇ ਅਮਰਧਾਰੀ ਤਕਰੀਬਨ ਸਾਰੇ ਉੱਥੇ ਸ਼ਹੀਦ ਹੋਏ ਪਏ ਸੀ, ਉਹ ਮੈਂ ਬਾਅਦ 'ਚ ਦੱਸੂੰਗਾ। ਸੋ ਇਹ ਸਾਰਾ ਕੁਛ ਹੋ ਕੇ ਇਹ ਘਟਨਾ ਘਟ ਗਈ ਬਹੁਤ ਜ਼ਿਆਦਾ। ਅਤੇ ਜਦੋਂ ਐਡਾ ਵੱਡਾ ਗੱਲ ਹੋ ਗਈ ਸਾਰੀ ਤਾਂ ਇਹਨਾਂ ਨੇ 5 ਤੇ 6 ਦੀ ਰਾਤ ਨੂੰ ਸੰਤ ਸ਼ਹੀਦ ਹੋਏ ਅਤੇ ਇਹਨਾਂ ਨੇ 7 ਵਜੇ ਡਿਕਲੇਅਰ ਕਰਤਾ, BBC ਲੰਡਨ ਦੀ ਖਬਰ ਆ ਗਈ ਕਿ ਸੰਤਾਂ ਦਾ ਸ਼ਵ ਮਿਲ ਗਿਆ। ਕਿਉਂਕਿ ਪਹਿਲਾਂ ਇਹਨਾਂ ਨੇ ਡਿਕਲੇਅਰ ਨਹੀਂ ਕੀਤਾ ਕਿ ਕੀ ਪਤਾ ਹੈ। ਫਿਰ ਜਿਹੜੇ ਸਾਡੇ ਡਾਕਟਰ ਸੀ ਉੱਥੇ ਸੰਤਾਂ ਕੋਲ ਜਾਂਦੇ ਜਾਂ CID ਵਾਲੇ ਅਫਸਰ ਸੀ, ਉਹਨਾਂ ਨੇ ਬਕਾਇਦਾ ਦੇਖ ਕੇ ਸੰਤਾਂ ਨੂੰ ਅਤੇ ਇਹ ਡਿਕਲੇਅਰ ਦਿੱਲੀ ਤੋਂ ਡਿਕਲੇਅਰ ਹੋਇਆ ਕਿ ਸੰਤਾਂ ਦਾ ਸ਼ਵ ਮਿਲ ਗਿਆ। ਮੈਂ ਉਦੋਂ ਜਲੰਧਰ ਸੀ ਜੀ, ਤੇ ਜਦੋਂ ਮੈਂ ਦਫ਼ਤਰ ਚੋਂ ਵਰਦੀ ਪਾ ਕੇ, ਉਦੋਂ ਮੈਂ ਸੂਬੇਦਾਰ ਮੇਜਰ ਸੀ ਜੀ, ਮੈਂ ਜਦੋਂ ਵਰਦੀ ਪਾ ਕੇ ਦਫ਼ਤਰ ਆਉਣ ਲੱਗਾ ਤੇ ਮੈਂ ਖਬਰ ਸੁਣੀ ਬੜਾ ਸੀਕਰਟ ਐਕਸ਼ਨ ਹੋਇਆ ਜੀ, ਕੋਈ ਪਤਾ ਨਹੀਂ। ਤੇ ਜਦੋਂ ਮੈਂ ਬਾਹਰ ਨਿਕਲਿਆ ਤੇ 2 ਸੰਤਰੀ ਮੇਰੇ ਡੇਰੇ ਤੇ ਲੱਗੇ ਆ ਤੇ ਬਾਕੀ 2 ਖੜੇ ਸਾਰੇ। ਮੈਂ ਆਪਦੇ ਕਰਨਲ ਕੋਲ ਗਿਆ ਤੇ ਮੈਂ ਉਹ ਰਿਪੋਰਟ ਦੇਣੀ ਹੁੰਦੀ ਹੈ, ਉਹ AB ਸ਼ਰੱਟੀ ਕਰਨਲ ਮਰ ਗਿਆ ਵਿਚਾਰਾ, AB ਸ਼ਰੱਟੀ। ਉਹ ਬੜੇ ਭਰੇ ਮਨ ਨਾਲ ਰੋ ਕੇ ਕਹਿੰਦਾ ਸੰਤ ਭਾਈ ਸਾਹਿਬ ਤਾਂ ਮਾਰੇ ਗਏ। ਤੇ ਮੈਂ ਗੁੱਸੇ ਨਾਲ ਮੈਂ ਕਿਹਾ ਤੁਹਾਡੀ ਤਾਂ ਸ਼ਰਾਰਤੀ ਇਹ ਸੀ। ਮੈਂ ਦਫ਼ਤਰ ਚਲਾ ਗਿਆ, ਕੁਝ ਸਿੰਘ ਮੇਰੇ ਕੋਲ ਆਏ, ਮੈਂ ਕਿਹਾ ਬਸ ਤੁਸੀਂ ਆਪਦਾ ਕੰਮ ਕਰੋ। ਮੈਂ ਦੁਬਾਰਾ ਫਿਰ ਗਿਆ ਉਹਦੇ ਕੋਲ, ਮੈਂ ਕਿਹਾ ਜੀ ਮੈਂ ਜਾਣਾ ਉੱਥੇ। ਮੈਨੂੰ ਕਹਿੰਦੇ ਸਾਹਿਬ ਤੁਸੀਂ ਕਿਵੇਂ ਜਾਓਗੇ, ਉੱਥੇ ਤਾਂ ਬੜਾ ਗਦਰ ਹੈ, ਲੱਖਾਂ ਬੰਦਾ ਆਇਆ ਜਾਂਦਾ ਪੁਲਾਂ 'ਤੇ ਲੋਕ ਰੋਕ 'ਤੇ, ਤੁਸੀਂ ਕਿਵੇਂ ਜਾਓਗੇ। ਮੈਂ ਕਿਹਾ ਜੀ ਮੈਂ ਉਹਨੇ ਗੌਰੀ ਸ਼ੰਕਰ ਆਏ ਜਨਰਲ ਕੋਰ ਕਮਾਂਡਰ ਉਹ ਜਲੰਧਰ, ਅਤੇ ਉਹਨੂੰ ਟੈਲੀਫੋਨ ਕੀਤਾ। ਉਹ ਬਹੁਤ ਭੈੜੇ ਤਰੀਕੇ ਨਾਲ ਬੋਲਿਆ, ਕਹਿੰਦਾ ਬਲੈਡੀ ਹੈਲ ਤੂੰ ਉਹਨਾਂ ਨੂੰ ਭੇਜ ਕੇ ਉੱਥੇ ਗਦਰ ਕਰਨਾ ਹੈ। ਮੈਂ ਕਿਹਾ ਮੈਂ ਕੋਲ ਖੜਾ ਸੀ, ਮੈਂ ਕਿਹਾ ਸਾਹਿਬ ਤੁਸੀਂ ਇਹ ਟੈਲੀਫੋਨ ਵਾਲੀਆਂ ਗੱਲਾਂ ਨਹੀਂ, ਤੁਸੀਂ ਮੈਨੂੰ ਉੱਥੇ ਭੇਜ ਦਿਓ ਤਾਂ ਸ਼ਾਇਦ ਕੋਈ ਬੱਚਤ ਹੈ ਅਤੇ ਨਹੀਂ ਗਦਰ ਹੋਊਗਾ ਜੀ, ਤੇ ਮੇਰੇ ਵਾਸਤੇ ਰਾਹ ਕੀ ਹੈ ਜੀ। ਤਾਂ ਉਹਨਾਂ ਨੇ, ਕਿਉਂਕਿ ਜਦੋਂ ਮੈਂ ਦੇਖ ਲਿਆ ਕਿ 2 ਬੰਦੇ ਲੱਗੇ ਆ,
ਸਾਰੇ ਕਾਰਡ ਡਬਲ ਕਰਤੀ ਮੇਰੀ ਖਾਤਰ ਜੀ। ਤੇ ਮੈਂ ਉੱਥੋਂ ਮੈਨੂੰ ਉਹਨੇ ਗੌਰੀ ਸ਼ੰਕਰ ਨੇ ਕਰਨਲ ਨੂੰ ਕਹਿਤਾ ਕਿ ਹੁਣ ਤੇਰੀ ਜ਼ਿੰਮੇਵਾਰੀ ਹੈ ਭੇਜਦੀ ਜੀ। ਮੈਂ ਇੱਕ ਹੰਸ ਰਾਜ ਸੂਬੇਦਾਰ ਮੇਰਾ ਅਡਜੁਟੈਂਟ ਸੀ ਤੇ ਤਿੰਨ ਚਾਰ ਸਿਪਾਹੀ ਸਾਡੇ ਉਹ ਨਾਲ ਲੈ ਲਏ ਤੇ ਮੈਂ ਉੱਥੇ ਖਾਲਸਾ ਕਾਲਜ ਚਲਾ ਗਿਆ ਜੀ। ਖਾਲਸਾ ਕਾਲਜ ਮੈਨੂੰ ਕਹਿੰਦੇ ਉੱਥੇ ਆ ਜਾਓ। ਖਾਲਸਾ ਕਾਲਜ ਦੇ ਵਿੱਚ ਇੱਕ ਸੈਂਡ ਮਾਡਲ ਬਣਿਆ ਹੋਇਆ ਸੀ। ਸੈਂਡ ਮਾਡਲ ਜੀ, ਸੈਂਡ ਮਾਡਲ ਦਾ ਮਤਲਬ ਗਰਾਊਂਡ ਦੇ ਉੱਤੇ ਉਹ ਨਕਸ਼ਾ ਜਿਹੜਾ ਜ਼ਮੀਨ ਤੇ ਬਣਿਆ ਹੋਇਆ, ਕਿੱਥੋਂ ਦੀ ਹਮਲਾ ਕਰਨਾ, ਕਿਹੜੇ ਪਾਸੇ ਦੀ ਜਾਣਾ, ਕੁਰਸੀਆਂ ਲੱਗੀਆਂ ਉਹਨੂੰ ਬਰੀਫਿੰਗ ਤੋਂ ਪਹਿਲਾਂ ਜੀ। ਉੱਥੇ ਬੰਦਾ ਕੋਈ ਨਹੀਂ ਸੀ। ਜਦੋਂ ਮੈਂ ਦੇਖਿਆ ਤੇ ਵਿਚਾਲੇ ਹਰਿਮੰਦਰ ਸਾਹਿਬ ਦਾ ਮਾਡਲ ਰੱਖਿਆ ਹੋਇਆ ਸੀ ਟੇਬਲ ਤੇ ਜੀ, ਮੈਂ ਹੈਰਾਨ ਹੋ ਗਿਆ ਵੀ ਇੱਥੇ ਤਾਂ ਪੂਰੀ ਬਰੀਫਿੰਗ ਹੋਈ ਹੈ ਜੀ। ਇੱਥੇ ਤਾਂ ਸਾਰਾ ਕੁਛ ਚੱਲਿਆ ਵਾਲਾ ਬਾਗ ਦਿਖਾਇਆ ਹੋਇਆ, ਮਾਤਾ ਸਾਹਿਬ ਦੀ ਵਾਰਾ ਸਾਰਾ ਕੁਛ ਦੱਸਿਆ ਹੋਇਆ ਜੀ। ਮੈਂ ਉੱਥੇ ਪੰਜ ਦਸ ਮਿੰਟ ਖੜਾ ਤੇ ਉਸ ਤੋਂ ਕੋਈ ਵੀ ਨਾ, ਫਿਰ ਉਹ ਗੌਰੀ ਸ਼ੰਕਰ ਇੱਥੋਂ ਜਲੰਧਰ ਉੱਥੇ ਜਾ ਵੜਿਆ ਜੀ। ਉਹ ਮੈਨੂੰ ਕਹਿੰਦਾ ਸਾਹਿਬ ਕਿਆ ਬਾਤ ਹੈ। ਉਹ ਮੈਂ ਕਿਹਾ ਇੱਥੇ ਤਾਂ ਕੋਈ ਪੁੱਛਦਾ ਹੀ ਨਹੀਂ। ਉਹਨੇ ਇੱਕ ਕਰਨਲ ਨੂੰ ਬੁਲਾਇਆ, ਉਹਨੂੰ ਕਹਿੰਦਾ ਵੀ ਉਹਨੇ ਦੱਸਿਆ ਨੀ ਇਹ ਕੌਣ ਹੈ ਜੀ, ਇਹਨੂੰ ਜਲਿਆਂਵਾਲੇ ਬਾਗ ਦੇ ਕੋਲੇ ਲੈ ਜਾ, ਉੱਥੇ ਗੱਡੀ ਗਲਿਆਰ ਕੇ ਇਹਦਾ ਹਥਿਆਰ ਰਖਾ ਲਈ ਤੇ ਗਾਂ ਤੂੰ ਇਹਨੂੰ ਘੰਟਾ ਘਰ ਕੋਲੇ ਲੈ ਜਾ ਜੀ। ਉਹਨੇ ਮੈਨੂੰ ਆਪਦੀ ਗੱਡੀ ਅੱਗੇ ਲਾ ਲਈ ਤੇ ਜਲਿਆਂਵਾਲੇ ਬਾਗ ਦੇ ਕੋਲੇ ਗੱਡੀ ਮੇਰੀ ਗਲਿਆਰ ਲਈ ਵਨ ਟਨ ਗੱਡੀ ਜੀ। ਤੇ ਮੈਂ ਉਹਦੇ ਤੇ ਉਤਰ ਕੇ ਜਦੋਂ ਜਾਣ ਲੱਗਾ ਮੈਨੂੰ ਕਹਿੰਦਾ ਸਾਹਿਬ ਤੁਸੀਂ ਆਪਦੀ ਸਟੇਨ ਇੱਥੇ ਰੱਖ ਦਿਓ ਜੀ। ਮੈਂ ਆਪਦੀ ਸਟੇਨ ਰੱਖਤੀ ਤੇ ਮੈਂ ਉੱਥੇ ਜਾ ਕੇ ਜਦੋਂ ਪੈਰ ਧੋਈਦੇ ਆ ਜਿੱਥੇ ਤੇ ਗਾਂ ਥੜਾ ਹੈ, ਮੈਂ ਜਦੋਂ ਜੇ ਬਾਹਰ ਹੀ ਖੜਾ ਸੀ ਮੇਰੇ ਨੌਜਵਾਨ ਕਹਿੰਦੇ ਸਾਹਿਬ ਭਾਈ ਸਾਹਿਬ ਤਾਂ ਸ਼ਹੀਦ ਹੋਏ ਪਏ, ਕਿਉਂਕਿ ਤਿੰਨ ਡੇਡ ਬਾਡੀਆਂ ਸੰਤਾਂ ਦੀ, ਭਾਈ ਅਮਰੀਕ ਸਿੰਘ ਦੀ, ਜਨਰਲ ਸ਼ਵੇਕ ਸਿੰਘ ਦੀ, ਇਹ ਉਸ ਪਲੇਟਫਾਰਮ ਤੇ ਰੱਖੀਆਂ ਹੋਈਆਂ ਸੀ ਜੀ ਮੇਰੇ ਜਾਣ ਤੋਂ ਪਹਿਲਾਂ ਜੀ। ਔਰ ਉਹ ਮੈਂ ਜਦੋਂ ਉੱਥੇ ਜਾ ਕੇ ਪਰਤੀ ਮੇਰੇ ਪਾਈ ਸੀ ਜੀ, ਰੰਕ ਲੱਗਾ ਸੀ ਜੀ, ਮੈਂ ਖੜਾ ਰਿਹਾ ਅੰਦਰ ਸਾਰੇ ਕੰਪਲੈਕਸ ਵਿੱਚ ਅੱਗ ਲੱਗੀ ਸੀ। ਲਾਇਬ੍ਰੇਰੀ, ਗੁਰੂ ਨਾਨਕ ਨਿਵਾਸ, ਸਮੁੰਦਰੀ ਹਾਲ, ਅਕਾਲ ਤਖ਼ਤ ਪੂਰਾ ਜਲ ਰਿਹਾ ਸੀ ਤੇ ਸਰੋਵਰ ਵਿੱਚ ਲਾਸ਼ਾਂ ਤੈਰ ਰਹੀਆਂ ਸੀ। ਤੇ ਮੈਂ ਜਦੋਂ ਖੜਾ ਰਿਹਾ ਤੇ ਜਨਰਲ ਬੈਦਿਆ, ਜਨਰਲ ਦਿਆਲ, ਜਨਰਲ ਸੁੰਦਰ ਜੀ, ਉਹ ਗਰੁੱਪ ਕਲੀਅਰੈਂਸ ਦੇਖਣ ਵਾਸਤੇ ਆਇਆ ਵੀ ਕਿਵੇਂ ਹੈ। ਤੇ ਮੈਨੂੰ ਰੁਕਤਾ ਵੀ ਸਾਹ ਆ ਰਹੇ, ਉਹ ਲੰਘੇ ਦੇਖ ਕੇ ਮੇਰੇ ਕੋਲ ਦੀ ਲੰਘੇ, ਪਰ ਮੈਂ ਕੀ ਕਰ ਸਕਦਾ, ਕੀ ਕਰ ਸਕਦਾ, ਉਹਨਾਂ ਨੇ ਤਾਂ ਹੀ ਤਾਂ ਹਥਿਆਰ ਪਿੱਛੇ ਰਖਾ ਲਿਆ। ਔਰ ਉਹ ਜਦੋਂ ਲੰਘੇ ਇੱਕ ਮਦਰਾਸੀ ਮੇਜਰ, ਉਹ ਕਹਿੰਦਾ ਸਾਹਿਬ ਕਿਆ ਬਾਤ ਹੈ, ਆਪ ਇੱਧਰ ਖੜੇ ਹੈ। ਮੈਂ ਕਿਹਾ ਮੈਂ ਅੰਦਰ ਜਾਣਾ, ਜਾਈਏ। ਕਹਿੰਦਾ ਮੈਂ ਅੱਗੇ ਹੋ ਕੇ ਜਿਹੜਾ ਭਾਈ ਮਰੀਕ ਸਿੰਘ ਹੈ ਉਹਦਾ ਤਾਂ ਰੰਗ ਗੂਰਾ ਤੇ ਉਹ ਤਾਂ ਦੂਰੋਂ ਪਛਾਣਿਆ ਜਾਂਦਾ ਹੈ ਜੀ, ਤੇ ਜਨਰਲ ਸ਼ਵੇਕ ਸਿੰਘ ਦਾ ਵੀ ਮੈਨੂੰ ਪਹਿਲਾਂ ਭੁਲੇਖਾ ਜਾ ਪਿਆ। ਫਿਰ ਮੈਂ ਸੰਤਾਂ ਵੱਲ ਦੀ ਹੋ ਕੇ ਤੇ ਸੰਤਾਂ ਦੇ ਗੋਡੇ ਉੱਤੇ ਹੱਥ ਲਾ ਕੇ ਫਤਿਹ ਬੁਲਾਈ। ਖਾਲੀ ਖੋਖਾ ਉਹ ਇੱਕ ਪਾਸੇ ਪਿਆ ਹੋਇਆ ਤੇ ਜਿਹੜੇ ਵਾਲ ਸੰਤਾਂ ਦੇ ਉਹ ਸਿਰ ਚ ਜ਼ਿਆਦਾ ਨਹੀਂ ਸੀ ਪਰ ਵਾਲ ਆਏ ਪਿੱਛੇ ਨੂੰ ਸਿੱਟੇ ਹੋਏ ਸੀ। ਤੇ ਮੈਂ ਦੇਖਿਆ, ਕਿਉਂਕਿ ਜੇ ਤਾਂ ਮੈਨੂੰ ਕੋਈ ਸ਼ੱਕ ਹੁੰਦੀ ਮੈਂ ਤਾਂ ਜਦੋਂ ਰੇਡੀਓ 'ਤੇ ਸੁਣ ਲਿਆ ਬਈ ਬਸੰਤ ਜਰਨੈਲ ਸਿੰਘ ਦੀ ਸ਼ਾਮਲ ਗਿਆ ਤੇ ਦੂਰੋਂ ਪਛਾਣ ਕਰ ਲਈ, ਮੈਂ ਕੋਈ ਡਿਟੇਲ ਅਤੇ ਤਫਸੀਲ ਦੇ ਨਾਲ ਚੈੱਕ ਵੀ ਨਹੀਂ ਕੀਤਾ
ਜੀ ਕਿਉਂਕਿ ਮੋਟੇ ਤੌਰ ਤੇ ਮੈਂ ਤਾਂ ਉਹਨਾਂ ਦੀਆਂ ਬਾਹਾਂ ਸਾਡੇ ਤਿੰਨਾਂ ਭਰਾਵਾਂ ਦੀਆਂ ਬਾਹਾਂ ਲੱਤਾਂ ਕੱਦ ਲੰਬੇ ਸੀ ਜੀ ਤੇ ਉਹ ਮੈਂ ਦੇਖ ਕੇ ਪਰੇ ਮਨ ਦੇ ਨਾਲ ਜਦੋਂ ਮੈਂ ਦੇਖ ਰਿਹਾ ਸੀ ਬੈਠ ਗਿਆ ਜੀ ਉਹ ਮੇਜਰ ਆਇਆ ਕਿਆ ਬਾਤ ਹੈ ਕਿਆ ਬਾਤ ਹੈ ਆਪ ਇੱਧਰ ਬੈਠ ਗਏ ਇਹ ਕੌਣ ਹੈ ਆਪ ਕੌਣ ਹੈ ਉਹ ਮੈਂ ਕਿਹਾ ਜੀ ਇਹ ਸੰਤ ਜਨੈਰ ਸੰਖਾਲ ਤਾ ਇਹਦਾ ਤੁਹਾਨੂੰ ਪਤਾ ਹੀ ਨਹੀਂ ਕਹਿੰਦਾ ਆਪ ਕੌਣ ਹੈ ਮੈਂ ਕਿਹਾ ਮੈਂ ਇਹਦਾ ਭਾਈ ਹਾਂ ਵੱਡਾ ਇਹ ਕੈਸੇ ਹੋ ਸਕਦਾ ਜੀ ਮੈਂ ਕਿਹਾ ਮੈਂ ਇੱਕ ਬੰਦੇ ਦਾ ਸਿਪਾਹੀ ਹੈ ਇਹ ਗੁਰੂ ਦਾ ਸਿਪਾਹੀ ਹੈ ਜੀ ਕੈਸੀ ਬਾਤ ਕਰਦੇ ਹੈ ਤਾਂ ਮੈਂ ਜਦੋਂ ਫਿਰ ਉੱਥੋਂ ਉਤਰ ਕੇ ਥੱਲੇ ਗਿਆ ਪੂਰਾ ਢੇਰ ਹਥਿਆਰ ਥੂਰ ਨਿੱਕੜ ਸੁੱਕੜ ਸਾਰਾ ਤੇ ਸਰੋਵਰ ਦੇ ਵਿੱਚ ਜਿਹੜੀਆਂ ਲਾਸ਼ਾਂ ਤੇ ਜਿਹੜੀ ਕਮਰੇ ਸੀ ਉਹ H-36 ਨੰਬਰ ਗ੍ਰਨੇਡ ਮਾਰ ਕੇ ਸਾਰੇ ਕਮਰੇ ਡੈਡ ਬਾਡੀਆਂ ਨਾਲ ਭਰੇ ਸੀ ਸੰਗਤ ਦੇ ਸੰਗਤ ਦੇ ਫਿਰ ਮੈਂ ਪਰੇ ਉੱਠ ਗਿਆ ਸਰਾਲ ਉੱਥੇ ਕਣਕ ਇਕੱਠੀ ਕੀਤੀ ਸੀ ਇੱਕ ਸਿੰਘ ਆਇਆ ਬੈਠਾ ਮੈਂ ਕਿਹਾ ਸਿੰਘ ਬਚ ਗਿਆ ਉਹ ਸ਼ਹੀਦ ਹੋਇਆ ਸੀ ਖੂਨ ਵਗ ਰਿਹਾ ਸੀ ਫਿਰ ਮੈਂ ਬਾਬਾ ਦੀਪ ਸਿੰਘ ਦੇ ਉੱਥੋਂ ਦੀ ਹੋ ਕੇ ਆਇਆ ਉੱਥੇ ਇੰਜੀਨੀਅਰ ਮੈਂ ਇੰਜੀਨੀਅਰ ਵਿੱਚ ਸੀ ਕਿਸੇ ਕੰਪਨੀ ਦੇ ਬੰਦੇ ਉੱਥੇ ਮਲਵਾ ਡੋਜਰ ਦੇ ਨਾਲ ਮਲਵਾ ਠੀਕ ਕਰ ਰਹੇ ਸੀ ਉਹ ਕੁਛ ਬੰਦਿਆਂ ਨੇ ਮੈਨੂੰ ਸਿਆਣਿਆ ਉਹਨਾਂ ਨੂੰ ਪਤਾ ਨਹੀਂ ਵੀ ਸੰਤਾਂ ਦਾ ਭਾਈ ਹੈ ਤੇ ਮੈਂ ਅਕਾਲ ਤਖ਼ਤ ਵੱਲ ਜਾ ਰਿਹਾ ਸੀ ਜੀ ਕਹਿੰਦੇ ਸਾਹਿਬ ਆਪ ਇੱਧਰ ਕੀ ਲੈਣ ਜਾ ਰਹੇ ਇੱਧਰ ਤਾਂ ਬਹੁਤ ਫੈਰ ਕਦੇ ਕਦੇ ਹੋ ਰਿਹਾ ਕੁਛ ਹੈ ਧੂੰਆਂ ਨਿਕਲੀ ਜਾਂਦਾ ਸੀ ਮੈਂ ਕਿਹਾ ਕੋਈ ਨਹੀਂ ਮੈਂ ਜਦੋਂ ਗਾਂ ਗਿਆ ਜਿੱਥੇ ਮੱਸੇ ਰੰਗੜ ਵੇਲੇ ਘੋੜੇ ਬੰਦੇ ਸੀ ਦਰਬਾਰ ਸਾਹਿਬ ਤੋਂ ਪਹਿਲਾਂ ਡਿਊਟੀ ਦੇ ਵਿੱਚ ਉਹਦੀ ਉਸ ਬੇਰੀ ਤੇ ਬੰਬ ਵੱਜ ਕੇ ਉਹ ਉੱਪਰਲਾ ਹਿੱਸਾ ਕੱਟ ਹੋ ਕੇ ਡਿੱਗਿਆ ਪਿਆ ਸੀ ਸਿਰਫ ਟੁੰਡ ਜਿਹੜਾ ਹੈ ਉਹ ਸੀ ਜਦੋਂ ਅਕਾਲ ਤਖ਼ਤ ਦੇਖਿਆ ਅਕਾਲ ਤਖ਼ਤ ਦਾ ਉਤਲਾ ਹਿੱਸਾ ਬਿਲਕੁਲ ਲਟਕ ਰਿਹਾ ਸੀ ਤੇ ਛਾਣਨੀ ਛਾਣਨੀ ਬਾਰੀਆਂ ਸਾਰਾ ਕੁਛ ਹੋਇਆ ਪਿਆ ਸੀ ਮੈਂ ਫਿਰ ਵੀ ਇਹ ਵੇਖ ਕੇ ਮੈਂ ਕਿਹਾ ਮੈਨੂੰ ਪਤਾ ਹੀ ਨਾ ਲੱਗੇ ਜਦੋਂ ਮੈਂ ਜਾ ਕੇ ਅਕਾਲ ਤਖ਼ਤ ਵੱਲ ਥੋੜ੍ਹਾ ਜਿਹਾ ਨੇੜੇ ਗਿਆ ਉਹ ਪੌੜੀਆਂ ਦੀ ਜਿਹੜੀ ਗੱਲ ਕੀਤੀ ਸੀ ਜਿਵੇਂ ਕਿਤੇ ਨੌਜਵਾਨ ਮੁੰਡੇ ਜੋਸ਼ ਨਾਲ ਆ ਕੇ ਬਾਹਰ ਨਿਕਲ ਰਹੇ ਹੁੰਦੇ ਆ ਨਹੀਂ ਤਾਂ ਕੀ ਲੋੜ ਸੀ ਤਾਂ ਉੱਥੇ ਢੇਰ ਲੱਗਾ ਢੇਰ ਤੇ ਇਹ ਸਾਰਾ ਕੁਛ ਆ ਕੇ ਜਦੋਂ ਇਹ ਹੋ ਗਿਆ ਤੇ ਜਿਹੜੇ ਫੌਜੀ ਸੀ ਉਹਨਾਂ ਦੀਆਂ ਲਾਸ਼ਾਂ ਇਹਨਾਂ ਨੇ ਚੱਕ ਲਈਆਂ ਸੀ ਤੇ ਮੈਂ 3 ਵਜੇ ਤੋਂ 6 ਵਜੇ ਤੱਕ ਉੱਥੇ ਰਿਹਾ ਤੇ ਮੇਰੇ ਹੁੰਦਿਆਂ ਹੀ ਉਹਨਾਂ ਨੇ ਇੱਕ ਸਿੱਖ ਜਵਾਨ ਬੁਲਾਏ ਉਹ ਅੰਦਰਲਾ ਕਈ ਲੋਕ ਬੂਟ ਦੀ ਗੱਲ ਕਰਦੇ ਉੱਥੇ ਦਾ ਚਰਮੀ ਲਹੂ ਲੁਹਾਣ ਪਿਸ਼ਾਬ ਮੂਤਰ ਸੀਗਾ ਅੰਦਰ ਜਿਹੜਾ ਦਰਬਾਰ ਸਾਹਿਬ ਹੈ ਉਹਦੀ ਸਫਾਈ ਕੀਤੀ ਪਹਿਲਾਂ ਤੇ ਉਹਦੀ ਸਫਾਈ ਕਰਕੇ ਤੇ ਜਿਹੜੇ ਹੁਕਮ ਦੇ ਤਾ ਕੇ ਜਿਹੜੇ ਭੰਗੀ ਹੈ ਉਹ ਰੇਹੜੀਆਂ ਤੇ ਲੈ ਕੇ ਆਓ ਇਹਨਾਂ ਦੀਆਂ ਲਾਸ਼ਾਂ ਨੂੰ ਇਕੱਠਾ ਕਰੋ ਜਿਹੜੇ ਸ਼ਰਧਾਲੂ ਲੋਕ ਮਾਰੇ ਤੇ ਉੱਧਰ ਦਰਬਾਰ ਸਾਹਿਬ ਦੇ ਵਿੱਚ ਬਾਹਰੋਂ ਕੋਈ ਪਾਠੀ ਲਿਆ ਕੇ ਬਾਹਰੋਂ ਕੋਈ ਕੀਰਤਨ ਵਾਲਾ ਕੋਈ ਮਰਜਾਦਾ ਵੀ ਨਹੀਂ ਤੁਸੀਂ ਦੇਖਿਆ ਹੋਣਾ ਫੋਟੋ ਹੁਣ ਕੱਢੀ ਉਹਨਾਂ ਨੇ ਤੇ ਉਹ ਪ੍ਰਕਾਸ਼ ਕੀਤਾ ਉਹਦੇ ਵਿੱਚ ਮੈਂ ਮਗਰਲੇ ਦਾ ਖੜਾ ਹਾਂ ਤੁਸੀਂ ਮੱਥਾ ਟੇਕ ਰਹੇ ਮਗਰਲੇ ਦਾ ਖੜਾ ਤਾਂ ਉਹ ਜਦੋਂ ਮੈਂ ਦੇਖਿਆ ਵੀ ਚਲੋ ਕੀ ਕਰਨਾ ਤੇ ਉਹ ਦੇਖ ਕੇ ਉਹਨਾਂ ਨੇ ਉਹ ਸਨੈਪ ਖਿੱਚ ਲਿਆ ਉਦੋਂ ਮੁੜ ਕੇ ਫਿਰ ਜਦੋਂ ਮੈਂ ਉੱਥੇ ਜਾ ਵੜਿਆ ਤੇ ਮੈਂ ਪਾਠ ਸ਼ੁਰੂ ਕਰਾਤਾ ਆਪਦੇ ਭਾਈ ਨੂੰ ਮੈਂ ਕਿਹਾ ਪਾਠ ਕਰ ਲਓ ਸੰਤ ਸ਼ਹੀਦ ਹੋ ਗਏ ਇਹ ਕੰਮ ਚੱਲਦਾ ਰਿਹਾ ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਇਹ ਹੋਈਆਂ ਔਰ ਉਹਦੇ ਵਿੱਚ ਮੈਂ ਦੇਖਿਆ ਹੁਣ ਮੈਂ ਉਹ ਗੱਲਾਂ ਵੀ ਦੱਸਦਾ ਤੈਨੂੰ ਜਿਹੜੀਆਂ ਕਿਸੇ ਰਸਾਲੇ ਕਿਸੇ ਕੋਲ ਆਈਆਂ ਹੀ ਨਹੀਂ ਖੱਡੂ ਆ ਜਿਹੜੀ ਜਿਹੜਾ ਐਕਸ਼ਨ ਹੋਇਆ ਇਹ ਐਕਸ਼ਨ ਦੀ ਗੱਲ ਅਟੈਕ ਤੋਂ ਕਾਫੀ ਦੇਰ ਪਹਿਲਾਂ ਸੰਤਾਂ ਨੇ ਦੱਸਤੀ ਸਾਨੂੰ ਬਾਬਾ ਉੱਤਮ ਸਿੰਘ ਖਡੂਰ ਸਾਹਿਬ ਵਾਲੇ ਉਹ ਜਥਾ ਖਡੂਰ ਸਾਹਿਬ ਗਿਆ ਸੀ ਤੇ ਸਾਨੂੰ ਕੋਈ ਘਰ ਦਾ ਕੰਮ ਸੀ
ਅਸੀਂ ਸੰਤਾਂ ਕੋਲੇ ਗਏ ਗ੍ਰਹਿ ਲੈਣ ਵਾਸਤੇ। ਜਦੋਂ ਅਸੀਂ ਗਏ ਤੇ ਫਤਿਹ ਬੁਲਾਈ ਜੀ, ਅਸੀਂ ਗੱਲਬਾਤ ਕਰਨੀ ਹੈ। ਕਹਿੰਦੇ ਭਾਈ ਦਿਨੇ ਤਾਂ ਗੱਲ ਸੰਗਤ ਆਉਂਦੀ ਹੈ, ਰਾਤ ਨੂੰ ਕਰਾਂਗੇ। ਯਾਨੀ ਸਾਡੀ ਪਰਵਾਹ ਨਹੀਂ, ਸੰਗਤ ਦੀ ਪਰਵਾਹ ਹੈ। ਅਤੇ ਅਸੀਂ ਕਿਹਾ ਜੀ ਠੀਕ ਆ, ਪ੍ਰਸ਼ਾਦਾ ਛਕਿਆ ਅਸੀਂ ਆਰਾਮ ਕਰਨ ਲੱਗ ਪਏ। ਜਦੋਂ 9 ਵਜੇ ਰਾਤ ਦੇ ਅਤੇ ਅਸੀਂ ਹਥਿਆਰ ਚੱਕ ਲਏ, ਬਾਡੀਗਾਰਡ ਛੱਡ ਤੇ ਅਤੇ ਅਸੀਂ ਬਾਹਰ ਉਤਰ ਪਏ। ਅਤੇ ਇੱਕ ਸਾਡਾ ਰਿਸ਼ਤੇਦਾਰ ਬਾਬੂ ਸਿੰਘ ਉਹਨੇ ਮਾਰਿਆ ਸੀ ਥਾਣੇਦਾਰ, ਅਤੇ ਉਹ ਮਰ ਗਿਆ ਅਤੇ ਉਹ ਨਾਲ ਸੀ ਸਾਡੇ। ਅਤੇ ਸੰਤ ਜਾਂਦੇ ਜਾਂਦੇ ਕਹਿੰਦੇ, ਜਾਂ ਮੈਨੂੰ ਬਾਈ ਕਹਿੰਦੇ ਸੀ ਜਾਂ ਫੌਜੀ ਜੀ। ਫੌਜੀ ਬਾਈ, ਆਹ ਜਿਹੜਾ ਚਮੜਾ ਹੈ ਇਹਦਾ ਇਮਤਿਹਾਨ ਹੋਣ ਵਾਲਾ ਹੈ ਜੀ, ਤੇ ਗੁਰੂ ਕਿਰਪਾ ਕਰੇ ਇਹ ਪੂਰਾ ਹੀ ਉਤਰੇ ਜੀ। ਉਹ ਜਿਹੜਾ ਬਾਬੂ ਸਿੰਘ ਸੀ ਉਹ ਕਹਿੰਦਾ, ਬਸ ਤੇਰੀਆਂ ਇਹੀ ਗੱਲਾਂ, ਇਹ ਗੱਲਬਾਤ ਘਰ ਦੀ ਕਰਨ ਆਇਆ। ਮੈਂ ਕਿਹਾ ਚੁੱਪ ਕਰ ਜਾ, ਚੁੱਪ ਕਰ ਜਾ। ਫਿਰ ਮੈਨੂੰ ਕਹਿੰਦਾ, ਸਾਰੇ ਭਰਾ ਸੀ ਜੀ, ਕਿ 2.5 ਲੱਖ ਦਾ ਮੈਨੂੰ ਘੇਰਾ ਪੈਣਾ। ਮੈਂ ਕਿਹਾ ਜੀ ਇੰਨੀ ਤਾਂ ਫੌਜ ਹੀ ਨਹੀਂ ਖੜ ਸਕਦੀ ਇੱਥੇ, ਇੰਨਾ ਤੁਹਾਨੂੰ ਘੇਰਾ ਵੱਡਾ ਕਾਹਦੇ ਲਈ ਪਊਗਾ ਜੀ। ਮੈਨੂੰ ਆਦੇ ਫੌਜੀ ਬਾਈ, ਤੂੰ ਦੇਖ ਲਈ ਜੇ ਸਾਧਨਾ ਹੱਥ ਮਿਲ ਗਏ ਨਾ, ਤੇਰੇ ਜਲੰਧਰ ਸ਼ਹਿਰ ਤੋਂ ਦੀ ਖੂਨ ਨਾ ਚੁੰਮਦੇ ਜਾਣਗੇ ਤੇ ਤੂੰ ਅੱਖਾਂ ਨਾ ਦੇਖ ਲੇਗਾ। ਮੈਂ ਹੈਰਾਨ ਹੋ ਗਿਆ ਵੀ ਨਾ ਕੋਈ ਗੱਲ ਹੈ ਨਾ ਕੋਈ ਬਾਤ ਹੈ। ਫਿਰ ਕਹਿੰਦੇ ਗੱਡੀਆਂ ਦਾ ਲਾਲਚ ਨਹੀਂ ਕਰਨਾ। ਮੈਂ ਕਿਹਾ ਜੀ ਗੱਡੀਆਂ ਦਾ ਲਾਲਚ ਨਹੀਂ ਸਮਝ ਆਈ, ਆਪਣੇ ਤਾਂ ਗੱਲ ਬਲੱਡ ਚ ਉਹ ਸੀ ਇਸ਼ਾਰਾ ਟਕਸਾਲ ਵੱਲ ਵੀ ਤੁਸੀਂ ਮਗਰੋਂ ਆਖੋ ਟਕਸਾਲ ਤਾਂ ਸਾਡੀ ਹੈ, ਗੱਡੀਆਂ ਸਾਡੀਆਂ ਜੀ ਇਹਦਾ। ਪਰ ਗੁਰੂ ਨੇ ਕਿਰਪਾ ਕਰਕੇ ਜਦੋਂ ਬਾਪੂ ਜੀ ਪ੍ਰਧਾਨ ਸੀ ਤੇ ਚਾਬੀਆਂ ਮਾਣ ਨੂੰ ਦਿੱਤੀਆਂ, ਦਫ਼ਤਰ ਦੀਆਂ ਚਾਬੀਆਂ, ਐਮ ਪੀਆਂ ਦੀ ਪਾਵਰ ਤੇ ਗੱਡੀ ਦੀਆਂ ਚਾਬੀਆਂ ਵੀ ਦੇ ਦਿੱਤੀਆਂ ਸੀ ਜੀ। ਸੋ ਇਹ 3 ਗੱਲਾਂ ਦਾਸ ਨੇ ਅੱਖਾਂ ਨਾਲ ਦੇਖੇ ਜੀ। ਹਮਲੇ ਤੋਂ ਬਾਅਦ ਡੇਰਾ ਬਾਬਾ ਨਾਨਕ ਤੋਂ ਲੈ ਕੇ ਪਹਿਲੇ ਖੇਮ ਘਰ ਤੱਕ ਜੀ, ਡੇਰਾ ਬਾਬਾ ਨਾਨਕ ਤੋਂ ਲੈ ਕੇ ਖੇਮ ਤੱਕ ਸਾਰੀ ਫੌਜ ਤੈਨਾਤ ਸੀ। ਐਕਸਰਸਾਈਜ਼ ਚੱਲ ਰਹੀ ਸੀ ਪਹਿਲਾਂ, 2-3 ਦਿਨ ਪਹਿਲਾਂ ਬੰਦ ਕਰਤੀ। ਬਹਾਨਾ ਬਣਾਇਆ ਕਿ ਲੋਕ ਪੰਜਾਬ ਦੇ ਸ਼ੱਕ ਨਾ ਕਰਨ ਕਿ ਫੌਜ ਆਈ। ਫੌਜ ਆ ਗਈ ਤੇ ਬਾਕੀ ਬਟਾਲੀਅਨ ਉੱਥੇ ਲਾ ਦੀਆਂ। ਸੋ ਇਸ ਕਰਕੇ ਇਹ ਬਹੁਤ ਵੱਡਾ ਦਿਖਾਂਤ ਹੋ ਗਿਆ। ਪਰ ਮੈਂ ਸਿੰਘਾਂ ਨੂੰ ਇਹ ਕਹਿੰਦਾ, ਲੜਾਈ ਹੁੰਦੀ ਹੈ 3 ਕਾਰਨ, 3 ਗੱਲਾਂ ਲਿਖੀਆਂ ਜਾਂਦੀਆਂ ਜੀ। ਲੜਾਈ ਦੇ ਕਾਰਨ, ਘਟਨਾਵਾਂ ਤੇ ਪ੍ਰਣਾਮ। ਲੜਾਈ ਦਾ ਕਾਰਨ ਸੰਤਾਂ ਦੀ ਚੜ੍ਹਤ, ਰਾਜਨੀਤਿਕਾਂ ਦੀ ਡਾਊਨਫਾਲ ਤੇ ਘਟਨਾਵਾਂ ਚੜੀਆਂ। ਜੋ ਤੁਸੀਂ ਦੇਖਿਆ ਕਿ ਵੱਡੀ ਫੌਜ ਉਹ ਕਦੇ ਕਦੇ 1 ਬੰਦੇ ਨੂੰ ਜਾਂ 10 ਬੰਦਿਆਂ ਨੂੰ ਫੜ ਲਈ, ਤੋਪਾਂ ਤੇ ਟੈਂਕ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ। ਕਦੇ ਇਹ ਗੱਲ ਹੋਈ ਹੈ ਕਿਸੇ ਮੁਲਕ 'ਚ? ਜਿਹੜੇ ਹੋਰ ਪ੍ਰਾਂਤ ਹੈ ਉਹਨਾਂ ਵਿੱਚ ਕਿੰਨਾ ਕੁਛ ਹੋਈ ਜਾਂਦਾ, ਤੇ ਸਾਡੇ ਉੱਤੇ ਇਹਨਾਂ ਨੇ ਚਾੜਤੀ ਫੌਜ ਤੇ ਟੈਂਕਾਂ ਦੇ ਨਾਲ ਕੀ ਅਸੀਂ ਮੁਕਾਬਲਾ ਕਰੀਏ? ਇਹ ਬਹੁਤ ਵੱਡੀ ਇਹ ਇਹੋ ਜਿਹੀ ਗਲਤੀ ਕਰਤੀ ਜਿਹੜੀ ਭੁੱਲੀ ਨਹੀਂ ਜਾ ਸਕਦੀ। ਤੇ ਇਸ ਗੱਲ ਨਾਲ ਜੇ ਮੈਂ ਜੋੜ ਦਿਆਂ ਕਿ ਅੱਤਵਾਦੀਆਂ ਦੀ ਡੈਫੀਨੇਸ਼ਨ ਸਿਰਫ ਸਿੱਖਾਂ ਤੇ ਤੁਹਾਡੇ ਵਰਗਿਆਂ ਤੇ ਲੱਗੀ ਹੋਈ ਹੈ। ਬਸ ਆਹ ਹੁਣ ਕਿਹੜੇ ਸੂਬੇ ਦੇ ਵਿੱਚ ਕਿੰਨੇ ਬੰਦੇ ਮਰ ਗਏ, ਕਿੰਨੇ ਲੜੀ ਜਾਂਦੇ ਹੈ, ਉਹ ਕੋਈ ਅੱਤਵਾਦੀ ਨਹੀਂ, ਉਹ ਸਾਰੇ ਸੱਤਵਾਦੀ ਹੈ। ਅਸੀਂ ਲੋਕਾਂ ਦੀਆਂ ਬਹੂ ਬੇਟੀਆਂ ਨੂੰ ਬਚਾਈਏ, ਜੰਗ ਦੇ ਵਿੱਚ ਅੱਗੇ ਲੜੀਏ, ਰਾਸ਼ਨ ਅਸੀਂ ਪੈਦਾ ਕਰੀਏ। ਕਿਹੜਾ ਕੰਮ ਹੈ ਜਿਹਦੇ ਵਿੱਚ ਅਸੀਂ ਪਿੱਛੇ ਹਾਂ? ਦੇਸ਼ ਦੀ ਖਾਤਰ ਆਜ਼ਾਦੀ ਲੈਣ ਲਈ ਅਸੀਂ ਕੁਰਬਾਨੀਆਂ ਕਰੀਏ। ਜਿਹੜਾ ਬੰਦਾ ਸਾਡਾ ਅੱਗੇ ਲਾ ਕੇ ਨੌਜਵਾਨ ਤੇ ਸੰਗਤ ਨੂੰ ਇਕੱਠੀ ਕਰਦਾ ਹੈ, ਉਹਦੇ ਉੱਤੇ ਉਹ ਕੈਪਚਰ ਕਰਦੇ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦੇਖਿਆ
ਵੀ ਕੌਮ ਮਗਰ ਲੱਗ ਗਈ ਜੀ ਮਗਰ ਲੱਗ ਗਈ ਉਦੋਂ ਮੁੜ ਕੇ ਸਿੰਘ ਸਾਹਿਬ ਆਏ ਭਾਈ ਜਸਵੀਰ ਸਿੰਘ ਜੀ ਜਵਾਕੀ ਸਿੰਘ ਸਾਹਿਬ ਆਏ ਨਾਲ ਹੋਰ ਫੈਡਰੇਸ਼ਨ ਆਈ ਉਹਨਾਂ ਨੇ ਉਹਨਾਂ ਨੂੰ ਪਤਾ ਲੱਗਾ ਵੀ ਤਾਂ ਸਾਰੇ ਇਕੱਠੇ ਹੋ ਰਹੇ ਆ ਉਹਨਾਂ ਨੂੰ ਜਾ ਕੇ ਬਾਹਰ ਮਾਰਿਆ ਸਾਰੇ ਦੇ ਸਾਰੇ ਪਾਸੇ ਕਰਤਾ ਜਿਹੜਾ ਵੀ ਬੰਦਾ ਫਿਰ ਬਾਬਾ ਜੋਗਿੰਦਰ ਸਿੰਘ ਜੀ ਨੂੰ ਉਹ ਅਕਾਲੀ ਦਲ ਦੇ ਪ੍ਰਧਾਨ ਬਣ ਕੇ ਅੰਮ੍ਰਿਤ ਛਕਾਇਆ 99 ਜਿੱਤਾਂ ਪ੍ਰਾਪਤ ਕੀਤੀਆਂ ਉਹ ਉਹਦੀ ਕੋਸ਼ਿਸ਼ ਕਰਕੇ ਉਹਨੂੰ ਜੇਲ੍ਹ 'ਚ ਰੱਖਤਾ ਇੱਕ 80-81 ਸਾਲ ਦਾ ਬਜ਼ੁਰਗ ਜੇਲ੍ਹ 'ਚ ਬੰਦ ਜਦੋਂ ਕਿ ਕਿਸੇ ਦੇ ਖਿਲਾਫ ਨਹੀਂ ਬੋਲਣਾ ਕੁਛ ਨਹੀਂ ਕਰਨਾ ਯਾਨੀ ਅੱਜ ਵੀ ਆਹ ਜਿਹੜਾ ਅੰਮ੍ਰਿਤਪਾਲ ਸਿੰਘ ਹੈ ਇਹ ਇਹਨੇ ਕੋਈ ਬੰਦਾ ਮਾਰਿਆ ਇਹਨੇ ਕੋਈ ਚੋਰੀ ਕੀਤੀ ਇਹਨੇ ਕੋਈ ਵਿਭਚਾਰ ਕੀਤਾ ਇਹਨੇ ਕਿਸੇ ਨੂੰ ਢਾਹਿਆ ਕਿਸੇ ਮਜ਼ਹਬ ਨੂੰ ਇਹ ਇਹਨੂੰ ਕਾਹਦੇ ਲਈ NSA ਨੈਸ਼ਨਲ ਸਿਕਿਉਰਿਟੀ ਐਕਟ ਕਿਉਂ ਕਾਹਦੇ ਲਈ ਜਿਹੜੇ ਵੀ ਬੰਦੇ ਹੈ ਉਹ ਅੱਤਵਾਦੀ ਕਹਿ ਕੇ ਉਹ ਮੈਂ ਤਾਂ ਸਰਕਾਰ ਨੂੰ ਕਹਿਣਾ ਤੁਸੀਂ ਸਾਨੂੰ ਅੱਤਵਾਦੀ ਕਹਿ ਕੇ ਫੜ ਲਓ ਸਾਰਿਆਂ ਨੂੰ ਇੱਕ ਵਾਰ ਫੜ ਲਓ ਇਹ ਦੂਰੀ ਹੋ ਰਹੀ ਹੈ ਬਹੁਤ ਦੂਰੀ ਹੋ ਰਹੀ ਹੈ ਇਹਦਾ ਕੋਈ ਫਾਇਦਾ ਨਹੀਂ ਨੇਸ਼ਨ ਸਪਿਰਿਟ ਖਤਮ ਹੋ ਗਈ ਭਾਈਚਾਰਾ ਖਤਮ ਕਰਕੇ ਰੱਖਤਾ ਬੇਵਿਸ਼ਵਾਸੀ ਹੋ ਗਈ ਉਹ ਵਿਸ਼ਵਾਸ ਨੂੰ ਬੰਨਣ ਲਈ ਕੁਛ ਗੱਲ ਕਰੋ ਜੇ ਕੋਈ ਹੱਕ ਮੰਗਦਾ ਹੈ ਕੋਈ ਸ਼ਾਮ ਦੀ ਗੱਲ ਕਰਦਾ ਉਹਨੂੰ ਅੱਤਵਾਦੀ ਕਹਿ ਦਿਓ ਮੈਨੂੰ ਦੱਸੋ ਵੀ ਸੰਤਾਂ ਨੇ ਅਨੰਦਪੁਰ ਦਾ ਮਤਾ ਜਾਂ ਇਹ ਨੌਜਵਾਨ ਨੇ ਇਹ ਕਹਿਤਾ ਵੀ ਭਾਈ ਸਾਡਾ ਸਾਨੂੰ ਦਿਓ ਸਾਡਾ ਹਿੱਸਾ ਸਾਨੂੰ ਖਾਲਿਸਤਾਨ ਉਹ ਤੂਬ ਤਾਂ ਨਹੀਂ ਚਲਾਦੀ ਕੀ ਇਹ ਕਹਿਣਾ ਵੀ ਪਾਪ ਹੋ ਗਿਆ ਜੇ ਜੇ ਡੈਮੋਕ੍ਰੇਸੀ ਵਿੱਚ ਅੱਜ ਰਾਜ ਹੈ ਹਿੰਦੁਸਤਾਨ ਦਾ ਤਾਂ ਹਿੰਦੂ ਕਹਿੰਦੇ ਹੈ ਹਿੰਦੂ ਤਾਂ ਉਹਦੇ ਤੇ ਕੋਈ ਐਕਸ਼ਨ ਨਹੀਂ ਉਹ ਕੋਈ ਅੱਤਵਾਦੀ ਨਹੀਂ ਸੋ ਇਹ ਗੱਲਾਂ ਮੈਂ 38 ਸਾਲ ਫੌਜ 'ਚ ਰਹੇ ਹਾਂ ਗੱਲਾਂ ਬਹੁਤ ਸੀਕਰਟ ਹੋਰ ਵੀ ਹੈ ਪਰ ਇਹਨਾਂ ਨੇ ਇਹ ਇਹ ਕੋਈ ਸਮਝਦਾਰੀ ਦੀ ਗੱਲ ਨਹੀਂ ਕਰਦੇ ਵੋਟਾਂ ਦੇ ਚੱਕਰ ਵਿੱਚ ਪਏ ਹੋਏ ਆ ਤੇ ਵੋਟਾਂ ਨੇ ਦੇਸ਼ ਦਾ ਪੱਠਾ ਪਾ ਦੇਣਾ ਇਹ ਬਹੁਤ ਮਾੜੀ ਗੱਲ ਹੈ ਬਾਪੂ ਜੀ ਇੱਕ ਮੈਂ ਤੁਹਾਡੇ ਤੋਂ ਗੱਲ ਪੁੱਛਣੀ ਆ ਅਕਾਲੀ ਦਲ ਦਾ ਤੁਹਾਨੂੰ ਕਿਵੇਂ ਲੱਗਦਾ ਗਾ ਖਾਸ ਕਰਕੇ ਨੌਜਵਾਨਾਂ ਦਾ ਜਾਂ ਅਕਾਲੀ ਸਿਆਸਤ ਦਾ ਉਹਦੇ 'ਚ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਬਹੁਤ ਪਿੱਛੇ ਚਲੇ ਗਏ ਦੁਬਾਰਾ ਬੋਲੋ ਉੱਚੀ ਅਕਾਲੀ ਸਿਆਸਤ ਦੇ ਵਿੱਚ ਅਸੀਂ ਬਹੁਤ ਪਿੱਛੇ ਚਲੇ ਗਏ ਤੁਹਾਨੂੰ ਉਹ ਲੱਗਦਾ ਗਾ ਵੀ ਨੌਜਵਾਨ ਸਿਆਸਤ ਤੋਂ ਬਹੁਤ ਜ਼ਿਆਦਾ ਪਾਸੇ ਹੋ ਗਏ ਹਾਂ ਬਈ ਗੱਲ ਸਹੀ ਕੀਤੀ ਹੈ ਜਿਹੜਾ ਅਕਾਲੀ ਦਲ ਹੈ ਇਹਦੀ ਬੁਨਿਆਦ ਬਹੁਤ ਮਜ਼ਬੂਤ ਤੇ ਕੁਰਬਾਨੀਆਂ ਦੇ ਵਿੱਚੋਂ ਹੋਈ ਸੀ ਜੀ ਅਕਾਲੀ ਦਲ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੇਵਾ ਵਾਸਤੇ ਕੌਮ ਦੀ ਸੇਵਾ ਕਰਨ ਵਾਸਤੇ ਆਪਦੇ ਹੱਕ ਪ੍ਰਾਪਤ ਕਰਨ ਵਾਸਤੇ ਇਹ ਬਣਿਆ ਸੀ ਬਣਨ ਤੋਂ ਮਗਰੋਂ ਇਹਦੀ ਚੜ੍ਹਤ ਰਹੀ ਜਦੋਂ ਜਦੋਂ ਪ੍ਰਧਾਨ ਵੱਖਰਾ ਅਤੇ ਮੁੱਖ ਮੰਤਰੀ ਵੱਖਰਾ ਇਹ ਦੋ ਜਗ੍ਹਾ ਅਲੱਗ ਅਲੱਗ ਬੰਦਿਆਂ ਕੋਲ ਹੁੰਦੀਆਂ ਸੀ ਕੋਈ ਸੰਤ ਸਾਧੂ ਕੋਈ ਮਾਸਟਰ ਤਾਰਾ ਸਿਉਂ ਕੋਈ ਫਤਿਹ ਸਿਉਂ ਕੋਈ ਚੰਨਣ ਸਿਉਂ ਕੋਈ ਤੋੜਰ ਕੇ ਇਹ ਜਦੋਂ ਜਦੋਂ ਬੰਦੇ ਰਹੇ ਜੀ ਅਕਾਲੀ ਦਲ ਨੇ ਮੋਰਚੇ ਲਾਏ ਗੌਰਮੈਂਟ ਦੇ ਨੱਕ ਵਿੱਚ ਦਮ ਕਰਤਾ ਅਤੇ ਕਾਮਯਾਬੀਆਂ ਮਿਲੀਆਂ ਜਦੋਂ ਬੇਨਜ਼ਮੀਆਂ ਸ਼ੁਰੂ ਹੋ ਗਈਆਂ ਰਾਜਨੀਤੀ ਦੇ ਖਾਤਰ ਧਰਮ ਨੂੰ ਪਿੱਛੇ ਛੱਡਤਾ ਅੱਜ ਇਹੀ ਗੱਲ ਕਾਲ ਤਖ਼ਤ ਦਾ ਜਥੇਦਾਰ ਕਹਿੰਦਾ ਅਤੇ ਬੁਰਾ ਲੱਗਦਾ ਧਰਮ ਨੂੰ ਪਿੱਛੇ ਛੱਡਤਾ ਧਰਮ ਦੀ ਬੁਨਿਆਦ 'ਤੇ ਹੀ ਅਸੀਂ ਵੀ ਇਹ ਬਣਾਇਆ ਸੀ ਤਾਂ ਇਸ ਕਰਕੇ ਜਦੋਂ ਬੇਅਦਬੀ ਹੋ ਗਈ ਅਤੇ ਬੇਅਦਬੀ ਦੇ ਮਗਰੋਂ ਉਹ ਜਿਹੜਾ ਸਾਧ ਹੈ ਜੇ ਉਹ ਪੇਸ਼ ਹੋ ਜਾਂਦਾ ਵੇਖੋ ਜਿਹੜੀ ਸੰਗਤ ਲੋਕ ਫਰਾਕ ਤਰ ਹੈ ਜੇ ਉਹ ਪੇਸ਼ ਹੋ ਕੇ ਕਹਿ ਦਿੰਦਾ ਜੀ ਠੀਕ ਹੈ ਮੈਥੋਂ ਗਲਤੀ ਹੋ ਗਈ ਤਾਂ ਮਾਫ ਕਰ ਦਿਓ ਉਹ ਆਇਆ ਹੀ ਨਹੀਂ ਸਿੰਘ ਸਾਹਿਬ ਕੋਲ ਆਇਆ ਹੀ ਨਹੀਂ ਅਤੇ ਜਿਹੜੇ ਸਾਡੇ ਬੰਦੇ ਆ ਜੇ ਉਹਨਾਂ ਤੋਂ ਵਗਿਆ ਹੋ ਜੇ ਉਹਨੂੰ ਪਤਾ ਨਹੀਂ ਕਿੰਨੇ ਰਨ ਤਲਬ ਕਰਦੇ ਆ ਅਤੇ ਕੀ ਕੁਛ ਕਹਿੰਦੇ ਆ ਉਹਨੇ ਪਤਾ ਨਹੀਂ ਚਿੱਠੀ ਹੁਣ ਉਹ ਮੈਂ ਤਾਂ ਚਿੱਠੀ ਵੀ ਨਹੀਂ ਲਿਖੀ
ਤੇ ਇਹ ਮਾਫ ਕਰਨਾ ਤੇ ਉਧਰ ਬੇਅਦਬੀ ਹੋ ਜਾਣੀ ਇਹ ਵੀ ਬੜਾ ਕਲੰਕ ਹੈ ਜੀ। ਇਸੇ ਗੱਲ ਨੇ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ। ਜਿਹੜੀ ਅਕਾਲੀ ਦਲ ਰਾਜਪਾਲ ਕਰਦੀ ਸੀ ਨਹੀਂ ਤਾਂ ਅਪੋਜੀਸ਼ਨ ਸੀ ਉਹ ਅੱਜ ਉਹਦਾ ਨਾਮੋ ਨਿਸ਼ਾਨ ਮਿਟਦਾ ਜਾ ਰਿਹਾ ਜੀ। ਅੱਜ ਵਾਦ ਵਿਵਾਦ ਚੱਲ ਰਿਹਾ ਜੀ ਕੌਮ ਦੇ ਵਿੱਚ। ਨਿਗਾਰ ਗੁਰਮੁਖਾ ਇੰਨਾ ਜ਼ਿਆਦਾ ਆ ਗਿਆ ਅਸੀਂ ਡਿਸਿਪਲਨ ਛੱਡਤਾ ਜੀ। ਅਸੀਂ ਕਿਸੇ ਜਾਬਤੇ ਵਿੱਚ ਹੈ ਨਹੀਂ ਗਏ ਜੀ। ਬਾਣੀ ਤਾਂ ਪੜ੍ਹਦੇ ਹਾਂ ਹੰਕਾਰ ਲੋਭ ਸਾਡੇ ਵਿੱਚੋਂ ਨਹੀਂ ਜਾਂਦਾ। ਗੱਲ ਅਸੀਂ ਕਿਸੇ ਦੀ ਮੰਨਦੇ ਨਹੀਂ। ਦੱਸੋ ਪੰਜਾਬ ਦੇ ਵਿੱਚ ਇੱਕ ਪ੍ਰਧਾਨ ਇੱਕ ਨਿਸ਼ਾਨ ਇਹ ਕਿਵੇਂ ਬਣੂਗਾ? ਸਾਰੇ ਕਹਿੰਦੇ ਅਸੀਂ ਪ੍ਰਧਾਨ ਹੈ ਨਾ ਕੋਈ ਕਾਲ ਤਖ਼ਤ ਦੇ ਜਥੇਦਾਰ ਨੂੰ ਮੰਨਦਾ ਨਾ ਕੋਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਮੰਨਦਾ ਨਾ ਕੋਈ ਟਕਸਾਲ ਵਿੱਚ ਇੱਕ ਮਤ ਹੈ। ਇਹ ਇਹ ਕੀ ਹੋ ਰਿਹਾ? ਫਿਰ ਜਦੋਂ ਉਹਨਾਂ ਨੇ ਫੁੱਟ ਦੇਖ ਲਈ ਤੇ ਗੌਰਮੈਂਟ ਨੇ ਸਾਡੇ ਗੁਰਦੁਆਰੇ ਡਿਵਾਈਡ ਕਰਤੇ। ਸਾਡੇ ਗੁਰਦੁਆਰੇ ਦਿੱਲੀ ਵੱਖਰੀ ਕਰਤੀ ਹਰਿਆਣਾ ਵੱਖਰਾ ਕਰਤਾ। ਉਹ ਸਿੱਖੋ ਤੁਹਾਡੇ ਕੋਲ ਕੀ ਰਹੂਗਾ? ਇਹ ਮੇਰੀਆਂ ਗੱਲਾਂ ਨੂੰ ਨੋਟ ਕਰੋ। ਰੋਟੀ ਤਾਂ ਖਾਈ ਜਾਣੀ ਆਪਾਂ। ਤੁਹਾਡਾ ਨਾਮੋ ਨਿਸ਼ਾਨ ਜਿਹੜਾ ਗੁਰੂ ਨੇ ਬੂਟਾ ਲਾਇਆ ਉਹਨੂੰ ਪਾਣੀ ਪਾਓ। ਔਰ ਤੁਸੀਂ ਇਹੋ ਜਿਹੀਆਂ ਗੱਲਾਂ ਕਰਕੇ ਜੇ ਸ਼੍ਰੋਮਣੀ ਕਮੇਟੀ ਤੁਹਾਡੇ ਹੱਥ ਚੋਂ ਚਲੀ ਗਈ ਤੁਹਾਡੇ ਕੋਲ ਕਿਹੜੀ ਪਾਵਰ ਹੈ ਜੀ? ਇਹਦੇ ਵਾਸਤੇ ਆਹ ਜਿਹੜੇ ਸਾਡੇ ਨੌਜਵਾਨ ਜੇਲ੍ਹਾਂ 'ਚ ਹੈ ਉਹ ਮੈਂ ਤਾਂ ਸਾਰਿਆਂ ਵਿਚਾਰਿਆਂ ਨੇ ਦਰਸ਼ਨ ਕੀਤੇ ਆ। ਉਹ ਜੇ ਕੋਈ ਕਤਲ ਕਰਦਾ ਹੈ ਉਹਦੀ 14 ਸਾਲ 15 ਸਾਲ ਕਰਕੇ ਉਹਨੂੰ ਪਰੋੜਾਂ ਮਿਲਦੀਆਂ ਛੁੱਟੀਆਂ ਮਿਲਦੀਆਂ ਮਾਫ਼ੀ ਮਿਲਦੀ ਜੀ। ਉਹ ਮੋਦੀ ਤੇ ਪ੍ਰਾਈਮ ਮਿਨਿਸਟਰ ਬਣਨ ਵਾਲੇ ਉਹ ਸਾਡੇ ਨਾਲ ਕਿਉਂ ਧੱਕਾ ਕਰਦੇ? ਉਹਨਾਂ ਨੂੰ ਤੁਸੀਂ ਛੱਡਦੇ ਨਹੀਂ। ਅਸੀਂ ਸਾਰੀ ਕੌਮ ਵੱਖਰੀ ਵੱਖਰੀ ਜ਼ੋਰ ਲਾ ਰਹੇ ਹਾਂ। ਇਹਦੇ 'ਚ ਵੀ ਸਾਡੀ ਗਲਤੀ ਹੈ ਕਿ ਅਸੀਂ ਆਪਦੀ ਰਾਜਨੀਤੀ ਨੂੰ ਚਮਕਾਉਣ ਲਈ ਵੱਖਰੇ ਵੱਖਰੇ ਤੌਰ 'ਤੇ ਜ਼ੋਰ ਲਾਉਣੇ ਜੀ। ਜੇ ਅਕਾਲੀ ਦਲ ਕੁਛ ਕਰਦਾ ਤਾਂ ਉਹ ਪ੍ਰਾਪੇਗੰਡਾ ਉਧਰੋਂ ਹੁੰਦਾ। ਹੁਣ ਇਹਨਾਂ ਨੂੰ ਯਾਦ ਆ ਗਿਆ। ਜੇ ਕੋਈ ਹੋਰ ਜਥੇਬੰਦੀ ਕਰਦੀ ਹੈ ਉਹ ਕਹਿੰਦੀ ਇਹ ਹੁਣ ਐਂ ਕਰਦੇ ਆ। ਕੋਈ ਵਕੀਲ ਕਹਿੰਦਾ ਨਹੀਂ ਮੈਂ ਇਹ ਇਹ ਕਿਉਂ ਕਰ ਰਹੇ ਹੈ? ਮੈਂ ਕਹਿੰਦਾ ਤੁਸੀਂ ਸਾਰੇ ਇਕੱਠੇ ਹੋ ਕੇ ਕਿਵੇਂ ਨਹੀਂ ਛੱਡਦੇ ਜੀ? ਕਿਵੇਂ ਨਹੀਂ ਛੱਡਦੇ? ਲੈ ਮੈਂ ਵਾਅਦਾ ਕਰਦਾ ਸਾਰਿਆਂ ਨੂੰ ਆਓ ਤੁਸੀਂ ਦਰਬਾਰ ਸਾਹਿਬ ਵਿੱਚ ਇਕੱਠੇ ਹੋ ਕੇ ਕਹਿ ਦਿਓ ਕਿ ਸਾਡੀਆਂ ਤੁਸੀਂ ਰੱਖੋ ਪਾਰਟੀਆਂ, ਪਰ ਇਸ ਮੁੱਦੇ 'ਤੇ ਅਸੀਂ ਇਸ ਬੰਦੇ ਦੇ ਮਗਰ ਲੱਗ ਕੇ ਚੱਲਦੇ ਹਾਂ, ਚਲੋ ਚੱਲਾਂਗੇ ਨਾਲ। ਅਤੇ ਇਹ ਗੌਰਮੈਂਟ ਕਿੰਨੇ ਕੁ ਨੂੰ ਮਾਰ ਦੂ? ਸਤਨਾਮ ਵਾਹਿਗੁਰੂ ਬੋਲਦੇ ਜਾਵਾਂਗੇ। ਹੁਣ ਉਹ ਜਿਹੜੇ ਬੰਦੇ ਆ ਉਹ ਕਾਹਦੇ ਲਈ ਅੰਦਰ ਹੈ? ਉਹ ਕਾਹਦੇ ਲਈ ਅੰਦਰ ਹੈ ਜੀ? ਅਤੇ ਉਹਨਾਂ ਵਾਸਤੇ ਗੌਰਮੈਂਟ ਇੰਨੀ ਤੇਜ਼ ਹੈ ਹਵਾਰੇ ਨੂੰ ਹਵਾਰਾ ਸਾਹਿਬ ਨੂੰ ਤੇਰਾ ਜਵਾਨ ਸਾਹਿਬ ਨੂੰ ਅੱਡੋ ਅੱਡ ਕਰਤਾ। ਤਰੀਕਾ ਉਹਨਾਂ ਕੋਲ ਅਸੀਂ ਤਾਂ ਸਮਝਦੇ ਨਹੀਂ ਕਿਉਂਕਿ ਉਹ ਮਹਾਨ ਸ਼ਖਸੀਅਤਾਂ ਦੋਨੇ ਜੀ। ਜਦੋਂ ਉਹਨਾਂ ਨੂੰ ਇਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਅੱਡੋ ਅੱਡ ਕਰਤਾ ਉਹ ਤਰੀਕਾ ਸੀ ਉਹਦੇ ਵਿੱਚ। ਹੁਣ ਉਹ ਕੁਦਰਤੀ ਤੌਰ 'ਤੇ ਜਿਹੜੇ ਉਹਨੂੰ ਮੰਨਦੇ ਆ ਉਹ ਉੱਧਰ ਨਹੀਂ ਗੱਲ ਕਰਦੇ ਆ, ਉਹ ਉੱਧਰ ਨਹੀਂ ਕਰਦੇ। ਹਾਲਾਂਕਿ ਜਿਹੜਾ ਮੋਰਚਾ ਲੱਗਾ ਉਹ ਸਾਰਿਆਂ ਲਈ ਸਾਂਝੀ ਗੱਲ ਕਰ ਰਿਹਾ। ਜੇ ਤੁਸੀਂ ਕੁਛ ਹੋਰ ਨਹੀਂ ਤਾਂ ਮੋਰਚੇ ਦੇ ਨਾਲ ਅਕਸਰ ਤੁਸੀਂ ਕਮੇਟੀ ਬਣਾ ਲਓ, ਤੁਸੀਂ ਪ੍ਰਧਾਨ ਲੈ ਲਓ ਸ਼੍ਰੋਮਣੀ ਕਮੇਟੀ ਦਾ। ਉਹਦੀ ਕੀ ਗਲਤੀ ਹੈ? ਉਹ ਤਾਂ ਠੀਕ ਹੈ, ਵਕੀਲ ਰਿਹਾ, ਉਹ ਮੁਕੱਦਮੇ ਵੀ ਲੜਦਾ ਰਿਹਾ ਸਾਡੇ। ਸੋ ਇਸ ਕਰਕੇ ਤੁਸੀਂ ਕਿਸੇ ਨਾ ਕਿਸੇ ਨੂੰ ਮੰਨੋ, ਤੇ ਆਪਣਾ ਜੇ ਮੰਨਣਾ ਹੀ ਨਹੀਂ ਤਾਂ ਫਿਰ ਕੱਲ ਨੂੰ ਆ ਜਿਹੜੇ NSA ਮੁੰਡੇ ਲੱਗੇ ਉਹ ਨਾ ਇਹ ਬੋਲਣ ਜਾਣ, ਨਾ ਇਹਨਾਂ ਨੂੰ ਕੋਈ ਪਤਾ ਦੀਨ ਦੁਨੀਆ ਦਾ। ਉਹ ਅੱਤਵਾਦੀ ਹੈ ਜੀ, ਇਹਦੇ ਨਾਲ ਲਿੰਕ ਆ ਅੰਮ੍ਰਿਤਪਾਲ ਦੇ, ਉਹ ਮੇਰੇ ਲਿੰਕ ਆ ਨਾ ਫੜ ਲੂ ਫੜ ਲੂ। ਉਹ ਲਿੰਕ ਇੱਥੇ ਆਇਆ ਸੀ ਗੁਰਦੁਆਰੇ, ਉਹਦੇ ਨੂੰ ਪ੍ਰਸ਼ਾਦਾ ਸ਼ਕਾਤਾ ਲਿੰਕ ਹੋ ਗਏ। ਜੇ ਕੋਈ ਡੁਬਈ ਬੰਦਾ ਜਾ ਆਇਆ ਉਹ ਸਾਡਾ ਭਾਈ ਸੀ ਬਲਵਿੰਦਰ ਸਿੰਘ, ਆਖਿਰ ਇਹ ਇਹਦੇ ਲਿੰਕ ਉਹਦੇ ਨਾਲ। ਉਹ ਵਿਚਾਰਾ ਨਾ ਕੋਈ ਗੱਲ ਨਾ ਬਾਤ ਕਥਾ ਕਰਦਾ ਨੌਜਵਾਨ, ਉਹਨੂੰ ਮਸਾਂ ਉੱਥੋਂ ਹੁਣ ਜੇਲ੍ਹ 'ਚੋਂ ਲਿਆਉਂਦਾ। NSA ਉਹਨਾਂ 'ਤੇ ਲਾਈਆਂ ਪਈਆਂ। ਉਹ ਚੜ੍ਹ ਸਿੰਘ ਰਾਊਕੇ ਦਾ ਮੁੰਡਾ ਕੁਲਵੰਤ ਸਿੰਘ, ਉਹ ਚੜ੍ਹ ਸਿੰਘ ਉਹਦਾ ਉਹਦਾ ਪਿਤਾ ਜਿਹੜਾ ਸੀ ਕੁਲਵੰਤ ਦਾ ਚੜ੍ਹ ਸਿੰਘ, ਉਹ ਮੇਰਾ ਜਾਇਦਾਰ ਸੀ। ਉਹ ਮੇਰੇ ਸਾਹਮਣੇ ਫੜ ਕੇ ਪੁਲਿਸ ਨੇ ਲਿਆ ਕੇ
ਥਾਣੇ ਵਿੱਚ ਰੱਖ ਕੇ ਮਾਰਤਾ। ਐਸਐਸਪੀ ਸਾਰਿਆਂ ਦਾ ਮੈਨੂੰ ਪਤਾ ਹੈ, ਸਾਡੀ ਪੁਕਾਰ ਕਿਸੇ ਨੇ ਸੁਣੀ ਹੈ, ਸਾਨੂੰ ਅੱਤਵਾਦੀ ਕਹੀ ਜਾਂਦੇ ਹੈ। ਸੋ ਬਹੁਤ ਲੰਬੀਆਂ ਗੱਲਾਂ, ਬਹੁਤ ਜ਼ਿਆਦਾ ਇਹ ਇਤਿਹਾਸ ਤਾਂ ਮੇਰੇ, ਕਿਉਂਕਿ ਮੇਰੇ ਹੱਡਾਂ ਵਿੱਚ ਦੀ, ਮੇਰੀਆਂ ਹੱਥਾਂ ਵਿੱਚ ਦੀ ਨਿਕਲਿਆ ਹੋਇਆ ਹੈ। ਇਹਦੇ ਵਾਸਤੇ ਬਹੁਤ ਘੰਟੇ ਚਾਹੀਦੇ ਹੈ। ਰਾਜਨੀਤੀ ਦਾ ਮਸਲਾ ਫਿਰ ਦੂਜਾ ਹੈ। ਅਤੇ ਫਿਰ ਜਿਹੜੇ ਰਾਜਨੀਤੀ ਦੇ ਵਿੱਚ ਤੁਹਾਨੂੰ ਪਤਾ ਹੈ, ਇੱਕ ਚੰਡੀਗੜ੍ਹ ਦਾ ਘਰਾਓ ਕੀਤਾ ਸੀ ਜੀ। ਮੇਰੇ ਭਰਾ ਜਗਜੀਤ ਸਿੰਘ ਦੀ ਡੈੱਡ ਬਾਡੀ ਘਰੇ ਸਿਵਾ ਜਗ ਰਿਹਾ ਸੀ, ਅਤੇ ਮੇਰੇ ਪਿਤਾ ਨੇ 21 ਤਰੀਕ ਦਾ ਪ੍ਰੋਗਰਾਮ ਦਿੱਤਾ ਸੀ ਚੰਡੀਗੜ੍ਹ ਘਰਾਓ ਦਾ ਜੀ। ਅਤੇ ਮੇਰੇ ਭਰਾ ਨੂੰ ਦੁਸ਼ਟਾਂ ਨੇ ਸਰਕਾਰ ਨਾਲ ਮਿਲ ਕੇ ਸ਼ਹੀਦ ਕਰ ਦਿੱਤਾ ਸੀ 18 ਤਰੀਕ ਨੂੰ। ਅਤੇ ਆ ਕੇ ਜਦੋਂ ਲਿਆਉਂਦਾ ਘਰੇ, ਇੱਥੇ ਅਣਗਿਣਤ ਲੋਕ ਇਕੱਠੇ ਹੋ ਗਏ, ਅਤੇ ਅਸੀਂ ਕਿਹਾ ਵੀ ਬਾਪੂ ਜੀ ਤੁਸੀਂ ਇਹ ਪ੍ਰੋਗਰਾਮ ਅੱਗੇ ਕਰ ਦਿਓ। ਪਰੰਪਰਾ ਕਹਿੰਦਾ ਆਪਾਂ ਪ੍ਰੋਗਰਾਮ ਅੱਗੇ ਕਰ ਦਈਏ। ਬਾਪੂ ਜੀ ਕਹਿੰਦੇ ਪ੍ਰਧਾਨ ਦੇ ਪੁੱਤ ਨੂੰ ਮਾਰਨਾ ਸਰਕਾਰ ਲਈ ਕੋਈ ਮੁਸ਼ਕਲ ਨਹੀਂ ਜੀ, ਇਹ ਰਵਾਇਤਾਂ ਅਕਾਲੀ ਦਲ ਦੀਆਂ ਪਿਰਤਾਂ ਖਰਾਬ ਨਾ ਕਰੋ, ਵੇਖੋ ਤੁਸੀਂ। ਤੇ ਇਹ ਸਿਰੇ ਦੇ ਕੋਲੇ ਬਾਬਾ ਠਾਕਰ ਸਿੰਘ ਤੇ ਇੱਕ ਮੇਰਾ ਛੋਟਾ ਭਰਾ, ਉਹਨਾਂ ਨੂੰ ਛੱਡ ਕੇ ਅਸੀਂ ਸਾਰੇ ਜਨ ਤੁਰ ਪਏ, ਤੇ ਸਾਡੇ ਨਾਲ ਆਪ ਮੁਹਾਰੇ ਲੋਕ ਟਰੱਕਾਂ ਤੇ ਅਣਗਿਣਤ ਲੋਕ। ਇੱਕ ਰੇਲ ਗੱਡੀ ਬਠਿੰਡਿਓ ਭਰ ਕੇ ਆ ਗਈ, ਇੱਕ ਅੰਮ੍ਰਿਤਸਰੋਂ ਆ ਗਈ। ਜਦੋਂ ਅਸੀਂ ਚੰਡੀਗੜ੍ਹ ਗਏ, ਰਸਤੇ 'ਚ ਨਾਕੇ ਲੱਗੇ, ਪਾਸੇ ਕਰਕੇ ਗੱਡੀਆਂ ਗੁੱਡੀਆਂ ਨੂੰ ਦੇ ਕੇ ਧੱਕੇ, ਕਿਉਂਕਿ ਮੈਂ ਕਿਹਾ ਸੀ ਮੈਂ ਗੱਲ ਕਰਦਾ, ਤੇ ਜਾਗਰ ਸਿੰਘ ਸੇਖਵਾ ਨਾਲ ਸੀ, ਤੁਸੀਂ ਤਾਂ ਬੱਚੇ, ਤੁਹਾਨੂੰ ਤਾਂ ਪਤਾ ਨਹੀਂ। ਉਹ ਮੈਨੂੰ ਕਹਿੰਦਾ, ਉਹ ਕੈਪਟਣਾ ਹੁਣ ਜੰਗ ਲੱਗ ਗਈ, ਹੁਣ ਤੂੰ ਹੁਣ ਕਮਾਂਡ ਸੰਭਾਲ। ਸਾਡਾ ਪ੍ਰੋਗਰਾਮ ਅੰਬ ਸਾਹਿਬ ਰਹਿਣ ਦਾ ਸੀ ਰਾਤ ਨੂੰ ਗੁਰਦੁਆਰੇ ਪ੍ਰਸ਼ਾਦਾ, ਰੋਕਣੀਆਂ ਗੱਡੀਆਂ। ਮੈਂ ਕਿਹਾ ਨਾ 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 ਨਾ, ਜੇ ਆਪਾਂ ਅੰਬ ਸਾਹਿਬ ਚਲੇ ਗਏ, ਰਾਤ ਨੂੰ ਪੈ ਗਏ, ਦਿਨ ਚੜ੍ਹਦੇ ਨੂੰ CRPF ਪੁਲਿਸ ਆ ਗਈ, ਘੇਰਾ ਪਾਰੂ ਆਪਾਂ ਹੀ ਕਰਾਂਗੇ, ਆਪਾਂ ਤਾਂ ਜਮਾਂ ਫੇਲ ਹੋ ਜਾਵਾਂਗੇ। ਆਪਣੇ 10 ਬੰਦੇ ਵੀ ਵਿਧਾਨ ਸਭਾ ਜਾ ਵੰਡ ਤਾਂ ਕਾਮਯਾਬ ਹੈ। ਉਹ ਕਹਿੰਦੇ ਮੁੰਡੇ ਬਹੁਤ ਸਵੇਰ ਦੇ ਤੁਰੇ ਆ ਰੋਟੀ ਪਾਣੀ। ਮੈਂ ਕਿਹਾ ਮੇਰੀ ਜ਼ਿੰਮੇਵਾਰੀ, ਬਹੁਤ ਆਖੇ ਲੱਗਦੇ ਸੀ। ਮੈਂ ਜਾ ਮਗਰ ਪੁੱਛਿਆ ਮੁੰਡਿਆਂ ਤੋਂ, ਕਹਿੰਦੇ ਕੈਪਟਣਾ ਰੋਟੀ ਨਿੱਤ ਖਾਂਦੇ ਆ ਤੁਸੀਂ, ਆਪਾਂ ਉੱਥੇ ਚੱਲੋ ਜੀ। ਅਸੀਂ ਉੱਥੇ ਗਏ ਤੇ ਤੜਕੇ ਮੇਰੇ ਪਿਤਾ ਨੇ ਉੱਥੋਂ ਬਾਲਟੀ ਮੰਗਾ ਕੇ, ਇਸ਼ਨਾਨ ਕਰਕੇ, ਨਿਤਨੇਮ ਕਰਕੇ ਗੱਡੀ ਜੀ, ਤੇ ਇੱਕ ਇਕੱਠ ਹੋ ਗਿਆ। ਜਦੋਂ ਅਰਦਾਸ ਕੀਤੀ ਗਈ, ਅਰਦਾਸ ਕਰਕੇ ਤੂਰ ਤੇ ਆਰਗਨਾਈਜ਼ ਮੈਂ ਕੀਤਾ, ਚਾਰ ਚਾਰ ਜ਼ਿਲ੍ਹੇ ਅੱਗੇ, ਚਾਰ ਜ਼ਿਲ੍ਹੇ ਫੇਰ, ਚਾਰ ਜ਼ਿਲ੍ਹੇ ਫੇਰ ਜੀ। ਤੇ ਅਹੁਦੇਦਾਰ ਪਾਰਟੀ ਦੇ ਅੱਗੇ, ਫਿਰ ਜ਼ਿਲ੍ਹੇ ਦੇ ਵਰਕਰ ਫਿਰ ਪਿੱਛੇ ਉੱਤੇ ਜੀ, ਇਤਕਾ ਲਾਈਨਾਂ ਬਣਾਤੀਆਂ ਤੇ ਸ਼ੁਰੂ ਕਰਤਾ। ਪਹਿਲੇ ਨਾਕੇ ਤੇ ਆਸੂ ਗੈਸ ਸਿੱਟ ਕੇ ਬੁਰਾ ਹਾਲ ਕਰਤਾ। ਮੇਰੇ ਪਿਤਾ ਦੇ ਅੱਖਾਂ 'ਚ ਧੂੰਆਂ ਪੈ ਗਿਆ, ਤੇ ਲੋਕਾਂ ਨੇ ਲਿਆ ਕੇ ਦੁਪੱਟਾ ਰੂਟਾ ਭਿਉਂ ਕੇ, ਉਹ ਪਹਿਲਾਂ ਖੜੇ ਸੀ ਫਿਰ ਬਹਿ ਗਏ, ਤੇ ਫਿਰ ਅਸੀਂ ਅੱਗੇ ਗਏ। ਉਹ ਨਾਕਾ ਤੋੜਤਾ, ਮੇਰੇ ਕੋਲ ਕਿਰਪਾਨ ਸੀ, ਖੰਡੇ ਧਾਰ ਤੇ ਮੇਰੀ ਫੋਟੋ ਵੀ ਲੱਗੀ ਸੀ, ਤੇ ਮੈਂ ਆਇਆ ਹੌਲਦਾਰ ਸੀ ਰੁਪਏ ਨੂੰ ਮਾਰਿਆ ਲਲਕਰਾ, ਉਹ ਪਿਛਾਹ ਹਟ ਗਿਆ ਤੇ ਅਸੀਂ ਤੋੜ ਕੇ ਨਾਕਾ ਤੁਰ ਗਏ। ਬਹੁਤ ਜੋਸ਼ ਲੋਕਾਂ 'ਚ, ਫਿਰ ਗਾਂ ਕਿਸੇ ਨੇ ਇੱਥੇ ਕੋਈ ਪੁਲਿਸ ਨੇ ਜਾਂ ਕਿਸੇ ਨੇ ਸ਼ਰਾਰਤ ਹੋਈ ਤਾਂ ਇੱਥੇ ਸਾਡੇ 2 ਬੰਦੇ ਸ਼ਹੀਦ ਹੋ ਗਏ ਜੀ, ਕੁਝ ਜ਼ਖਮੀ ਹੋ ਗਏ, ਤੇ ਅਸੀਂ ਜਾ ਕੇ ਵਿਧਾਨ ਸਭਾ ਦੇ ਵਿੱਚ ਜਾ ਵੜੇ ਜੀ। ਵਿਧਾਨ ਸਭਾ 'ਚ ਜਦੋਂ ਕਿ ਮਟਕੇ ਚੌਕ ਤੋਂ ਕੋਈ ਅੱਗੇ ਨਹੀਂ ਜਾਂਦਾ ਜੀ, ਉੱਥੇ ਰੁਕਦੇ ਆ, ਤੇ ਵਿਧਾਨ ਸਭਾ ਦੇ ਵਿੱਚ ਜਦੋਂ ਗਏ ਤੇ ਉੱਥੇ SSPC ਇੱਕ ਮਦਰਾਸੀ ਲੱਗਦਾ ਸੀ, ਕਹਿੰਦਾ ਰੁਕ ਜਾਓ ਹਮ ਗੋਲੀ ਚਲਾ ਦੇਗੇ। ਮੈਂ ਕਿਹਾ ਚਲਾ ਦਿਓ। ਅਸੀਂ ਉੱਥੇ ਜਾ ਵੜੇ। ਜਿਹੜਾ ਸੂਰ ਸਿੰਘ ਖਾਲਸਾ, ਇਹ ਵਿਚਾਰਾ ਉਦੋਂ ਸਾਡਾ ਪ੍ਰੈਸ ਸਕੱਤਰ ਸੀ, ਇਹ ਉੱਥੇ ਪੈ ਗਿਆ ਲੰਮਾ, ਉੱਥੇ ਤੇ ਫੋਟੋ ਫਾਟੋ ਵੀ ਉਹਦੀ ਉਦੋਂ ਆਈ ਜਿਹਦਾ ਹੁਣ ਵਰਤ ਰੱਖਿਆ ਜੀ। ਤੇ ਉੱਥੇ ਅਸੀਂ, ਮੇਰੇ ਪਿਤਾ ਨੇ ਦੇਖੋ ਕਿਹਾ ਕੋਈ ਗਲਤ ਨਾਰਾ ਜੀ, ਕੋਈ ਗਾਲ ਨੀ ਕੱਢਣੀ, ਕੋਈ ਗੱਡੀ ਨੀ ਤੋੜਨੀ। ਕਮੇਟੀ ਬਣਾ ਦੀ, ਜਾਗਰ ਸਿੰਘ ਸੇਖਵਾ, ਬ੍ਰਹਮਪੁਰਾ, ਗੁਰਦੀਪ ਸਿੰਘ ਬਠਿੰਡਾ, ਦਾਸ
ਅਕਾਲੀ ਤੇ ਇਹ ਸਾਰੇ ਬੰਦੇ ਬਾਪੂ ਜੀ ਨਹੀਂ ਗਏ, ਇਹ ਉੱਤੇ ਚਲੇ ਗਏ। ਉੱਥੇ ਬਰਨਾਲਾ ਬੈਠਾ, ਬਰਨਾਲਾ ਸੀ ਜੀ, ਐਂ ਕੰਬ ਰਿਹਾ ਸੀ ਤੇ ਵਜੀਰ ਟੇਬਲਾਂ ਦੇ ਥੱਲੇ ਵੜ ਗਏ ਸੀ। ਤੇ ਉੱਥੇ ਜਦੋਂ ਗਏ ਤੇ ਉਹ ਜਾਗਰ ਸਿੰਘ ਸੇਖਵਾ ਕਹਿੰਦਾ, ਉਹ ਕਾਹਦੇ ਲਈ ਬੈਠਾ ਇੱਥੇ? ਤੇ ਕਹਿੰਦਾ, ਜੀ ਮੈਂ ਤਾਂ ਅਸਤੀਫਾ ਦੇ ਦਿੰਦਾ, ਮੈਂ ਕੀ ਕਰਾਂ, ਮੇਰਾ ਤਾਂ ਅਸਤੀਫਾ। ਉਹਦਾ ਹੁਣ ਤੇਰੇ ਅਸਤੀਫੇ ਨੂੰ ਕੀ ਕਰਕੇ, ਅੱਗ ਤਾਂ ਲਾ ਦੀ ਤੂੰ ਜੀ। ਤੇ ਫਿਰ ਉਹਦਾ ਯੂਟੀ, ਯੂਟੀ ਮੇਰੇ ਕੰਟਰੋਲ ਚ ਨਹੀਂ, ਯੂਟੀ ਜੀ ਚੰਡੀਗੜ੍ਹ ਜੀ। ਤੇ ਇਹਨੂੰ ਤੁਸੀਂ ਫਿਰ ਕਾਫੀ ਜ਼ਿਆਦਾ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਫਿਰ ਕਹਿੰਦਾ, ਸੇਖਵਾ ਸਾਹਿਬ ਇਹ ਤਾਂ ਮਟਕਾ ਚੌਕ ਤੋਂ ਕੋਈ ਅੱਗੇ ਨਹੀਂ ਆਉਂਦੇ, ਉੱਥੇ ਅਸੀਂ ਲੈ ਲੈਂਦੇ ਹਾਂ ਮੈਮੋਰੰਡਮ, ਮੈਨੂੰ ਕੀ ਪਤਾ। ਉਹ ਆਦਾ ਬਰਨਾਲਿਆ, ਤੈਨੂੰ ਪਤਾ ਨੀ ਧਰਮੀ ਬੰਦਾ ਸੰਤ ਪਿੰਡਰਾਲੇ ਦਾ ਪਿਤਾ ਆ ਰਿਹਾ ਜੀ, ਤੈਨੂੰ ਇਹ ਨਹੀਂ ਪਤਾ, ਇਹ ਤਾਂ ਪੁੱਤ ਦਾ ਸੇਵਾ ਜਲ ਦਾ ਛੱਡ ਕੇ ਤੁਰ ਪਿਆ। ਉਹ ਜਿਹੜੀਆਂ ਚੀਜ਼ਾਂ ਅਸੀਂ ਜਿਹੜੀਆਂ 92 ਦੇ ਵਿੱਚ ਉਦੋਂ ਪਹਿਲਾਂ 98 ਦੀ ਜਿੱਤ ਕੀਤੀ ਸਾਰੀਆਂ ਮਾਨ ਤੇ ਫੈਡਰੇਸ਼ਨ ਤਾਂ ਜੇਲ੍ਹ ਸੀ ਜੀ। ਤੇ ਬਾਬੇ ਨੇ 12,000 ਪਿੰਡਾਂ ਦੇ ਮਤੇ ਪਾ ਕੇ ਮਾਨ ਨੂੰ ਛਡਾਉਣ ਦੀ ਖਾਤਰ ਜੀ, ਜਿਹੜੇ ਹੁਣ ਸ਼੍ਰੋਮਣੀ ਕਮੇਟੀ ਕਰਾ ਰਹੀ ਹੈ ਜੀ, ਉਹ ਅਸੀਂ ਲਏ, ਉੱਥੇ ਜਾ ਕੇ ਦੇ ਕੇ ਆਏ। ਸੋ ਇਹ ਸਾਰਾ ਕੁਝ ਜਿਹੜਾ ਉਸ ਟਾਈਮ ਦਾ ਪੀਰੀਅਡ ਦੀਆਂ ਮੱਲਾਂ ਮਾਰੀਆਂ, ਕੋਈ ਅਖਬਾਰ ਨਹੀਂ ਲਿਖਿਆ, ਕਿਸੇ ਕਿਤਾਬ 'ਚ ਨਹੀਂ ਲਿਖਿਆ। ਮੇਰਾ ਦਿਲ ਇੰਨਾ ਹੁੰਦਾ ਹੈ ਕਿ ਇਹ ਕੀ ਹੋ ਰਿਹਾ ਜੀ, ਇਹੋ ਜਿਹੀ ਸੱਚਾਈ ਵਾਲੀ ਨੌਕਰੀ ਕੀਤੀ, ਕੋਈ ਪਕੜ ਨਹੀਂ, ਕੋਈ ਪ੍ਰਧਾਨਗੀ ਦੀ ਗੱਲ ਨਹੀਂ, ਕੋਈ ਕੁਛ ਨਹੀਂ। ਜੇ ਪ੍ਰਧਾਨ ਸੰਤ ਲੌਂਗੋਵਾਲ ਤੇ ਤਲਵੰਡੀ ਨੇ ਲੈ ਕੇ ਦੇ ਦਿੱਤਾ ਸੀ ਮੇਰੇ ਪਿਤਾ ਨੂੰ ਜੀ 84 ਤੋਂ ਮਗਰੋਂ, ਵੀ ਹੁਣ ਤੁਸੀਂ ਸਾਂਭੋ, ਸਾਡੀਆਂ ਸੇਵਾਵਾਂ ਤੁਹਾਡੇ ਕੋਲ ਹੈ, ਜੇ ਚਾਹੁੰਦੇ ਤਾਂ ਕਿਸੇ ਨੂੰ ਬਣਾ ਲੈਂਦੇ, ਜਿਹੜਾ ਭਰਾ ਉਦੋਂ ਸ਼ਹੀਦ ਉਹਦਾ ਮਗਰੋਂ ਹੋਇਆ ਉਹਨੂੰ ਬਣਾ ਦਿੰਦੇ ਜੀ। ਤੇ ਪਰ ਨਹੀਂ, ਉਹ ਕਹਿੰਦੇ ਮੈਂ ਨਹੀਂ ਬਣਨਾ, ਤੇ ਮੈਂ ਸਿਮਰਨਜੀਤ ਸਿੰਘ ਮਾਨ ਨੂੰ ਬਣਾਉਣਾ। ਉਦੋਂ ਇਹ ਇੱਥੇ ਸੀ SSP ਜੀ, ਤੇ ਫਿਰ ਹੋ ਗਿਆ ਸੀ। ਤੇ ਇਹ ਅਸੀਂ ਸਾਰਿਆਂ ਨੇ ਰਹਿ ਦਿੱਤੀ, ਉਹ ਠੀਕ ਹੈ। ਉਦੋਂ ਮੁੜ ਕੇ ਜਿੱਤ ਇੰਨੀ ਵੱਡੀ ਹੋ ਗਈ, ਨਾਲੀਆਂ ਜਵਾਨ ਤਾਂ ਜਬਤ ਹੋ ਗਈ ਜੀ। ਤੇ ਜਦੋਂ ਹੋ ਗਿਆ ਇਕੱਠ, ਹੋ ਗਿਆ ਮਾਨ ਆ ਗਿਆ ਬਾਹਰ, ਤੇ ਜਾ ਕੇ ਇਕੱਠ ਦੇ ਵਿੱਚ ਉਹਨੇ ਦਫ਼ਤਰ ਕਾਨੀ ਦਲ ਦਾ ਜਿਹੜਾ ਸੀ ਉਹ ਪਿੱਛੇ ਆਪਣਾ ਸੀ ਜੀ, ਆਪਣਾ ਸੀ, ਚਾਬੀਆਂ ਦੇ ਦਿੱਤੀਆਂ ਤੇ ਸਾਰੀਆਂ ਕਰਕੇ ਤੇ ਆ ਲੈ ਮਾਨ ਸਾਹਿਬ ਹੁਣ ਸੰਭਾਲਣਾ ਜੀ। ਇਹ ਗੱਲਾਂ ਕਰਨੀਆਂ ਔਖੀਆਂ ਬਹੁਤ ਹੈ ਜੀ, ਪਰ ਕਿਸੇ 'ਚ ਨਹੀਂ ਆ। ਸੋ ਇਸ ਕਰਕੇ ਇਹ ਤਾਂ ਬਹੁਤ ਵੱਡੀ ਯੋਜਨਾਬੰਦ ਤਰੀਕੇ ਨਾਲ, ਮੈਂ ਤਾਂ ਹੁਣ ਸਰਕਾਰ ਨੂੰ ਵੀ ਰਾਇ ਦਿੰਦਾ, ਕਿਉਂ ਵਿਤਕਰਾ ਕਰਦੇ ਹਾਂ ਇਹ ਬਾਰਡਰ ਦੇ ਉੱਤੇ? ਤੁਸੀਂ ਆਖੋਗੇ ਕਿਹੋ ਜਿਹੀਆਂ ਗੱਲਾਂ ਕਰਦਾ, ਤੁਸੀਂ ਟ੍ਰਾਇਲ ਕਰ ਲਓ, ਸਿੱਖਾਂ ਵੇਖੋ, ਜਨਰਲ ਨਿਆਜੀ ਤੇ ਜਨਰਲ ਅਰੋੜਾ ਜੀ, ਸਨ 71 ਦੀ ਲੜਾਈ 'ਚ ਬੰਗਲਾਦੇਸ਼ ਤੇ ਮੈਂ ਵਾਹਗਾ ਬਾਰਡਰ 'ਤੇ ਲੜੀ ਹੈ ਲੜਾਈ ਜੀ, ਲੜਾਈਆਂ ਤਿੰਨੇ ਲੜੀਆਂ। ਤੇ ਉੱਥੇ ਨਿਆਜੀ ਨੇ 92,000 ਫੌਜ ਸਰੈਂਡਰ ਕੀਤਾ ਜੀ, ਤੇ ਨਿਆਜੀ ਨੇ ਆਪਦਾ ਪਿਸਟਲ ਜਗਜੀਤ ਸਿੰਘ ਅਰੋੜਾ ਨੂੰ ਦਿੱਤਾ ਜੀ। ਕੀ ਕੀਤਾ ਜਨਰਲ ਬਿਕਰਮ ਸਿੰਘ, ਜੇ ਚਾਈਨਾ ਦੇ ਬਾਰਡਰ ਤੇ ਸਾਡਾ ਕਮਾਂਡਰ ਨਾ ਹੁੰਦਾ ਹੋਏ ਤਾਂ ਅਸੀਂ ਉਦੋਂ ਹੀ ਗੁਲਾਮ ਬਣ ਗਏ ਸੀ ਜੀ। ਇਹਨੇ ਥੋੜੀਆਂ ਹਥਿਆਰਾਂ ਦੇ ਨਾਲ, ਸਿਆਣੇ ਤਰੀਕੇ ਦੇ ਨਾਲ ਉਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ, ਸ਼ਹੀਦੀਆਂ ਵੀ ਪਾਈਆਂ ਜੀ। ਸੋ ਇਹ ਅਸੀਂ ਕਿਸੇ ਟਾਈਮ ਤੇ ਕੋਈ ਕੁਤਾਹੀ ਨਹੀਂ ਕੀਤੀ, ਮੈਦਾਨੇ ਜੰਗ ਵਿੱਚ ਕਿਸੇ ਫੌਜੀ ਭੱਜਿਆ ਨਹੀਂ ਦੇਖਿਆ। ਜਿਹੜੇ ਸਾਡੇ ਨੌਜਵਾਨ ਆਏ ਭੱਜ ਕੇ, ਧਰਮੀ ਫੌਜੀ, ਅਸੀਂ ਧਰਮੀ ਫੌਜੀ ਮੇਰੇ ਪਿਤਾ ਨੇ ਨਾਂ ਰੱਖਿਆ ਸੀ ਜੀ, ਉਹਨਾਂ ਨੂੰ ਪਕੌੜੇ ਕਹਿੰਦੇ ਸੀ ਪਹਿਲਾਂ, ਕਹਿੰਦੇ ਨਾ ਉਹ ਮੋਦੀ ਸਾਹਿਬ, ਉਹ ਕਾਂਗਰਸੀ, ਉਹ ਕਾਹਦੇ ਲਈ ਆਏ ਸੀ? ਉਹਨਾਂ ਨੇ ਰਾਜ ਕੋਈ ਬੰਦਾ ਨਹੀਂ ਮਾਰਿਆ, ਉਹਨਾਂ ਕੋਲੇ ਬੜੇ ਬੜੇ ਹਥਿਆਰ ਸੀ, ਉਹਨਾਂ ਕੋਲੇ ਗੰਨਾ ਸੀ, ਪਰ ਉਹ ਤਾਂ ਦਰਬਾਰ ਸਾਹਿਬ ਦੀ ਖਾਤਰ, ਉਹਨਾਂ ਦੇ ਦਿਲ 'ਚ ਦਰਦ ਸੀ ਜੀ, ਤੇ ਹੋਣਾ ਚਾਹੀਦਾ। ਤੇ ਤੁਸੀਂ ਉਹਨਾਂ ਦੇ ਕੋਰਟ ਮਾਰਸ਼ਲ ਕਰਤੇ,
ਉਹਨਾਂ ਨੂੰ ਕੱਢ ਕੇ ਘਰੇ ਪਾਤਾ, ਇਹ ਕਿਹੜੀ ਸਦਭਾਵਨਾ ਹੋ ਗਈ? ਕਿਹੜੀ? ਉਹਦੇ ਮੁਕਾਬਲੇ ਜਨਰਲ ਕੌਲ, ਜਨਰਲ ਕੌਲ ਚਾਰ ਡਿਵੀਜ਼ਨ ਫੌਜ ਅਰੁਣਾਚਲ ਪ੍ਰਦੇਸ਼ ਤੋਂ, ਸਾਰਾ ਸਾਰਾ ਪਹਾੜ ਦੀ ਲੜਾਈ ਚ ਭੱਜ ਕੇ ਤੇਜਪੁਰ ਆ ਗਿਆ ਸੀ ਜੀ। ਉਹਦੀ ਵਜ੍ਹਾ ਨਾਲ ਚਾਰ ਨੰਬਰ ਡਿਵੀਜ਼ਨ ਨੂੰ ਸਜ਼ਾ ਮਿਲਦੀ ਰਹੀ ਜੀ, ਉਹਨੂੰ ਪ੍ਰਮੋਸ਼ਨ ਦਿੱਤੀ। ਸੋ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਦੱਸੀਏ? ਇਹ ਇਹ ਥੋੜੀ ਪਹਿਲੀ ਗੱਲ ਤਾਂ ਸਾਡੇ ਗੁਰੂ ਦਾ ਹੁਕਮ ਹੈ ਵੀ ਦਾੜੀ ਪ੍ਰਕਾਸ਼ ਕਰੋ ਜੀ, ਦਾੜੀ ਰੱਖੋ। ਜਿਹੜੇ ਨੂੰ ਅਸੀਂ ਦਾੜੀ ਰੱਖਣ ਲਈ ਗੱਲ ਕਰਦੇ ਉਹ ਅੱਤਵਾਦੀ। ਹੁਣ ਤਾਂ ਸਿਰਫ ਪਛਾਣ ਹੀ ਇਹ ਹੈ, ਥੋੜੀ ਜਿਹੀ ਗੋਲ ਪੱਗ ਬੰਨ ਲਓ ਤੇ ਦਾੜੀ ਰੱਖ ਲਓ ਬਸ। ਇਹ ਆ ਹੁਣ, ਚੱਲ ਉਹ ਵੀ ਗੱਲ ਅੱਜ ਡਿਸਕਲੋਜ਼ ਕਰ ਦੇਣਾ। ਸੰਤ ਜਰਨੈਲ ਸਿੰਘ ਅੰਮ੍ਰਿਤਸਰ ਸੀ ਉਦੋਂ ਗੁਰੂ ਨਾਨਕ ਨਿਵਾਸ ਚ, ਤੇ ਉਹਨਾਂ ਦੇ ਕੋਲੇ ਪ੍ਰੈਸ ਵਾਲੇ ਆ ਗਏ। ਉਹ ਕਹਿੰਦੇ ਜੀ ਅਸੀਂ ਦਰਵਾਜ਼ਾ ਖੜਕਾਇਆ, ਉਹ ਪਹਿਰੇਦਾਰ ਕਹਿੰਦਾ ਸੰਤ ਜੀ ਆਏ ਆ ਦੋ ਬੰਦੇ, ਕਹਿੰਦੇ ਆਉਣ ਦਿਓ, ਫਤਿਹ ਬੁਲਾਏ, ਕਹਿੰਦੇ ਬਹਿ ਜਾਓ। ਮੈਂ ਬੈਠਾ ਸੀ ਨਾਲ ਹੀ, ਕਹਿੰਦੇ ਜਲ ਪਾਣੀ ਛਕੋ, ਕਹਿੰਦੇ ਨਹੀਂ ਗੱਲਾਂ ਕਰਨੀਆਂ ਫੇਰ ਛਕਾਂ, ਕਹਿੰਦੇ ਦੱਸੋ ਸਵਾਲ ਕਰ ਲਓ ਜਿਹੜੇ ਕਰਨੇ ਆ, ਫੇਰ ਨੀ ਬੋਲਿਆ ਜਾਣਾ। ਉਹ ਕਹਿੰਦੇ ਜੀ ਭਾਰਤ ਨੂੰ ਤੁਸੀਂ ਕੀ ਸਮਝਦੇ ਆ, ਭਾਰਤ ਨੂੰ ਕੀ ਸਮਝਦੇ ਆ? ਤੇ ਸੰਤ ਹੱਸ ਕੇ ਕਹਿੰਦੇ ਆ ਮੇਰਾ ਭਰਾ ਚਾਰ ਜਮਾਤਾਂ ਪੜ੍ਹਿਆ, ਇਹ ਦੱਸ ਬਈ। ਮੈਂ ਕੀ ਦੱਸਣਾ ਸੀ, ਮੈਂ ਤਾਂ ਉਹ ਜਗਰਾਫੀਕਲੀ ਦੱਸਣ ਲੱਗ ਪਿਆ, ਇੰਨੀਆਂ ਨਹਿਰਾਂ, ਇੰਨੇ ਪ੍ਰਾਂਤ ਹੈ ਜੀ, ਆਹ ਗੱਲਾਂ, ਆਹ ਬਾਤਾਂ, ਇੱਥੇ ਕੂੜਾ ਨਿਕਲਦਾ, ਇੱਥੇ ਚਾਹ ਹੁੰਦੀ ਆ, ਇੱਥੇ ਟਿੱਬੇ ਆ, ਇੱਥੇ ਆ ਪਹਾੜ ਹੈ, ਇਹੋ ਜਿਹੀਆਂ ਗੱਲਾਂ ਕਰਨਾ ਪਿਆ। ਉਹ ਕਹਿੰਦੇ ਤੁਹਾਡੇ ਨਾਲ ਗੱਲ ਨੀ ਕਰਨੀ ਜੀ, ਇਹਨਾਂ ਨਾਲ ਗੱਲ। ਕਹਿੰਦੇ ਦੂਜਾ ਸਵਾਲ, ਪਹਿਲਾ ਭਾਰਤ ਨੂੰ ਤੁਸੀਂ ਕੀ ਸਮਝਦੇ ਆ, ਦੂਜਾ ਜੇ ਹਿੰਦੁਸਤਾਨ ਤੇ ਸਿੱਖ ਜਰਨੈਲ ਚੜ ਕੇ ਆਵੇ ਤੁਸੀਂ ਕਿਹਦੀ ਮਦਦ ਕਰੋਗੇ? ਇਹ ਦੋ ਸਵਾਲਾਂ ਦਾ ਜਵਾਬ ਬੜਾ ਔਖਾ ਹੈ। ਕਹਿੰਦੇ ਬਸ, ਕਹਿੰਦੇ ਹਾਂ, ਕਹਿੰਦੇ ਨੋਟ ਕਰੋ, ਭਾਰਤ ਇੱਕ ਜ਼ਮੀਨ ਦਾ ਟੁਕੜਾ ਹੈ ਜੀ, ਜਿਹਦਾ ਰਾਜ ਹੈ ਉਸੇ ਦਾ ਸਥਾਨ ਹੈ। ਅੰਗਰੇਜ਼ ਆਏ ਤਾਂ ਇੰਡੀਆ ਬਣ ਗਿਆ, ਤੁਸੀਂ ਆ ਗਏ ਆ ਹੁਣ ਹਿੰਦੁਸਤਾਨ ਬਣ ਗਿਆ, ਪਾਕਿਸਤਾਨ ਮੁਸਲਮਾਨ ਆਜੂ ਪਾਕਿਸਤਾਨ ਬਣ ਜੂ, ਤੇ ਸਾਡਾ ਆਜੂਗਾ ਖਾਲਿਸਤਾਨ ਬਣ ਜੂ। ਸਾਰੀ ਧਰਤੀ ਜ਼ਮੀਨ ਦੇ ਟੁਕੜੇ ਆ ਜੀ, ਅਸੀਂ ਹੈਰਾਨ। ਮੈਂ ਬਾਹਰਲਿਆਂ ਮੁਲਕਾਂ ਚ ਵੀ ਇਹ ਸਵਾਲ ਕੀਤਾ, ਕਿਸੇ ਦੇ ਦਿਮਾਗ ਚ ਆਉਂਦੀ ਨੀ ਇਹ ਗੱਲ, ਨਾ ਕਿਸੇ ਬੁੱਧੀਜੀਵੀ ਦੇ ਨਾਲ ਹੋਰ। ਤੇ ਫਿਰ ਕਹਿੰਦੇ ਜੇ ਸਿੱਖ ਜਰਨੈਲ ਚੜਾਈ ਕਰਕੇ ਆਉਂਦਾ ਤਾਂ ਜੇ ਉਹ ਜ਼ੁਲਮ ਕਰਦਾ ਤਾਂ ਮੈਂ ਉਹਦਾ ਮੁਕਾਬਲਾ ਕਰੂੰਗਾ, ਜੇ ਉਹ ਜ਼ੁਲਮ ਦਾ ਖਾਤਮਾ ਕਰਦਾ, ਜ਼ੁਲਮ ਦੇ ਵਿਰੁੱਧ ਲੜਦਾ, ਫਿਰ ਮੈਂ ਉਹਦੀ ਮਦਦ ਕਰੂੰਗਾ। ਉਹਨਾਂ ਨੇ ਪੈਨਸਲ ਕਾਗਜ਼ ਰੱਖੇ ਗੋਡਿਆਂ ਤੇ, ਫਤਿਹ ਬੁਲਾਤੀ, ਤਾਂ ਚਲੋ ਹੁਣ ਮੈਂ ਤਾਂ ਸੰਗਤ ਨੂੰ ਇਹ ਆਖਰੀ ਦੱਸਦਾ ਬਈ ਇਹ ਗੱਲਾਂ ਜਿਹੜੀਆਂ ਕੀਤੀਆਂ ਦਾ ਫਾਇਦਾ ਤਾਂ ਹੀ ਹੈ, ਜੇ ਤਾਂ ਮੈਂ ਕੋਈ ਆਪਦੀ ਗੱਲ ਵਿੱਚ ਕਰ ਲਈ। ਹਾਲਾਂਕਿ ਸ਼ਹੀਦੀਆਂ ਬਹੁਤ ਹੋਈਆਂ ਸੰਗਤ ਦੀਆਂ ਵੀ, ਤੇ ਜੋ ਇੱਥੇ ਵਾਪਰਿਆ ਉਹ ਘਟਨਾ ਮੇਰੇ ਪਿਤਾ ਜੀ ਕਿਹਾ ਵੀ ਆਪਦੀਆਂ ਸ਼ਹੀਦੀਆਂ ਦੀ ਗੱਲ ਨਾ ਕਰੋ, ਪਰ ਜਦੋਂ ਕੋਈ ਵਿਅਕਤੀਗਤ ਬੰਦਾ ਪੁੱਛ ਲੈਂਦਾ ਉਹ ਜੇ ਤੁਸੀਂ ਕੋਈ ਬੰਦਾ ਸੁਣ ਕੇ ਰੋਣ ਹੀ ਲੱਗ ਪਊ ਜੀ, ਕਿਉਂਕਿ ਬਹੁਤ ਮੁੰਡਿਆਂ ਦੇ ਉੱਤੇ ਮੈਂ ਤਸ਼ੱਦਦ ਦੇ ਤਰੀਕੇ ਨਾਲ ਦੇਖਿਆ ਜਿਹੜਾ ਦੇਖਿਆ ਨਹੀਂ ਜਾਂਦਾ। ਸੋ ਇਸ ਕਰਕੇ ਜੋ ਕੁਛ ਹੋਇਆ, ਤੇ ਹੁਣ ਬੇਨਤੀ ਹੈ ਕਿ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਬਾਣੀ ਪੜ੍ਹੋ, ਪਰ ਜੋ ਹੁਕਮ ਹੈ ਗੁਰੂ ਦਾ ਉਹ ਮੰਨੋ, ਇਕੱਠੇ ਹੋ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਦੋਂ ਤੱਕ ਇਕੱਠੇ ਨਹੀਂ ਹੁੰਦੇ, ਇੱਕ ਸੁਰ ਵਿੱਚ ਨਹੀਂ ਚੱਲਦੇ, ਜਾਂ ਮਜਬੂਰ ਕਰਦੇ ਹੋ ਜਿਹੜੇ ਇੱਥੋਂ ਦੇ ਲੀਡਰ ਹੈ ਵੀ ਭਾਈ ਆਹ ਬੰਦਾ ਅੱਗੇ ਲੱਗੂ, ਤੇ ਪਰ ਜਿਸ ਤਰੀਕੇ ਦੇ ਨਾਲ ਆਪਾਂ ਚੱਲ ਰਹੇ ਹਾਂ ਇਹਦੇ ਨਾਲ ਮੇਰੇ ਖਿਆਲ ਨੂੰ ਤਾਂ ਕੁਛ ਨਹੀਂ ਬਣਨਾ ਜੀ,
ਕਿਉਂਕਿ ਅੱਜ ਜਿਹੜੀ ਪੈਰਲਲ ਜੰਗ ਹੈ ਸਰਕਾਰਾਂ ਸਰਕਾਰਾਂ ਨਾਲ ਸਮਝੌਤੇ ਕਰਦੀਆਂ ਜੀ। ਇਹ ਵੇਖੋ ਆ ਜਿਹੜਾ ਮੋਦੀ ਹੈ ਇਹਨੂੰ ਵੀਜ਼ਾ ਨਹੀਂ ਸੀ ਮਿਲਦਾ ਤੇ ਫਿਰ ਉਹੀ ਬਾਈਡਨ ਅੱਜ ਜੱਫੀ ਪਾ ਰਿਹਾ ਜੀ ਜਦੋਂ ਪ੍ਰਾਈਮ ਮਿਨਿਸਟਰ ਬਣ ਗਿਆ। ਇਹ ਸਾਰੀਆਂ ਗੱਲਾਂ ਆਪਾਂ ਢੰਗ ਦੇ ਨਾਲ ਚੱਲ ਕੇ ਸਿਆਣੇ ਬਣ ਕੇ ਗੱਲਾਂ ਬਾਤਾਂ ਦੇ ਨਾਲ ਕੋਈ ਮੁੜਦਾ ਮੁੜੂ ਮੋਰਚੇ ਲਾਓ ਜੋ ਇੱਕ ਇੱਕ ਸੁਰ ਹੋਵੋ ਫਿਰ ਹੀ ਕੋਈ ਗੱਲ ਬਣੂਗੀ। ਸੋ ਇਹੀ ਮੇਰੀ ਬੇਨਤੀ ਹੈ ਕਿ ਆਹ ਫੁਦਰੀਆਂ ਗੱਲਾਂ ਨਾ ਕਰੋ। ਅਕਾਲ ਤਖ਼ਤ ਆਪਣੇ ਕੋਲ ਹੈ ਸੁਪਰਮੇਸੀ ਅਕਾਲ ਤਖ਼ਤ ਢਾਤਾ ਪਰ ਸੁਪਰਮੇਸੀ ਉਹਦੀ ਕਾਇਮ ਰਹੀ ਜੀ ਕਿਉਂਕਿ ਜਨਰਲ ਬੇਦੀਆ ਨੇ ਸਾਡੇ ਨੁਕਸਾਨ ਕੀਤਾ ਤੇ ਉਹਨੂੰ ਮਾਰਤਾ ਜੀ। ਇੰਦਰਾ ਗਾਂਧੀ ਨੇ ਹੁਕਮ ਦਿੱਤਾ ਉਹਨੂੰ ਮਾਰਤਾ। ਇਹ ਅਕਾਲ ਤਖ਼ਤ ਦੀ ਜਿਹੜੀ ਸ਼ਕਤੀ ਹੈ ਤੇ ਅਕਾਲ ਤਖ਼ਤ ਦੁਬਾਰਾ ਫਿਰ ਬਣ ਗਿਆ ਜੀ ਉਹ ਅਕਾਲ ਤਖ਼ਤ ਦੀ ਜਿਹੜੀ ਸ਼ਕਤੀ ਆ ਉਹ ਤੋਂ ਸਰਕਾਰਾਂ ਘਬਰਾਉਂਦੀਆਂ ਤੇ ਜਿਹੜਾ ਸਾਡੇ ਜਥੇਦਾਰ ਸਾਹਿਬ ਹੈ ਜਦੋਂ ਉਹ ਬਣਾ ਲੈਂਦੇ ਆ ਜਦੋਂ ਤੱਕ ਹੈਗਾ ਉਹਦੀ ਇੱਜ਼ਤ ਕਰੋ ਮਾਣ ਕਰੋ ਜੀ ਉਹਦੀ ਸੁਪਰਮੇਸੀ ਨੂੰ ਤਾਂ ਬੜੀ ਮਹੱਤਤਾ ਦਿੰਦੇ ਆ ਬਹੁਤ ਵੱਡੀ ਹੈ ਪਰ ਮੰਨਣ ਨੂੰ ਕੋਈ ਤਿਆਰ ਨਹੀਂ ਜੀ। ਇੱਕ ਨਾਰਮਲ ਤੋਂ ਨਾਰਮਲ ਬੰਦਾ ਭੈੜੀਆਂ ਗੱਲਾਂ ਕਰ ਦਿੰਦਾ ਹੈ ਇਹ ਕਿਹੜੀ ਮਰਜ਼ਾਦਾ ਹੋਈ ਜੇ ਕਿਸੇ ਨਾਲ ਕੋਈ ਗੱਲ ਕਰਨੀ ਹੈ ਉੱਚ ਪੱਧਰੀ ਉਹ ਜਥੇਦਾਰ ਹੈ ਉਹਦੇ ਨਾਲ ਗੱਲ ਕਰੋ ਕੋਈ ਗੱਲ ਵਗਿਆ ਵੀ ਹੋਊਗੀ ਬੈਠ ਕੇ ਗੱਲ ਕਰੋ ਪ੍ਰੈਸ ਵਿੱਚ ਜਾ ਕੇ ਬੁਰਾ ਹਾਲ ਇਹ ਨਹੀਂ ਚੰਗਾ ਇਹਦੇ ਨਾਲ ਕੋਈ ਪ੍ਰਾਪਤੀ ਨਹੀਂ ਹੋਣੀ ਦੱਸੋ ਕੋਈ ਹੋਈ ਕੀ ਪ੍ਰਾਪਤੀ ਹੋਈ ਇੱਕ ਪ੍ਰਾਪਤੀ ਸੰਤ ਕਰ ਗਏ ਇਤਿਹਾਸ ਬਣਾ ਗਏ ਰੰਗਲਾ ਕਿਉਂਕਿ ਜਿਹੜਾ ਬੰਦਾ ਕੋਈ ਏਦਾਂ ਵਾਸਤੇ ਜ਼ੁਰਤ ਕਰੂਗਾ ਉਹਨੂੰ ਪਤਾ ਵੀ ਇਹ ਛੱਡਦੇ ਨਹੀਂ ਇਤਿਹਾਸ ਸਾਡੇ ਇਹ ਪੱਖ ਵਿੱਚ ਹੈ। ਮੈਂ ਲੜਾਈ ਦੇ ਕਾਰਨ ਦੱਸੇ ਸੀ ਆਹ ਘਟਨਾਵਾਂ ਹੋਈਆਂ ਸਿੰਘ ਸ਼ਹੀਦ ਹੋਏ ਇਹ ਹੋਏ ਤੇ ਰਿਜ਼ਲਟ ਸਾਡਾ ਕਿਉਂਕਿ ਕਮਾਂਡਰ ਦੋਨੇ ਨਹੀਂ ਛੱਡੇ ਤੇ ਜਿਹੜੇ ਦੂਜੇ ਮੌਕੇ ਦੇ ਵੱਡੇ ਅਫਸਰ ਸੀ ਉਹ ਛੁਪ ਛੁਪ ਕੇ ਰਹਿ ਰਹੇ ਹੈ ਉਹ ਛੁਪ ਛੁਪ ਕੇ ਰਹਿ ਰਹੇ ਹੈ ਦੱਸਦੇ ਨਹੀਂ ਕਿੱਥੇ ਹੈ। ਇਸ ਕਰਕੇ ਉਹਨਾਂ ਨੂੰ ਉਹਨਾਂ ਗੱਲਾਂ ਦੀਆਂ ਪਤਾ ਹੈ। ਸੋ ਮੈਂ ਸਰਕਾਰ ਨੂੰ ਵੀ ਕਹਿੰਦਾ ਵੀ ਇਹੋ ਜਿਹੀ ਅਨਰਥ ਨਾ ਕਰੋ ਧਰਮ ਦੇ ਉੱਤੇ ਜਿਹੜੀ ਕੌਮ ਮਾਰਸ਼ਲ ਹੈ ਬਾਰਡਰ ਤੇ ਬੈਠੀ ਹੈ ਉਹਦੇ ਨਾਲ ਵਿਤਕਰਾ ਨਾ ਕਰੋ ਜੀ। ਸੋ ਹੁਣ ਕਿਸਾਨੀ ਕੀ ਕਰੀਏ ਅਸੀਂ ਕਿਸਾਨੀ ਦਾ ਮਸਲਾ ਲੈ ਕੇ ਅਸੀਂ ਸਾਰਾ ਜ਼ੋਰ ਲਾ ਤਾ ਵਿਚਾਰੇ ਕਿਸਾਨ ਉੱਥੇ ਕਿੰਨੇ ਦਿਨ ਰੁੜਦੇ ਰਹੇ ਕੋਈ ਗੱਲ ਨੀ ਕੁਛ ਨੀ ਮੰਨੀ ਤੇ ਤੁਸੀਂ ਘੱਟ ਤੋਂ ਘੱਟ ਕਿਸੇ ਦੀ ਗੱਲ ਤਾਂ ਮੰਨੋ ਜੀ। ਸੋ ਬੜੇ ਬੜੇ ਆ ਮੁੰਡੇ ਆ ਮੋਰਚੇ ਥਾਂ ਥਾਂ ਤੇ ਮੋਰਚੇ ਲੱਗੇ ਕਿਸੇ ਦੀ ਕੋਈ ਗੱਲ ਨੀ ਮੰਨਦੇ ਹੋਰ ਹੁਣ ਕਿਹੜਾ ਤਰੀਕਾ ਬਣਾਈਏ ਮੈਨੂੰ ਦੱਸੋ। ਫਿਰ ਕਹਿੰਦੇ ਜੀ ਅੱਤਵਾਦੀ ਸਾਡੇ ਕੋਲ ਹੁਣ ਤਰੀਕਾ ਕਿਹੜਾ ਰਹਿ ਗਿਆ ਅਰਦਾਸਾਂ ਕਰ ਲਈਆਂ ਬੇਨਤੀਆਂ ਕਰਤੀਆਂ ਕਿਹੜਾ ਤਰੀਕਾ ਤੇ ਫਿਰ ਆ ਜਿਹੜੇ ਕਹਿੰਦੇ ਮਨੁੱਖੀ ਬੰਬ ਬਣਦੇ ਆ ਉਹ ਜਿਹੜੇ ਬਾਹਰਲੇ ਬਣਦੇ ਆ ਉਹ ਦੁਖੀ ਹੋ ਕੇ ਉਹ ਇਸ ਪਾਸੇ ਆਪਾਂ ਨੂੰ ਤੁਰਨ ਦੀ ਲੋੜ ਨਹੀਂ ਇਹਦਾ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਦਾ ਤੇ ਮਜਬੂਰ ਨਾ ਕਰੋ। ਸੋ ਮੈਂ ਸਾਰਿਆਂ ਦਾ ਤੁਹਾਡਾ ਟਾਈਮ ਲਿਆ ਗੱਲਾਂ ਤਾਂ ਮੇਰੇ ਕੋਲ ਮੁੱਕਦੀਆਂ ਹੀ ਨਹੀਂ ਕਿਉਂਕਿ ਜਿਹੜੀਆਂ ਗੱਲਾਂ ਬੀਤੀਆਂ ਆਪਦੇ ਉੱਤੋਂ ਦੀ ਸਾਰੀ ਸਾਰੀ ਰਾਤ ਮੈਂ ਦਰਬਾਰ ਸਾਹਿਬ ਦੇ ਪ੍ਰਕਰਮਿਆਂ 'ਚ ਕਮਰਾ ਉੱਥੇ ਮੀਟਿੰਗਾਂ ਕਰਦੇ ਰਹੇ ਅਸੀਂ ਵੀ ਕੀ ਹੈ ਕੀ ਕਰਨਾ ਚਾਹੀਦਾ ਜੋ ਮੈਨੂੰ ਅਕਲ ਸੀ ਮੈਂ ਵੀ ਦੱਸਦਾ ਰਿਹਾ ਚਲੋ ਜੋ ਗੁਰੂ ਨੂੰ ਮਨਜ਼ੂਰ ਹੈ ਪਰ ਮੈਂ ਦੇਖਿਆ ਕਿ ਸਾਡੀ ਪਹਿਲਾਂ ਤੋਂ ਲੈ ਕੇ ਫੁੱਟ ਰਹੀ ਸੰਤਾਂ ਦੀ ਤਾਂ ਸ਼ਕਤੀ ਇੰਨੀ ਸੀ ਫੁੱਟ ਉਦੋਂ ਵੀ ਸੀ ਵਿਰੋਧੀ ਉਦੋਂ ਵੀ ਬਹੁਤ ਸੀ ਪਰ ਅੱਜ ਉਹ ਵਿਰੋਧੀ ਵੀ ਸਲਾਮਾਂ ਕਰਦੇ ਹੈ ਤੇ ਸਭ ਤੋਂ ਵੱਡੀ ਗੱਲ ਜਿਹੜਾ ਚੰਗਾ ਕੰਮ ਕਿਸੇ ਨੇ ਕੀਤਾ ਬਾਬਾ ਹਰਨਾਮ ਸਿੰਘ ਜੀ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਜਿਹੜਾ ਉੱਥੇ ਸੰਤਾਂ ਦੀ ਯਾਦ ਬਣਾ ਤੀ ਸੰਤ ਜਰਨੈਲ ਸਿੰਘ ਜੀ ਦੀ ਤੇ ਉਹ ਗੌਰਮੈਂਟ ਜੀ ਨੇ ਬਣਾਈ ਮੈਂ ਉਹਨਾਂ ਦਾ ਧੰਨਵਾਦ ਕਰਦਾ। ਕਈ ਕਹਿੰਦੇ ਆ ਜੀ ਫਿਰ ਕੀ ਹੋ ਗਿਆ ਉਹ ਭੋੜਿਓ ਕਿੰਨੇ ਸਿੰਘ ਸ਼ਹੀਦ ਹੋਏ ਆ ਪਰ ਬਾਬਾ ਦੀਪ ਸਿੰਘ ਨੂੰ ਕਿਉਂ ਲੋਕ ਸਾਡੇ ਬੱਚੇ ਜਾਣਦੇ ਆ ਕਿ ਬਾਬਾ ਦੀਪ ਸਿੰਘ ਸ਼ਹੀਦ ਹੈ। ਇਸ ਕਰਕੇ ਅੱਜ ਸੰਤਾਂ ਦੀ ਜਿਹੜੀ ਯਾਦ ਹੈ ਭਾਈ ਅਮਰੀਕ ਸਿੰਘ ਥਾਰਾ ਸਿੰਘ
ਹੋਰ ਜਿੰਨੇ ਸੂਰਮੇ ਆ ਉੱਥੇ ਗੈਲਰੀ ਦੇ ਵਿੱਚ ਫੋਟੋ ਲੱਗ ਜਾਣੀਆਂ ਜੀ। ਉਹਨਾਂ ਦੀਆਂ ਯਾਦਾਂ ਤਾਜ਼ਾ ਕਰਨ ਲਈ ਇੱਕ ਯਾਦ ਬਹੁਤ ਬੜੀ ਥਾਂ ਮਿਲੀ ਹੈ, ਤਾਂ ਉਹ ਕਦੋਂ ਬਣਾਈ ਜਿਹੜੀ ਗੌਰਮੈਂਟ ਨੇ ਹਮਲਾ ਕੀਤਾ ਉਹਦੇ ਟਾਈਮ 'ਚ, ਤੇ ਜਿਹਦੇ ਨੈਣ ਨੈਣ ਨਾਲ ਹੋਇਆ ਉਹਦੇ ਟਾਈਮ 'ਚ, ਉਹ ਬਣ ਗਈ ਇਹ ਕ੍ਰਿਸ਼ਮਾ ਸੀ ਕਿ ਹਮਲਾ ਕਰਨ ਵਾਲੀ ਗੌਰਮੈਂਟ ਕਿਵੇਂ ਬਣਾਊ ਉੱਥੇ, ਉਹਨੂੰ ਤਾਂ ਅੱਤਵਾਦੀ ਗਿਆ ਤੇ ਮਾਰਤਾ। ਸੋ ਇਸ ਕਰਕੇ ਇਹ ਗੱਲਾਂ ਤਾਂ ਜਿਹੜੀਆਂ ਚੰਗੀਆਂ ਉਹਨੂੰ ਚੰਗਾ ਕਿਹਾ ਕਰੋ, ਆਪਾਂ ਅੰਨਾ ਪ੍ਰਚਾਰ ਨਾ ਕਰੋ ਜੀ, ਤੇ ਅੰਨੇ ਮਦਦਗੀਰ ਨਾ ਬਣੋ। ਕੋਈ ਗਲਤੀ ਕਰਤਾ ਤੇ ਉਹਨੂੰ ਚੰਗਾ ਚੰਗਾ ਕਹੀ ਜਾਂਦੇ ਆ, ਇਹ ਆਪਣੀ ਆਦਤ ਬਣ ਗਈ। ਜੇ ਬੇਵਕੂਫ ਦੇ ਮਰੀਜ਼ ਕਦੇ ਬਣ ਕੇ ਉਹਦਾ ਖੜਾ ਛੱਡ ਦਿਓ ਜੀ। ਸੋ ਇਹ ਸਾਰੀਆਂ ਗੱਲਾਂ ਰਾਜਨੀਤੀ ਵਿੱਚ ਵੀ ਧਰਮ ਵਿੱਚ ਵੀ ਸਾਰਾ ਕੁਛ ਹੋਈ ਜਾਂਦਾ। ਸੋ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਚੈਨਲ ਵਾਲੇ ਨੌਜਵਾਨਾਂ ਦਾ, ਕਾਫੀ ਦੇਰ ਤੋਂ ਵਿਚਾਰੇ ਬੈਠੇ ਆ ਤੇ ਮੈਂ ਬਹੁਤ ਬਹੁਤ ਰਿਣੀ ਆ ਤੇ ਧੰਨਵਾਦ ਕਰਦਾ ਸਾਰਿਆਂ ਦਾ। ਹੁਣ ਲੋਕਾਂ ਨੂੰ ਪਤਾ ਲੱਗ ਜੂਗਾ ਵੀ ਇੱਥੇ ਆ ਗਿਆ ਤੇ ਉਹ ਇੰਟਰਵਿਊ ਵਾਲੇ ਫਿਰ ਆਉਣਾ ਆ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।